ਤਰੇਪਾ ਸਵਾਲ ਜਵਾਬ ਦਾ سلسلہ ਸ਼ੁਰੂ ਕਰਦੇ ਆਂ ਅੱਜ ਅਸੀਂ ਇਸ ਪ੍ਰੋਗਰਾਮ ਨੂੰ ਨਵਾਂ ਸਾਲ ਨਵਾਂ ਵਿਜ਼ਨ ਇੱਕ ਨਾਮ ਦੇਣ ਦੀ ਕੋਸ਼ਿਸ਼ ਕੀਤੀ ਹੈ 2022 ਤੋਂ ਪਹਿਲਾਂ ਜਦੋਂ ਤੁਹਾਡੀ ਸਰਕਾਰ ਨਹੀਂ ਬਣੀ ਸੀ ਇੱਕ ਅਲੱਗ ਟਾਰਗੇਟ ਸੀ ਤੁਹਾਡੇ ਸਰਕਾਰ ਬਣਨ ਦੇ ਤੇ ਉਸ ਤੋਂ ਬਾਅਦ ਦੇ ਹੁਣ ਕਰੀਬ ਕਰੀਬ 2 ਸਾਲ ਹੋ ਚੁੱਕੇ ਨੇ ਮੈਂ ਸਾਲ ਨੂੰ ਹੀ ਧਿਆਨ ਦੇ ਵਿੱਚ ਰੱਖ ਕੇ ਤੁਹਾਡੇ ਤੋਂ ਪਹਿਲਾ ਸਵਾਲ ਪੁੱਛਦਾ ਕਿ 2024 ਦੇ ਵਿੱਚ ਅ ਤੁਹਾਡੇ ਤੁਹਾਡੀ ਸਰਕਾਰ ਦੇ ਕੀ ਟਾਰਗੇਟਸ ਨੇ ਕੀ ਪੰਜਾਬੀਆਂ ਤੱਕ ਕਿਹੜੀ ਸਹੂਲਤ ਜਿਹੜੀ ਪਿਛਲੀ 1.5 ਸਾਲ ਚ ਤੁਹਾਨੂੰ ਲੱਗਦਾ ਕਿ ਹਾਂ ਇਹ ਨਹੀਂ ਹੋ ਪਾਇਆ ਤੇ ਅਸੀਂ ਇਸ ਸਾਲ ਉਹ ਮੇਰੇ ਜ਼ਿਹਨ ਦੇ ਵਿੱਚ ਹੈ ਮੈਂ ਜ਼ਰੂਰ ਪਹੁੰਚਾਂਗਾ ਜ਼ਿਹਨ ਚ ਤਾਂ ਬਹੁਤ ਕੁਝ ਚੱਲ ਰਿਹਾ ਹੈ ਬਹੁਤ ਕੁਝ ਕਰਨ ਵਾਲਾ ਪਿਆ ਹੈ ਆਲਰੇਡੀ 70 75 ਸਾਲ ਲੇਟ ਹੋ ਚੁੱਕੇ ਆ ਇੰਪਲੀਮੈਂਟੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਪਹਿਲਾਂ ਤਾਂ ਨਕਸ਼ਾ ਬਣਾਈਏ ਫਿਰ ਨਕਸ਼ੇ ਤੇ ਬਿਲਡਿੰਗਾਂ ਬਣਨ ਸੁਪਨਿਆਂ ਦੀਆਂ ਬਿਲਡਿੰਗਾਂ ਬਣਨ ਉਮੀਦਾਂ ਦੀਆਂ ਬਿਲਡਿੰਗਾਂ ਤਰੱਕੀ ਦੀਆਂ ਬਿਲਡਿੰਗਾਂ ਹਕੀਕਤ ਦੀਆਂ ਬਿਲਡਿੰਗਾਂ ਬਣਨ ਸੋ 2024 ਦੇ ਵਿੱਚ ਬਹੁਤ ਸਾਰੇ ਕੰਮ ਸੋਚੇ ਹੋਏ ਨੇ ਕਿ 2024 ਚ ਪੰਜਾਬ ਨੂੰ ਜਿੱਥੇ ਦੇਖਣਾ ਚਾਹੁੰਦੇ ਆ ਉੱਥੇ ਪਹੁੰਚਾਈਏ ਕਿਉਂਕਿ ਲੋਕਾਂ ਨੇ ਜਿਸ ਤਰ੍ਹਾਂ ਨਪਿੰਦਰ ਇਸ ਤੋਂ ਪਹਿਲਾਂ ਕਹਿ ਰਿਹਾ ਸੀ ਕਿ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਲੋਕਾਂ ਨੇ ਤਾਂ ਜ਼ਿੰਮੇਵਾਰੀ ਆਪਣੀ ਨਿਭਾਤੀ ਹੁਣ ਜ਼ਿੰਮੇਵਾਰੀ ਨਿਭਾਉਣ ਦਾ ਫਰਜ਼ ਸਾਡਾ ਔਰ ਉਮੀਦਾਂ ਵੱਧ ਜਾਂਦੀਆਂ ਨੇ ਬਹੁਤ ਜਦੋਂ ਇਸ ਲੈਵਲ ਦਾ ਫਤਵਾ ਮਿਲੇ ਜੀ ਮੈਂ ਇੱਕ ਦਿਨ ਪੁਰਾਣਾ ਤੁਹਾਡਾ ਕਿਉਂਕਿ ਉਸ ਦਿਨ ਮੈਂ ਬਹੁਤ ਬਿਜ਼ੀ ਸੀ ਕਈ ਵਾਰੀ ਮੈਂ ਪੁਰਾਣੇ ਜਿਸ ਦਿਨ ਰਿਜ਼ਲਟ ਆਇਆ ਸੀ ਜੀ ਤੁਹਾਡਾ ਤੇ ਬਿਜ਼ੀ ਬਰਾੜ ਜੀ ਦਾ ਚੱਲ ਰਿਆ ਸੀਗਾ ਲਾਈਵ ਬਿਲਕੁਲ ਜਦੋਂ ਰੁਝਾਨ ਆਉਣ ਲੱਗੇ ਹੂੰ ਕਾਂਗਰਸ 6 ਅਕਾਲੀ ਦਲ 4 ਤੇ ਆਮ ਆਨਕ ਪਾਰਟੀ 1 ਤਾਂ ਉਸ ਵੇਲੇ ਤੁਸੀਂ ਕਹਿੰਦੇ ਸੀਗੇ ਕਿ ਲੱਗ ਰਿਹਾ ਹੈ ਕਿ ਜਿਵੇਂ ਪੰਜਾਬ ਓਵੇਂ ਜਿਵੇਂ ਚੱਲ ਰਿਹਾ ਹੈ ਪਰ ਸਹੀ 15-20 ਮਿੰਟਾਂ ਬਾਅਦ ਜੋ ਮਸ਼ੀਨਾਂ ਖੁੱਲ ਗਈਆਂ ਜਦੋਂ ਕਾਂਗਰਸ 6 ਅਕਾਲੀ ਦਲ 2 ਤੇ ਆਮ ਆਨਕ ਪਾਰਟੀ 35 ਹੋ ਗਈ ਤਾਂ ਤੁਹਾਡੇ ਮੂੰਹੋਂ ਵੀ ਸੁਭਾਵਿਕ ਨਿਕਲਿਆ ਸੀ ਕਿ ਇਹ ਤਾਂ ਨਹੀਂ ਰਹੀ ਹੈ ਇਤਨੀ ਹਨੇਰੀ ਐ ਇਹ ਨਹੀਂ ਹੁਣ ਰੁਕਣੀ ਸੋ ਇੱਕ ਉਮੀਦਾਂ ਦੀ ਹਨੇਰੀ ਵਗੀ ਉਹਦੇ ਚ ਪਤਾ ਨਹੀਂ ਕੌਣ ਕੌਣ ਕਿੱਡੇ ਕਿੱਡੇ ਪੁਰਾਣੇ ਬਾਬੇ ਬੋੜ ਉਖੜ ਗਏ ਮੈਂ ਉਹ ਉਹਨਾਂ ਗੱਲਾਂ ਚ ਨਹੀਂ ਪੈਂਦਾ ਕਿ ਕੌਣ ਉਖੜ ਗਏ ਚਲੋ ਉਹਨਾਂ ਦੇ ਕਰਮ ਜਾਂ ਉਹਨਾਂ ਨੇ ਕੰਮ ਹੀ ਅਜੇ ਕੀਤੇ ਸੀ ਕਿ ਲੋਕਾਂ ਨੇ ਨਾ ਪਸੰਦ ਕਰਦੇ ਪਰ ਸਾਡੀ ਜ਼ਿੰਮੇਵਾਰੀ ਇਸ ਕੱਲੋਂ ਵੱਧ ਗਈ ਕਿ ਲੋਕ ਕਹਿੰਦੇ ਵੀ ਹੁਣ ਇਹ ਆ ਗਏ ਤੇ ਹੁਣ ਛੇਤੀ ਛੇਤੀ ਠੀਕ ਕਰੋ ਸਾਰਾ ਕੁਝ ਔਰ ਕਰਨ ਵੀ ਲੱਗੇ ਹੋયા ਸੀ ਬਹੁਤ ਬਹੁਤ ਫਾਸਟ ਚੱਲ ਰਹੇ ਆ ਤੇ ਪਰ ਕੰਮ ਕਿਉਂਕਿ 75 ਸਾਲ ਪੁਰਾਣਾ ਉਲਝਿਆ ਹੋਇਆ ਤਾਣਾ کئی sire ਲੱਭਣ ਨੂੰ ਧਾਗਿਆਂ ਦੇ ਟਾਈਮ ਲੱਗ ਜਾਂਦਾ ਅਸੀਂ ਸ਼ੁਰੂ ਕੀਤਾ ਕਿ ਵਿਧਾਇਕਾਂ ਦੀ ਇੱਕ ਪੈਨਸ਼ਨ ਹੋਊਗੀ ਭਾਵੇਂ 8 ਵਾਰ ਬਣ ਜੇ ਕੋਈ ਭਾਵੇਂ 5 ਵਾਰ ਬਣ ਜੇ ਪੈਨਸ਼ਨ ਇੱਕ ਮਿਲੂਗੀ ਖੜਾ ਹੋਣਾ ਵੋਟਾਂ 'ਚ ਹੋ ਨਹੀਂ ਨਾ ਸਹੀ ਕਿਉਂਕਿ ਵੋਟਾਂ ਵੇਲੇ ਹੱਥ ਬਨ ਕੇ ਕਹਿੰਦੇ ਨੇ ਸੇਵਾ ਦਾ ਮੌਕਾ ਦਿਓ ਬਾਅਦ ਚ ਕਹਿੰਦੇ ਨੇ ਪੰਜ ਪੈਨਸ਼ਨਾਂ ਦਿਓ ਹੁਣ ਸੇਵਾ ਦੀ ਪੈਨਸ਼ਨ ਮਿਲਦੀ ਹੈ ਜੀ ਕਿਸੇ ਨੂੰ ਤੁਹਾਡੇ ਚੋਂ ਵੀ ਕੋਈ ਐਨ ਜੀਓ ਚਲਾਉਂਦਾ ਹੁਣ ਕੋਈ ਸੇਵਾ ਦੀ ਪੈਨਸ਼ਨ ਹੁੰਦੀ ਹੈ ਪੀਜੀਆਈ ਮੂਰੇ ਮੁੰਡੇ ਲੰਗਰ ਲਾਉਂਦੇ ਆ ਪਤਾ ਨਹੀਂ ਕਿੰਨੇ ਸਾਲਾਂ ਤੋਂ ਉਹਨੂੰ ਉਹਨਾਂ ਨੇ ਕਦੇ ਪੈਨਸ਼ਨ ਮੰਗੀ ਹੈ ਤੇ ਪਿੰਗਲਵਾੜਾ ਕਿੰਨੇ ਸਾਲਾਂ ਤੋਂ ਸੇਵਾ ਕਰ ਰਿਹਾ ਹੈ ਜਿਹੜੇ ਅਪਾਹਜ ਲੋਕ ਨੇ ਅਨਾਥ ਲੋਕ ਨੇ ਕਦੇ ਉਹਨਾਂ ਨੇ ਪੈਨਸ਼ਨ ਮੰਗੀ ਹੈ ਵੀ ਸਾਨੂੰ ਇੰਨੀ ਪੈਨਸ਼ਨ ਹੋਣੀ ਚਾਹੀਦੀ ਹੈ ਸੋ ਰਾਜ ਨਹੀਂ ਸੇਵਾ ਕਹਿ ਕੇ ਮੁਰਕੇ ਅਤਿਆਚਾਰ ਕਰਨੇ ਤੇ ਇਨਾਂ ਜਿਹੇ ਲੋਕਾਂ ਨੇ ਨਕਾਰਤਾ ਤਾਂ ਅਸੀਂ ਵੀ ਅਨਸਾਰ ਸਭ ਤੋਂ ਪਹਿਲਾਂ ਇਹੀ ਫੈਸਲਾ ਕੀਤਾ ਫਿਰ ਬਿਜਲੀ ਦਾ ਵਾਦਾ ਕੀਤਾ ਸੀ 90% ਘਰਾਂ ਨੂੰ ਅੱਜ ਵੀ ਜੀ ਦਾ ਵੀਰ ਜ਼ੀਰੋ ਆਉਂਦਾ ਪਰ ਨਾਲ ਮੈਂ ਵੀ ਕਹਿਣਾ ਚਾਹਨਾ ਬਿਜਲੀ ਬੋਰਡ ਘਾਟੇ 'ਚ ਨਹੀਂ ਹੈਗਾ ਤੇ ਬਿਜਲੀ ਬੋਰਡ ਦਾ ਜਿਹੜਾ ਰੀਸੈਂਟਲੀ ਜੋ ਹੋਇਆ ਤੁਸੀਂ 24 ਦੀ ਗੱਲ ਕਰ ਰਹੇ ਹੋ ਜੀ 24 ਦੇ ਪਹਿਲੇ ਦਿਨ 1 ਜਨਵਰੀ ਨੂੰ ਕੁਸ਼ਕਵਰੀ ਦਿੱਤੀ ਸੀ ਆਮ ਤੌਰ ਤੇ ਸਰਕਾਰਾਂ ਹੁੰਦੀਆਂ ਨੇ ਉਹ ਸਰਕਾਰੀ ਅਦਾਰਿਆਂ ਨੂੰ ਘਾਟੇ 'ਚ ਦਿਖਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਨੇ ਭਾਵੇਂ ਉਹ ਨਹਿਰਾਂ ਦੇ ਰੈਸਟ ਹਾਊਸ ਹੋਣ ਨਹਿਰਾਂ ਦੇ ਕਿਨਾਰੇ ਜਿਹੜੇ ਬਣੇ ਨੇ ਭਾਵੇਂ ਉਹ ਕੋਈ ਵੀ ਹਦਾਰਾ ਹੋਵੇ ਪਰ ਸੱਚੀ ਨੀਅਤ ਕਰਕੇ ਪੰਜਾਬ ਸਰਕਾਰ ਨੇ ਤਾਂ ਪੂਰੇ ਦੇਸ਼ 'ਚ ਕੁਲਟੀ ਗੰਗਾ ਬਹਾਈ ਹੈ ਕਿ ਪੰਜਾਬ ਸਰਕਾਰ ਨੇ ਸ਼੍ਰੀ ਗੋਇੰਦਵਾਲ ਸਾਹਿਬ ਵਾਲਾ ਜਿਹੜਾ ਥਰਮਲ ਪਲਾਂਟ ਸੀ 540 ਮੈਗਾਵਾਟ ਦਾ ਪੰਜਾਬ ਸਰਕਾਰ ਨੇ ਪ੍ਰਾਈਵੇਟ ਸੈਕਟਰ ਨੂੰ ਖਰੀਦ ਲਿਆ 1000 80 ਕਰੋੜ ਰੁਪਏ ਚ ਬਸ 540 ਜੁਲੈਂਟ ਦਾ ਜੀ ਸੋ ਕੁਝ ਤਾਂ ਨਵਾਂ ਹੋ ਰਿਹਾ ਹੂੰ ਇਹਦਾ ਮਤਲਬ ਬਿਜਲੀ ਬੋਰਡ ਘਾਟੇ ਚ ਨਹੀਂ ਹੈਗਾ ਕਿਉਂਕਿ ਸਾਡੇ ਕੋਲੇ ਕੋਲੇ ਦੀ ਖਾਨ ਚਲਾਈ ਅਸੀਂ ਚਾਰਖੰਡ ਵਾਲੀ ਜਿਹੜੀ ਪਛਵੜਾ ਉੱਥੋਂ ਇੰਨਾ ਕੋਲਾ ਆ ਰਿਹਾ ਹੈ ਕਿ ਅਸੀਂ ਜੇ ਦੂਜੇ ਬਾਕੀ ਦੋ ਹੀ ਰਹਿ ਗਏ ਹੁਣ ਹੂੰ ਪੰਜ ਨੇ ਆਪਣੇ ਕੋਲੇ ਤਿੰਨ ਸਰਕਾਰ ਦੇ ਹੋ ਗਏ ਦੋ ਰਹਿ ਗਏ ਜੇ ਉਹ ਦੋ ਵੀ ਆ ਜਾਣ ਤਾਂ ਵੀ ਸਾਡੇ ਕੋਲੇ ਇੰਨਾ ਕੋਲਾ ਹੈ ਕਿ ਅਸੀਂ ਘਾਟਾ ਨਹੀਂ ਪੈਣ ਦਿੰਦੇ ਤੇ ਪੰਜੇ ਥਰਮਲ ਪਾਵਰਟ ਸਾਰੇ ਜੁੰਡ ਚੱਲਣਗੇ ਵੀ ਸੋ ਅੱਜ ਅਸੀਂ ਸਰਪਲੱਸ ਆ ਅਸੀਂ ਦੂਜੇ ਰਾਜਾਂ ਨੂੰ ਬਿਜਲੀ ਵੇਚਦੇ ਆਂ ਭਾਨ ਸਾਹਿਬ ਇਹਦੇ ਨਾਲ ਜੁੜਿਆ ਸਵਾਲ ਹੈ ਕਿ ਤੁਸੀਂ ਪਿਛਲੀ ਵਾਰ ਕਿਹਾ ਸੀਗਾ ਕਿ ਜਿਹੜੇ ਸਮਝੋਤੇ ਹੋਏ ਬਿਜਲੀ ਦੇ ਜਿਹੜੇ 17 ਰੁਪਏ 15 ਰੁਪਏ ਤੱਕ ਗਿਆ ਉਸ ਦੀ ਜਾਂਚ ਕਰਵਾਈ ਜਾਏਗੀ ਹੁਣ ਖਬਰ ਮੇਰੇ ਕੋਲ ਆ ਰਹੀ ਹੈ ਮੇਰੀ ਇਹ ਖਬਰ ਸੀਗੀ ਕਿ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਵਿਜੀਲੈਂਸ ਕੋਲ ਫਾਈਲਾਂ ਚਲੇ ਗਈਆਂ ਚਾਹੇ ਸੋਲਰ ਦੇ ਸਮਝੋਤੇ ਹੋਣ ਚਾਹੇ ਉਹ ਸਮਝੋਤੇ ਹੋਣ ਨਾਮ ਕੋਈ ਹੈ ਕਿ ਸਰਕਾਰ ਦੇ ਵਿੱਚ ਕੋਈ ਮੰਤਰੀ ਸੀ ਉਸ ਵੇਲੇ ਜਾਂ ਕੋਈ ਅਫਸਰਾਂ ਦੀ ਮਿਲੀ ਭਗਤ ਸੀਗੀ ਜਾਂ ਜਿਹੜੀਆਂ ਕੰਪਨੀਆਂ ਨਾਲ ਸਮਝੋਤੇ ਹੋਏ ਉਹ ਕਿਸੇ ਉਸ ਵੇਲੇ ਦੇ ਮੰਤਰੀ ਦੇ ਸੀਗੇ ਦੇਖੋ ਸਾਰੇ ਹੀ ਰਲੇ ਹੋਏ ਸੀਗੇ ਜੀ ਹੁਣੇ ਮੈਨੂੰ ਪਤਾ ਨਹੀਂ ਲੱਗ ਰਿਹਾ ਤੁਹਾਡਾ ਸਵਾਲ ਹੈ ਜਾਂ ਸ਼ਾਬਾਸ਼ ਹੈ ਇਹ ਤੁਸੀਂ ਕਿਹਾ ਕਿ ਤੁਸੀਂ ਕਿਹਾ ਸੀ ਪੀਪੀਏ ਦੇ ਅਸੀਂ ਵਿਜੀਲੈਂਸ ਨੂੰ ਦੇਵਾਂਗੇ ਤੁਸੀਂ ਆਪ ਹੀ ਕਹਿੰਦਾ ਹਾਂਜੀ ਉਹ ਦੇ ਦਿੰਦੇ ਨਹੀਂ ਜਾਂਚ ਸ਼ੁਰੂ ਹੋ ਗਈ ਹੈ ਨਾ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਖਬਰ ਠੀਕ ਹੈ ਜਾਂਚ ਵੀ ਸ਼ੁਰੂ ਹੋ ਗਈ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਜਿਹੜੇ ਜਾਂਚ ਦੇ ਨਤੀਜੇ ਵੀ ਮਿਲਣਗੇ ਕਿਵੇਂ ਇਹਨਾਂ ਨੇ ਸੂਰਜ ਨੂੰ ਵੀ ਵੇਚਤਾ ਜੀ ਚਲੋ ਧਰਤੀ ਤੇ ਦਾ ਜੋ ਲੁੱਟਿਆ ਲੁੱਟਿਆ ਸੋਲਰ ਬਿਜਲੀ 17 17 ਰੁਪਇਆ 17 ਰੁਪਏ ਪਰ ਯੂਨਿਟ ਸੋਲਰ ਬਿਜਲੀ ਉਹ ਤਾਂ ਸੂਰਜ ਦਿੰਦਾ ਉਹਦਾ ਕੋਚਾ ਮਾਲ ਨਹੀਂ ਲੱਗਦਾ ਕੋਈ ਇਹ ਤਾਂ ਚਲੋ ਕੋਲਾ ਲੱਗਦਾ ਹੋਰ ਕਿੰਨਾ ਕੁਛ ਸੋਲਰ ਬਿਜਲੀ ਦੇ 17 17 16 16 ਰੁਪਇਆ ਦੇ ਐਗਰੀਮੈਂਟ ਨੇ ਅਸੀਂ ਐਗਰੀਮੈਂਟ ਕੀਤਾ ਦੇਸ਼ ਦਾ ਸਭ ਤੋਂ ਸਸਤਾ 1100 ਮੈਗਾਵਾਟ ਦਾ ਕੇਂਦਰ ਸਰਕਾਰ ਦੀਓ ਕੰਪਨੀ ਹੈ Rajasthan ਚ ਉਹਨਾਂ ਦੇ ਸੋਲਰ ਦੇ ਨੇ 2 ਰੁਪਏ 54 ਪੈਸੇ ਪਰ ਯੂਨਟ ਦੇਸ਼ ਦਾ ਸਭ ਤੋਂ ਸਸਤਾ ਬਿਜਲੀ ਦਾ ਐਗਰੀਮੈਂਟ ਹੈ ਜੀ 1100 ਕਿੱਥੇ 2 ਰੁਪਏ 54 ਪੈਸੇ ਕਿੱਥੇ 17 ਰੁਪਏ ਫਰਕ ਕੀ ਸੀਗਾ ਤੇ ਹੈਰਾਨੀਜਨਕ ਗੱਲ ਕੀ ਸੀ ਕੰਪਨੀਆਂ ਵੀ ਉਹਨੀਆਂ ਦੀਆਂ ਮੂਰੂ ਖਰੀਦਣ ਵਾਲੇ ਵੀ ਉਹੀ ਵੇਚਣ ਵਾਲੇ ਵੀ ਉਹੀ ਇਧਰਲੇ ਪਾਸਿਓ ਵੀ ਸਾਈਨ ਉਹਨਾਂ ਦੇ ਹੋਏ ਨੇ ਵੀ ਅਸੀਂ ਇਸ ਕੰਪਨੀ ਤੋਂ ਬਿਜਲੀ ਖਰੀਦਣਾ ਚਾਹੁੰਦੇ ਆ ਉਧਰਲੇ ਪਾਸੇ ਉਹਨਾਂ ਦੇ ਹੋਏ ਨੇ ਵੀ ਅਸੀਂ ਸਰਕਾਰ ਨੂੰ ਬਿਜਲੀ ਵੇਚਣੀ ਇਹ ਸਮਝੋਤੇ ਰੱਦ ਹੋਣਗੇ ਜਾਂ ਐਕਸ਼ਨ ਹੋਏਗਾ ਉਹਨਾਂ ਦੇ ਉੱਤੇ ਕੀ ਹੋਏਗਾ ਦੋਨੋਂ ਕੁਝ ਹੋਊਗਾ ਜੀ ਜਦੋਂ ਬਿਜਲੀ ਅਸਾਗੀ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊਗਾ ਬਾਅਦ ਚ ਉਹ ਕਹਿਣਗੇ ਦੇਖੋ ਜੀ ਇਹ ਪਿੱਟੀਕਰ ਬਲੈਂਟਾ ਹੈ ਇਹ ਫਲਾਨਾ ਤੇਮਕਾ ਹੈ ਪੰਜਾਬ ਦੇ ਵਿੱਚ ਭਾਵੇਂ ਅੱਜ ਤੋਂ 5 ਸਾਲ ਪਹਿਲਾਂ ਭਾਵੇਂ 10 ਸਾਲ ਪਹਿਲਾਂ 15 ਸਾਲ ਪਹਿਲਾਂ ਜਿਵੇਂ ਪੰਜਾਬ ਦੇ ਲੋਕਾਂ ਦਾ ਮਿਹਨਤ ਦੀ ਕਮਾਈ ਦਾ ਇੱਕ ਵੀ ਪੈਸਾ ਲੁੱਟਿਆ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰ ਸਕਦੇ ਉਹਨੂੰ ਸਜ਼ਾ ਮਿਲੂਗੀ ਹਾਂ ਜਾਂਚ ਹੋਊਗੀ ਅੱਗੇ ਮਾਣਿਓ ਕੋਟਾਂ ਨੇ ਜ਼ਮਾਨਤ ਦੇਣਨ ਜ਼ਮਾਨਤ ਦੇ ਦੇ ਤੁਸੀਂ ਕੰਪਨੀ ਦਾ ਜ਼ਿਕਰ ਕੀਤਾ ਕਿ ਸਰਕਾਰ ਦੇ ਵਿੱਚ ਬੈਠੇ ਸੀ ਨਾਮ ਹੈ ਤੁਹਾਡੇ ਕੋਲ ਨਾਮ ਦੱਸ ਸਕਦੇ ਹੋ ਕਿਹੜੇ ਸੀਗੇ ਜਿਨ੍ਹਾਂ ਨੇ ਸਰਕਾਰ ਚ ਬੈਠ ਕੇ ਜਿਨ੍ਹਾਂ ਨੇ ਸਾਈਨ ਕੀਤੇ ਤਾਂ ਮਤਲਬ ਸਰਕਾਰ ਚ ਸੀ ਤੇ ਜਿਨ੍ਹਾਂ ਦੀਆਂ ਕੰਪਨੀਆਂ ਨੇ ਇਹਦਾ ਮਤਲਬ ਸਰਕਾਰ ਨਾਲ ਭਾਗੀਦਾਰ ਸੀ ਆਪਸ ਚ ਸਾਰੇ ਇਹੀ ਨੇ ਜੀ ਪੁੱਤ ਭਤੀਜੇ ਸਾਲੇ ਜੀਜੇ ਇੱਕ ਪਲਾਂਟ ਦੇ ਨਾਲ ਸਵਾਲ ਜੁੜਿਆ ਹੋਇਆ ਕਿਉਂਕਿ ਵਿਰੋਧੀ ਕਹਿ ਰਹੇ ਨੇ ਕਿ ਇੱਕ ਤਾਂ ਚਿੱਟਾ ਹਾਥੀ ਖਰੀਦ ਲਿਆ ਇਹ ਕਹਿੰਦੇ ਉਹਦੇ ਉੱਪਰ ਕਰਜ਼ਾ ਬਹੁਤ ਹੈ ਪਲਾਂਟ ਦੇ ਉੱਪਰ ਉਹ ਕੌਣ ਦੇਊਗਾ ਪੰਜਾਬ ਦੇਗਾ ਕੌਣ ਦੇਗੀ ਮੈਨੂੰ ਬਹੁਤ ਤਰਸ ਆਉਂਦਾ ਹੈ ਕਿ ਕਨਵੈਂਟ ਸਕੂਲਾਂ 'ਚ ਪੜੇ ਹੋਏ ਜਿਹੜੇ ਨੇ ਉਹ ਬਿਨਾਂ ਫਿਕਰ ਤੋਂ ਆ ਜਾਂਦੇ ਨੇ ਇਹ ਗੱਲ ਕਿਹਨੇ ਕਹੀ ਹੈ ਕਿ 6000 ਕਰੋੜ ਉਹਦਾ ਜਿਹੜਾ ਕਰਜ਼ਾ ਸੀ ਉਹ ਵੀ ਆਪਾਂ ਨੂੰ ਦੇਣਾ ਪਊਗਾ ਕਿਹਨੇ ਕਹੀ ਇਹ ਤੁਹਾਡੇ ਆਪੋਜੀਸ਼ਨ ਦੇ ਜਿਹੜੇ ਲੀਡਰਸ ਹੈ ਨੇ ਮੈਂ ਸਪੈਸੀਫਿਕ ਨਾਮ ਲਵਾਂ? ਹਾਂ ਨਾਮ ਲਾ ਦਿਓ। ਮੈਂ ਲੱਗਦਾ ਨਾ। ਤੁਸੀਂ ਲੱਗੋ। ਨਵਜੋ ਸਿੰਘ ਸਿੱਧੂ ਨੇ। ਠੀਕ ਹੈ। ਹੂੰ। ਨਵਜੋ ਸਿੰਘ ਸਿੱਧੂ ਨੇ ਕਹੀ ਗੱਲ। ਤੇ ਜਦੋਂ ਇਹ ਕੋਈ ਮੁਕਸਰ ਵਾਲੀ ਮੰਡੀ ਚੋਂ ਮੱਚ ਨਹੀਂ ਖਰੀਦੀ ਅਸੀਂ ਥਰਮਲ ਪਲਾਂਟ ਕਰਦੇ ਆ ਜੀ। ਹੂੰ। ਉਹ ਸੈਂਟਰ ਸਰਕਾਰ ਦੀਆਂ ਕੰਪਨੀਆਂ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ ਕਿ ਆਹ ਥਰਮਲ ਪਲਾਂਟ ਹੁਣ ਇਹਨਾਂ ਦਾ ਹੋ ਗਿਆ। ਜਦੋਂ ਉਹਦੀ ਕੈਪੀਟਲ ਕਾਸਟ ਹੀ ਉਨ 1300 ਕੁਛ ਕਰੋੜ ਲਈ ਹੈ ਤੇ ਅਸੀਂ 1080 ਚ ਖਰੀਦ ਲਿਆ ਫਿਰ ਪੈਸੇ ਕਾਹਦੇ ਦੇਣੇ ਜੀ ਕਾਹਦਾ 6000 ਕਰੋੜ ਦੇਣਾ ਐ ਐਵੇਂ ਲੋਕਾਂ ਨੂੰ ਤੁਸੀਂ ਮਿਸਗਾਈਡ ਕਰੀ ਜਾਂਦੇ ਹੋ ਲਿਟਲ ਨੋਲੇਜ ਇਜ਼ ਟੂ ਡੇਂਜਰਸ ਘੱਟ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਐ ਇੱਕ ਕਨਵੈਂਟ ਵਿੱਚ ਪੜਿਆ ਹੋਇਆ ਨਾ ਮੈਨੂੰ ਬਾਈ ਗॉड ਕੀ ਕੰਮ ਐ ਇਹਨਾਂ ਦਾ ਇਹਨਾਂ ਦੀ ਲੈਂਗੁਏਜ ਦੇਖੋ ਪਹਿਲਾਂ ਤਾਂ ਆ ਜਿਹੜੇ ਜਿਹੜੇ ਹੈਗੇ ਨਾ ਵਿਰੋਧੀ ਪਾਰਟੀ ਵਾਲੇ ਸਾਰੇ ਕਨਵੈਂਟੇਰੀਅਨ ਨੇ ਜੀ ਉਹਨਾਂ ਦੀ ਲੈਂਗੁਏਜ ਦੇਖੋ ਓਏ ਉਹ ਤੂੰ ਕੀ ਕਰਦਾ ਓਏ ਓਏ ਭਗਵਾਨ ਓਏ ਉਹ ਤੇਰੇ ਠੀਕਾ ਕੜਾ ਮੰਗੇ ਓਏ ਉਮ ਮੁੱਛਾਂ ਕਹਾਂ ਚੱਕਤੀਆਂ ਓਏ ਇਹ ਲੈਂਗੁਏਜ ਹੈ ਇਹ ਪਾਸ਼ਾ ਇਹ ਪਾਸ਼ਾ ਜੀ ਪਿੰਡ ਚਨਪੜ ਤੋਂਨ ਪਰ ਬੰਦਾ ਵੀ ਐ ਨਹੀਂ ਬੋਲਦਾ ਫੁੱਫੜ ਜੀ ਕਹਿੰਦੇ ਆ ਸੀ ਚਾਚਾ ਜੀ ਕਹਿੰਦੇ ਆ ਭੂਆ ਜੀ ਕਹਿੰਦੇ ਆ ਇਹ ਓ ਤੂੰ ਕੀ ਕਰਦਾ ਓਏ ਲੈ ਯਾਰ ਸੜਕੀ ਆ ਜਾਂਦੇ ਨੇ ਅਜੇ 20 ਮਹੀਨੇ ਹਾਰਿਆਂ ਨੂੰ ਹੋਏ ਨੇ ਹਰੇਕ ਕਹੀ ਜਾਂਦਾ ਪੰਜਾਬ ਨੂੰ ਬਚਾਵਾਂਗੇ ਪੰਜਾਬ ਨੂੰ ਬਚਾਵਾਂਗੇ ਇਹ ਦੱਸਦਾ ਨਹੀਂ ਪੰਜਾਬ ਨੂੰ ਲੁੱਟਿਆ ਕਿਨੇ ਐ ਇੰਨਾ ਨਹੀਂ ਤਾਂ ਲੁੱਟਿਆ ਸੀ ਇੰਨਾ ਤਾਂ ਬਚਾਉਣਿਆ ਪੰਜਾਬ ਐਵੇਂ ਗਲਤ ਜਾਣਕਾਰੀ ਚਾਕੇ ਮਿੱਤਰ ਪਿਆਰੇ 6000 ਕਰੋੜ ਕੌਣ ਦੇਊਗਾ ਤੁਸੀਂ ਬੁਲਾਓ ਉਹਨਾਂ ਨੂੰ ਲੇਕਿਨ ਹੁਣ ਯਾਤਰਾ ਕਰੀ ਟ੍ਰੀਟਮੈਂਟ ਕਰੋ ਉਹਨਾਂ ਨੂੰ ਬੁਲਾਓ ਯਾਰ ਇੱਥੇ ਉਹਨੂੰ ਬੁਲਾਓ ਉਹਨਾਂ ਕੋ ਕਿਹੜਾ 6000 ਕਰੋੜ ਦੇਣਾ ਦੱਸੋ ਲੇਕਿਨ ਫਿਰ ਮਾਫੀਆ ਮੰਗ ਲੈਂਦੇ ਬਾਅਦ ਚ ਇਹ ਅੱਛਾ ਪਹਿਲਾਂ ਆਪਸ ਚ ਲੜੀ ਗਏ ਉੱਥੇ ਅੰਮ੍ਰਿਤਸਰ ਉਹ ਲੰਬੂ ਉਹ ਤੈਨੂੰ ਮੈਂ ਐ ਕਰ ਦੂੰ ਉਹ ਤੈਨੂੰ ਕਰ ਦੂੰ ਬਾਅਦ ਚ ਉੱਥੇ ਇੱਕ ਫੰਕਸ਼ਨ ਤੇ ਦੋਨੇ ਜੱਫੀਆਂ ਪਾਈ ਜਾਂਦੇ ਸੀ ਮੈਂ ਲੋਕਾਂ ਨੂੰ ਬੁੱਧੂ ਬਣਾਈਆਂ ਨੇ ਯਾਰ ਤੁਸੀਂ ਇੱਕ ਥਾਂ 'ਤੇ ਖੜ੍ਹ ਜਾਓ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਨਾਂ ਦਾ ਕੋਈ ਸਟੈਂਡ ਨਹੀਂ ਦੋਜੀਆਂ ਦੇ ਮੋਟਰਸਾਈਕਲ ਵਾਂਗੂ ਜਿੱਦਨ ਨੂੰ ਟੇਡਾ ਕਰ ਦੋ ਉਦੋਂ ਹੀ ਖੜ ਜਾਂਦੇ ਬਸ ਲੇਕਿਨ ਹੁਣ ਯਾਤਰਾ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਕੀ ਤੋਂ ਪੰਜਾਬ ਬਚਾਓ ਅਕਾਲੀ ਦਲ ਦੀ ਯਾਤਰਾ ਕੱਢ ਰਿਹਾ ਇਸ ਮਹੀਨੇ ਦੇ ਆਖਰ ਅਕਾਲੀ ਦਲ ਕਹਿੰਦਾ ਬਚਾਉਣਾ ਹੈ ਪੰਜਾਬ ਖਲਕਮਾਲ ਅਕਾਲੀ ਦਲ ਕਹਿ ਰਿਹਾ ਪੰਜਾਬ ਬਚਾਓ ਯਾਤਰਾ ਉਹ ਭਾਈ ਤੁਹਾਡੇ ਤੋਂ ਤਾਂ ਬਚਾਉਣਾ ਹੈ ਅਜੇ ਤੁਹਾਡੇ ਤੋਂ ਹੁਣ ਤਾਂ ਬਚਾ ਕੇ ਹੱਟਿਆਂ ਅਜੇ ਸੋ ਪੰਜਾਬ ਨੂੰ ਕੁਝ ਕਰ ਲੈਣ ਦਿਓ ਉਹ ਸਰਕਾਰ ਨੂੰ ਕੁਝ ਕਰ ਲੈਣ ਦਿਓ ਕਿਉਂ ਬਾਰ ਬਾਰ ਹਾਰ ਦਿਓ ਹਾਰਨ ਤੋਂ ਬਾਅਦ ਕਹਿੰਦੇ ਨੇ ਕੋਈ ਗੱਲ ਨਹੀਂ ਇਹ ਤਾਂ ਆਏ ਹੋ ਗਿਆ ਹੁਣ ਅਗਲੀਆਂ ਚੋਣਾਂ ਚ ਦੇਖਾਂਗੇ ਮਤਲਬ 20 ਮਹੀਨੇ ਤੋਂ ਬਾਅਦ ਹੋ ਗਿਆ ਜੀ 40000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਬੈਠਾਂਗੇ ਸਰਕਾਰੀ ਨੌਕਰੀਆਂ 40000 ਤੋਂ ਵੱਧ ਪਟਵਾਰੀ ਮੁੰਡੇ ਕੁੜੀਆਂ ਸਬ ਇੰਸਪੈਕਟਰ ਮੁੰਡੇ ਕੁੜੀਆਂ ਕਲਰਕ ਐਸ ਡੀਓ 40000 ਤੋਂ ਵੱਧ ਨੌਕਰੀਆਂ ਦੇ ਕੇ ਬੈਠਾਂ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਕਰਕੇ ਤੁਹਾਡੇ ਸਾਹਮਣੇ ਬੈਠਾਂ ਹੋਰ ਦੇਖੋ 664 ਹੋ ਗਏ 125 ਹੋਰ ਤੇਰਨੇ 800 ਮਹੱਲਾ ਕਲੀਨਿਕ ਜਿੱਥੇ ਕਿ 90 ਕਿਸਮ ਦੀਆਂ ਦਵਾਈਆਂ ਮਿਲਦੀਆਂ 42 ਕਿਸਮ ਦੇ ਟੈਸਟ ਹੁੰਦੇ ਨੇ ਉਹ ਖੋਲ ਕੇ ਤੁਹਾਡੇ ਸਾਹਮਣੇ ਬੈਠਾ ਸਰਕਾਰੀ ਸਕੂਲਾਂ ਦਾ ਕਾਇਆ ਪਲਟ ਹੋ ਰਿਹਾ ਸਕੂਲ ਆਫ ਐਮੀਨੈਂਸ ਖੁੱਲ ਰਹੇ ਨੇ ਹੈ ਜੀ ਸਟੈਂਪ ਪੇਪਰ ਦੀ ਕਲਰ ਕੋਡਿੰਗ ਕਰਤੀ ਕੋਈ ਬਾਬੂ ਕੋਈ ਫੈਕਟਰੀਆਂ ਨੂੰ ਤੰਗ ਨਹੀਂ ਕਰੂਗਾ ਗ੍ਰੀਨ ਸਟੈਂਪ ਪੇਪਰ ਲਓ ਫੈਕਟਰੀ ਖੋਲੋ ਇਹਦਾ ਮਤਲਬ ਸਾਰਾ ਕੁਝ ਅਸੀਂ ਗ੍ਰੀਨ ਸਟੈਂਪ ਪੇਪਰ ਦੇ ਵਿੱਚ ਹੀ ਪਾਤਾ ਕਿ ਸਾਰੀ ਐਨਓਸੀਜ਼ ਉਹਦੇ ਵਿੱਚ ਹੀ ਨੇ ਫੈਕਟਰੀ ਲਾਓ 60000 ਤੋਂ ਵੱਧ 60000 ਕਰੋੜ ਤੋਂ ਵੱਧ ਦਾ ਨਿਵੇਸ਼ ਇੱਥੇ ਸ਼ੁਰੂ ਕਰਕੇ ਭੂਮੀ ਪੂਜਨ ਹੋ ਗਿਆ ਗਰਾਊਂਡ ਬਾਉਂਡਰੀਆਂ ਚੱਲ ਪੀਆਂ ਉਹ ਕਰਕੇ ਬੈਠਾ Tata Steel ਸੈਕੰਡ ਬਿਗੇਸਟ ਫੈਕਟਰੀ ਜਮਸ਼ੇਦਪੁਰ ਲੁਧਿਆਣੇ ਚ ਲੱਗ ਰਿਹਾ ਹੈ ਸਨਾਥਨ ਟੈਕਸਟਾਈਲ ਆ ਗਿਆ ਬਰਵੀਓ ਆ ਗਈ ਫ੍ਰੈਡਨਵਰਗ ਆ ਗਈ ਮੇਰੇ ਤੋਂ ਟਿਪਸ ਤੇ ਪਈਆਂ ਨੇ 20 ਮਹੀਨਿਆਂ ਦੇ ਵਿੱਚ ਅਸੀਂ ਜੋ ਜੋ ਕੰਮ ਕਰੀ ਜਾਂਦੇ ਆ ਮੈਨੂੰ ਵੀ ਨਹੀਂ ਯਾਦ ਹੈਗੇ ਜਿੰਨੇ ਅਸੀਂ ਕਰ ਰਹੇ ਹਾਂ ਕਿਉਂਕਿ ਨੇਕੀ ਕਰਾਉ ਔਰ ਕੂਏ ਮੇਂ ਡਾਲ ਮੈਂ ਕੋਈ ਸਾਨ ਕਰ ਰਹੇ ਹਾਂ ਪੰਜਾਬ ਤੇ ਜੇ ਮੈਂ ਕੋਈ ਪੰਜਾਬੀਆਂ ਦੇ ਜੀਵਨ ਸਤਰ 'ਚ ਕੋਈ ਚੇਂਜ ਲਿਆਤਾ ਮੈਂ ਕੋਈ ਸਾਨ ਥੋੜੀ ਕਰ ਰਹੇ ਹਾਂ ਮੇਰਾ ਫਰਜ ਹੈ ਮੈਂ ਇਹ ਕੰਮ ਮੈਂ ਹੱਥ ਬੰਨ ਕੇ ਲੋਕਾਂ ਤੋਂ ਲਿਆ ਹੈ ਕਿ ਮੈਨੂੰ ਇਸ ਕੰਮ ਤੇ ਲਾਓ ਜੀ ਮੈਂ ਕਰੂੰਗਾ ਤਾਂ ਲੋਕਾਂ ਨੇ ਦਿੱਤਾ ਤਾਂ ਮੈਂ ਫਿਰ ਆਸਾਨ ਕਰਾਂ ਕਿ ਮੈਂ ਆ ਕਰਤਾ ਮੈਂ ਕਹਿਣਾ ਕਿ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਹੈ ਕੈਲੀਫੋਰਨੀਆ ਲੰਡਨ ਪੈਰਿਸ ਬਣਾਉਣ ਦੀ ਲੋੜ ਨਹੀਂ ਆ ਜਿਹੜੇ ਤੜਕੀ ਲੱਗ ਜਾਂਦੇ ਮੈਨੂੰ ਗਾਲਾਂ ਕੱਢਣ ਹੂੰ ਮੇਰੀ ਭੈਣ ਨੇ ਚੂੜੀ ਕਿਹੜੀ ਪਾਈ ਹੋਈ ਐ ਮੇਰੀ ਮਾਂ ਦੇ ਜੁੱਤੀ ਕਿਹੜੀ ਪਾਈ ਆਹੀ ਮੁੱਦੇ ਰਹਿ ਗਏ ਹੁਣ ਪੰਜਾਬ ਦੇ ਬਸ ਅਸੀਂ ਕੋਈ ਅਸੀਂ ਵੀ ਖਾਂਦੇ ਪੀਂਦੇ ਘਰਾਂ ਚੋਂ ਆਇਆ ਯਾਰ ਹੂੰ ਜ਼ਿਮੀਂਦਾਰਾਂ ਦੇ ਮੁੰਡੇ ਆ 15 20 ਕਿੱਲੇ ਜ਼ਮੀਨ ਐ ਐ ਤਾਂ ਨਾ ਕਰੋ ਕਿ ਅਸੀਂ ਸੜਕਾਂ ਤੋਂ ਉੱਠ ਕੇ ਆ ਗਏ ਇੱਕੋ ਕਹਿੰਦਾ ਉਹ ਵੀ ਉਹ ਵੀ ਕਾਨਵੈਂਟਰੀਅਨ ਐ ਇਹ ਮੋਬਾਈਲ ਰਿਪੇਅਰ ਕਰਨ ਵਾਲਾ ਆ ਗਿਆ ਜੀ ਇੱਕ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਸਾਡੇ ਸਾਹਮਣੇ ਜੀ ਅੱਛਾ ਤੁਸੀਂ ਹੀ ਹੁੰਨੇ ਹੋ ਫਿਰ ਐਮਐਲਏ ਤੇ ਐਮਪੀ ਵਨ ਵਾਲੇ ਹੈਂ ਅਸੀਂ ਤਾਂ ਫਿਰ ਮਟੀਰੀਅਲ ਹੋ ਗਏ ਮਾੜਾ ਮਟੀਰੀਅਲ ਹੋ ਗਏ ਅਸੀਂ ਇਹ ਭਗਵੰਤ ਮਾਨ ਇਹ ਸਟੇਜ ਤੇ 600 ਰੁਪਿਆ ਦਿਹਾੜੀ ਤੇ ਕੰਮ ਕਰਦਾ ਹੁੰਦਾ ਸੀ ਜੇ ਮੈਂ ਐਜ਼ ਇਨ ਆਰਟਿਸਟ 600 ਰੁਪਈ ਤੋਂ ਸ਼ੁਰੂ ਕਰ ਲਿਆ ਤੇ ਬਾਅਦ ਚ ਮੈਂ ਇੱਕ ਬਹੁਤ ਵੱਡੀ ਕਾਮੇਡੀ ਦੇ ਵਿੱਚ ਮੱਲ ਮਾਰੀ ਕਿ ਛੋਰਤ ਦੀਆਂ ਬਲੰਦੀਆਂ ਛੋਲੀਆਂ ਉਹ ਤੋਂ ਬਾਅਦ ਫਿਰ ਮੈਂ ਇੱਧਰ ਆ ਗਿਆ ਇੱਧਰ ਆ ਕੇ ਇਹਨਾਂ ਦੇ ਕੁਰਸੀਆਂ ਖੋਲੀਆਂ ਫਿਰ ਮਾੜਾ ਕੰਮ ਕਰਦਾ ਸੀ ਮੈਂ ਅਸੀਂ ਤਾਂ ਆਟੇ ਦੇ ਬਿਸਕੁਟ ਖਾਂਦੇ ਸੀ ਤੇ ਇਹਨਾਂ ਦੇ ਪਿਓ ਉਦੋਂ ਪਾਕਿਸਤਾਨ ਵਾਲੇ ਪਾਸੋਂ ਸੋਨੇ ਦੇ ਬਿਸਕੁਟ ਸਮਗਲ ਕਰਦੇ ਸੀ ਸਾਨੂੰ ਤਾਂ ਆਟਾ ਹੀ ਠੀਕ ਆ ਜੀ ਅਸੀਂ ਸੋਨੇ ਤੋਂ ਕੁਝ ਨਹੀਂ ਲੈਣਾ ਇਹ ਕਿਹੋ ਜਿਹਾ ਮਟੀਰੀਅਲ ਹੈ ਜੇ ਮੈਂ ਦੱਸਾਂ ਉਹਨਾਂ ਨੇ ਡਿਫਰਮੇਸ਼ਨ ਕਰਤੀ ਤੁਹਾਡੇ ਉੱਤੇ ਹਾਂ ਜੀ ਡਿਫਰਮੇਸ਼ਨ ਕਰਤੀ ਸਮਨ ਆਇਆ ਹੋਏ ਤੁਹਾਨੂੰ ਪੰਜਾਬੀ ਦੱਸੀ ਉਹ ਡਿਫਰਮੇਸ਼ਨ ਦੀ ਮਾਣ ਹਨੀ ਜੇ ਮਾਣ ਹੋਊਗਾ ਤਾਂ ਹੀ ਹਨੀ ਹੋਊਗੀ ਮਾਣ ਹੈਗਾ ਲੋਕਾਂ ਨੇ ਭੜਕਾ ਕੇ ਮਰੇ ਦੀ ਪੂੰਛ ਤੇ ਸਾਫ਼ ਕਰਤੇ ਮਾਣ ਹੈ ਨਹੀਂ ਕਹਿੰਦੇ ਸਾਡੀ ਮਾਣ ਹਨੀ ਹੋਗੀ ਹਾਂ ਕਿ ਉਹ ਹੰਤਮਾਨ ਆ ਨਹੀਂ ਜਰੂਰ ਹੋਇਆ ਮੈਂ ਮੰਨਦਾ ਉਹਦੇ ਵਿੱਚ ਹੋਰ ਜਾਓਗੇ ਹੁਣ ਤੁਸੀਂ ਜਦੋਂ ਸਮਨ ਆਏ ਨੇ ਹੋਰ ਜਾਓਗੇ ਹਾਲਾਤਿਕ ਦੇਣਾਉ ਕਿ ਮੈਂ ਜਾਊਂਗਾ ਬਲਕਿ ਜਲਦੀ ਤਰੀਕ ਪਵਾਇਆ ਕਰੂੰਗਾ ਜੀ ਕਿ ਹੋਰ ਹੋਰ ਦਸੀ ਇਹਨਾਂ ਦਾ ਜੋ ਇਹਨਾਂ ਕੋਲੇ ਸਮਾਨ ਹੈ ਨਾ ਉਹ ਆਪ ਵੀ ਭੁੱਲੇ ਬੈਠੇ ਨੇ ਸਾਡੇ ਕੋਲ ਕੀ ਕੀ ਹੈ ਤੁਸੀਂ ਅਕਾਲੀ ਦਲ ਦਾ ਜ਼ਿਕਰ ਕਰ ਲਿਆ ਮੈਂ ਇਸ ਕਰਕੇ ਨਾਲ-ਨਾਲ ਉਹਦੇ ਜੁੜੇ ਇੱਕ ਸਵਾਲ ਪੁੱਛ ਲਵਾਂ ਤੁਹਾਡੇ ਉੱਪਰ ਇਲਜ਼ਾਮ ਤੁਹਾਡੇ ਵਿਰੋਧੀ ਲਗਾਉਂਦੇ ਨੇ ਕਿ ਤੁਸੀਂ ਨਿਜੀ ਹਮਲੇ ਬਹੁਤ ਕਰਦੇ ਹੋ ਕਦੀ ਤੁਸੀਂ ਅਰਬੀ ਘੋੜਿਆਂ ਦਾ ਜ਼ਿਕਰ ਕਰ ਦਿੱਤਾ ਲੁਧਿਆਣੇ ਵਾਲੀ ਡਿਬੇਟ ਹੋਈ ਉਥੇ ਤੁਸੀਂ ਬਾਲਾ ਸਰ ਨਹਿਰ ਦਾ ਜ਼ਿਕਰ ਕਰ ਦਿੱਤਾ ਕਹਿੰਦੇ ਬੜੇ ਨਿਜੀ ਹਮਲੇ ਬਹੁਤ ਕਰਦੇ ਹੁਣ ਅਰਬੀ ਕੋੜੇ ਇੱਕ ਦੇਸ਼ ਨੂੰ ਦਿੱਤੇ ਡਿਫੈਂਸ ਨੂੰ ਦਿੱਤੇ ਅਰਬ ਦੇ ਰਾਜੇ ਨੇ ਤੇ ਉਹਨਾਂ ਨੂੰ ਕੋਈ ਬੰਦਾ ਘਰੇ ਲੈ ਜੇ ਇਹ ਨਿਜੀ ਹਮਲਾ ਹੈ ਇਹ ਦੇਸ਼ ਦੀ ਪ੍ਰਾਪਰਟੀ ਨਹੀਂ ਸੀ ਉਹਨਾਂ ਨੇ ਜਿਹੜੀ ਘਰੇ ਲੈ ਗਏ ਹਮ ਬਾਲਾ ਸਰ ਵਾਲੀ ਨਹਿਰ ਕਿਸੇ ਵਿੱਚ ਬਣਾਈ ਗਈ ਕਿ ਪਾਖੜਾ ਨਹਿਰ ਨੂੰ 1.5 ਫੁੱਟ ਉਹਦੇ ਉਹਦੇ ਕਿਨਾਰੇ ਉੱਪਰ ਚੱਕ ਦੋ ਇਹ ਨਿੱਜੀ ਹਮਲਾ ਜੀ ਨਿੱਜੀ ਹਮਲੇ ਕੌਣ ਕਰਦਾ ਹੈ ਮੇਰੇ ਤੇ ਹਰ ਤੀਜੇ ਦਿਨ ਲੱਗੇ ਰਹਿੰਦੇ ਨੇ ਭਗਵਾਨ ਤੁਮਾਨ ਨੇ ਦੂਜਾ ਵਿਆਹ ਕਉ ਕਰਾ ਲਿਆ ਆਪ ਦੂਜੀਆਂ ਤੀਜੀਆਂ ਦੇ ਨੇ ਆਪ ਵੀ ਪੱਲਾ ਆਪ ਦੇ ਘਰੇ ਦਾ ਦੇਖ ਲੋ ਜਦੋਂ ਮੈਂ ਬੋਲ ਪੈਂਦਾ ਕਹਿੰਦੇ ਨਿੱਜੀ ਹਮਲਾ ਹੈ ਜਦੋਂ ਉਹ ਬੋਲ ਪੈਂਦੇ ਨੇ ਕਹਿੰਦੇ ਸਾਡਾ ਵਿਰੋਧੀ ਧਿਰ ਦਾ ਫਰਜ਼ ਨਿਭਾ ਰਹੇ ਹਾਂ ਸੀ ਹੱਦ ਆ ਯਾਰ ਤੁਸੀਂ ਮੇਰੀਆਂ ਮਾਵਾ ਭੈਣਾਂ ਤੱਕ ਪਹੁੰਚੇ ਹੋਏ ਹੋ ਮੈਂ ਫੇਰ ਵੀ ਕਹਿੰਦਾ ਚੱਲ ਕੋਈ ਗੱਲ ਨਹੀਂ ਤੁਹਾਨੂੰ ਲੱਗਦਾ ਕਿ ਸਿਆਸਤ ਦਾ ਮਿਆਰ ਡਿੱਗਿਆ ਹੈ ਕਿ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਮੈਂ ਕਹਿੰਨਾ ਮੁੱਦਿਆਂ ਤੇ ਗੱਲ ਕਰੋ ਨਾ ਹਮ ਹੈਲਦੀ ਕ੍ਰਿਟਿਸਿਜ਼ਮ ਕਰੋ ਪੰਜਾਬ ਦੇ ਮੁੱਦੇ ਹੁਣ ਪੰਜਾਬ ਦੇ ਮੁੱਦੇ ਇਹੇ ਰਹਿ ਗਏ ਕਿ ਹਾਈ ਕਮਾਂਡ ਨੇ ਇਹਦੀ ਫੋਟੋ ਲਾਤੀ ਉਹਦੀ ਲਾਈ ਨਹੀਂ ਇਹ ਪੰਜਾਬ ਦੇ ਮੁੱਦੇ ਨੇ ਜੀ ਹਾਈ ਕਮਾਂਡ ਆਹ ਕਹਿੰਦੀ ਐ ਐ ਕਹਿੰਦੀ ਐ ਪੰਜਾਬ ਦੇ ਮੁੱਦੇ ਰੋਜ਼ਗਾਰ ਆ ਪੰਜਾਬ ਦੀ ਬ੍ਰੇਨ ਡ੍ਰੇਨ ਹੋ ਰਿਹਾ ਨਿਤ ਅਸੀਂ ਪੜਦੇ ਆ ਸੁਣਦੇ ਆ ਬੱਚੇ ਜਹਾਜ਼ ਪਰ ਪਰ ਉਧਰ ਜਾ ਰਹੇ ਨੇ ਕਿਤੋਂ ਕੋਈ ਜਾਜ ਹੀ ਫੜਿਆ ਜਾ ਰਿਹਾ ਪੂਰਾ ਹੀ ਤੇ ਸਾਡੇ ਰੋਜ਼ਗਾਰ ਇੱਥੇ ਆਵੇ ਸਾਡਾ ਮਾਣ ਇੱਜ਼ਤ ਬਰਕਰਾਰ ਰਵੇ ਸਾਡਾ ਕਿਸਾਨੀ ਲਾਹੇਵੰਦ ਧੰਦਾ ਬਣੇ ਐਮਐਸਪੀ ਮਿਲੇ ਫਸਲਾਂ ਦੇ ਮੁੱਲ ਮਿਲਣ ਫੇਰ ਦੁਆਮੇ ਮਾਰਦਾ ਕਿਸਾਨ ਖੇਤਾਂ ਨੂੰ ਜਾਵੇ ਮੁੱਦੇ ਤਾਂ ਇਹ ਨੇ ਜੀ ਬਈ ਮੁੱਦੇ ਵਾਲੇ ਪਾਸੇ ਆਵਾਂ ਅਕਾਲੀ ਦਲ ਨਾਲ ਹੀ ਆਖਰੀ ਸਵਾਲ ਮੈਂ ਜੁੜਿਆ ਉਹ ਕਹਿੰਦੇ ਤੁਹਾਨੂੰ ਅਕਾਲੀ ਦਲ ਤੋਂ ਹੀ ਸਭ ਤੋਂ ਜ਼ਿਆਦਾ ਟੈਨਸ਼ਨ ਹੈ ਇਸ ਕਰਕੇ ਤੁਸੀਂ ਉਹਨਾਂ ਦਾ ਬਾਰ-ਬਾਰ ਨਾਮ ਲੈਂਦੇ ਹੋ ਬਾਰ-ਬਾਰ ਉਹਨਾਂ ਨਾਲ ਜੁੜੀਆਂ ਕੋਈ ਫਾਈਲਾਂ ਦਾ ਜ਼ਿਕਰ ਕਰਦੇ ਹੋ ਕਿ ਅਕਾਲੀ ਦਲ ਤੋਂ ਸਭ ਤੋਂ ਵੱਧ ਕਬਰਾਂ ਹਟਾਇਆ ਅਕਾਲੀ ਦਲ ਦੇ ਲੀਡਰ ਜਿਹੜੇ ਟਾਪ ਲੀਡਰਸ ਨੇ ਤੁਸੀਂ ਵੀ ਜਾਣਦੇ ਹੋ ਉਹ ਬਾਰ-ਬਾਰ ਹੀ ਜ਼ਿਕਰ ਕਰਦੇ ਨੇ ਕਿ ਕਿਹਨੂੰ ਕ ਕਹਿੰਦੇ ਆਮ ਆਦਮੀ ਪਾਰਟੀ ਨੂੰ ਅਕਾਲੀ ਦਲ ਤੋਂ ਸਭ ਤੋਂ ਵੱਧਾਂ ਕਹਿੰਦੇ ਕਾਂਗਰਸੀ ਵੀ ਅਕਾਲੀ ਦਲ ਬਾਰੇ ਬੋਲਦੇ ਆ ਮਾਨ ਸਾਹਿਬ ਵੀ ਅਕਾਲੀ ਦਲ ਬਾਰੇ ਬੋਲਦੇ ਆ ਕਿ ਇਹਨਾਂ ਨੂੰ ਸਭ ਤੋਂ ਜ਼ਿਆਦਾ ਟੈਨਸ਼ਨ ਹੀ ਅਕਾਲੀ ਦਲ ਦੀ ਹੈ ਟੈਨਸ਼ਨ ਨਹੀਂ ਜੀ ਸਭ ਤੋਂ ਵੱਧ ਲੁੱਟਿਆ ਉਹਨਾਂ ਨੇ ਆ ਅਸਲ 'ਚ ਮੈਂ ਸਾਹ ਮੰਗਦਾ ਜੀ ਉਹਦਾ ਚਿੱਟੇ ਤੇ ਕੀਨੇ ਲਾਏ ਨੌਜਵਾਨ ਇੱਕ ਥਾਣੇਦਾਰ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਬਚਾਉਂਦਾ ਥਾਣੇ ਦੇ ਮੂਰੇ ਭੁੰਨ ਦਿੱਤਾ ਜਾਂਦਾ ਤੇ ਉਹ ਵੀ ਹਿੱਕ ਤੇ ਪੈਰ ਧਰ ਕੇ ਨਾਰੇ ਲੱਗ ਰਹੇ ਨੇ ਆਪਦੇ ਆਕਾ ਦੇ ਇਹ 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 ਲਾਅ ਐਂਡ ਆਰਡਰ ਕਿਹੜੇ ਕਿੰਨਾ ਦੇ ਵੇਲੇ ਸੀਗਾ ਜੀ ਇਹ ਕੋਈ ਟਾਬਾ ਨਹੀਂ ਛੱਡਿਆ ਕੋਈ ਸਮੋਸਿਆਂ ਵਾਲੀ ਰੇੜੀ ਨਹੀਂ ਛੱਡੀ ਤੇ ਤੇ ਫਿਰ ਟੈਨਸ਼ਨ ਮੈਨੂੰ ਐ ਜਾਂ ਟੈਨਸ਼ਨ ਉਹਨਾਂ ਨੂੰ ਐ ਕਿੰਨੀਆਂ ਸੀਟਾਂ ਨੇ ਕਿੰਨੀਆਂ ਸੀਟਾਂ ਨੇ ਤਿੰਨ ਇੱਕ ਬੀਐਸਪੀ ਤਿੰਨ ਚੋਂ ਇੱਕ ਬੀਐਸਪੀ ਦੇ ਦੋ ਦੋ ਚੋਂ ਇੱਕ ਅੱਧੇ ਜਿਹੇ ਦਿਲ ਨਾਲ ਆ ਕਹਿੰਦਾ ਦੇਖਦੇ ਆ ਕਿੱਦਾਂ ਨੂੰ ਜਾਣ ਕਿਵੇਂ ਜਾਣਾਂ ਤੇ ਮੈਂ ਕੀਤਾ ਜੀ ਉਹ ਇਹ ਤਾਂ ਲੋਕਾਂ ਨੇ ਕੀਤਾ ਨਾ ਫਿਰ ਹਮ ਹੈਨਾ ਹੁਣ ਕਹਿੰਦੇ ਫਿਰ ਦੀ ਹਰ ਗੱਲ ਤੇ ਖੇਤਰੀ ਪਾਰਟੀ ਨੂੰ ਬਚਾਓ ਓਏ ਸਾਡੀ ਖੇਤਰੀ ਪਾਰਟੀ ਆ ਓਏ ਕਿਉਂ ਬਚਾਈ ਜੀ ਫੇ ਕਲੇ ਲੋਕਾਂ ਨੇ ਨਨ ਬਚਾਉਂਦਾ ਮਰਵਾਏ ਕਿਨੇ ਨੇ ਚੰਗਾ ਭਲਾ ਰਾਜ ਕਰ ਲੈਂਦੇ ਸਾਨੂੰ ਕੀ ਲੋੜ ਸੀ ਮੈਂ ਤਾਂ ਬੜਾ ਵਧੀਆ ਕਲਾਕਾਰ ਸੀ ਸਾਨੂੰ ਕੀ ਲੋੜ ਸੀ ਇਧਰ ਆਉਣ ਦੀ ਜੀ ਜੋ ਉਦੋਂ ਤਾਂ ਰੱਬ ਉਹ ਤਾਂ ਰੱਬ ਭੁੱਲਿਆ ਹੋਇਆ ਸੀ ਉਹ ਤਾਂ ਮਤਲਬ ਡੀਜੀਪੀ ਨੂੰ ਜਾਂ ਆਈਜੀ ਨੂੰ ਵੀ ਥਾਣੇਦਾਰਾ ਕਹਿ ਕੇ ਬੁਲਾਉਂਦੇ ਸੀ ਐ ਥੋੜੀ ਹੁੰਦਾ ਪਾਸ ਦੇ ਕਹ ਜੀ ਲੋਕ ਹੈ ਜਾਨ ਲੋਕਾਂ ਚ 2000 ਲੋਕ ਜਾਨ ਨਹੀਂ ਹੁਣ ਇਸ ਵਕਤ ਲੋਕਾਂ ਦੀ ਜਾਨ ਹੂੰ ਇਹ ਬਾਬੇ ਨਾਨਕ ਦੀ ਤੱਕੜੀ ਕਿਉਂ ਕਿਹਾ ਜੀ ਉਹਨੇ ਉਹਨਾਂ ਨੇ ਬਿਆਨ ਦਿੱਤਾ ਹੈ ਕਹਿੰਦੇ ਬਾਬੇ ਨਾਨਕ ਦੀ ਤੱਕੜੀ ਬਾਬੇ ਨਾਨਕ ਦੀ ਤੱਕੜੀ ਆ ਮੁਕਸਰ ਦੀ ਰੈਲੀ ਤੇ ਹਰ ਸਿਮਰਤ ਕੌਰ ਕਹਿ ਰਹੀ ਸੀ ਕਿ ਬਾਬੇ ਨਾਨਕ ਦੀ ਤੱਕੜੀ ਇਹ ਬਾਬੇ ਨਾਨਕ ਦੀ ਤੱਕੜੀ ਹੈ ਬਾਬੇ ਨਾਨਕ ਦੀ ਤੱਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਅਕਾਲੀ ਦਲ ਵਾਲੀ ਤੱਕੜੀ ਮੇਰਾ ਮੇਰਾ ਸਭ ਕੁਝ ਮੇਰਾ ਜਿਹੜੀ ਤਕੜੀ ਚਿੱਟਾ ਤੁਲਦਾ ਹੋਵੇ ਉਹ ਬਾਬੇ ਨਾਨਕ ਦੀ ਹੋ ਸਕਦੀ ਹੈ ਇਹ ਫਿਰ ਧਾਰਮਿਕ ਭਾਵਨਾਵਾਂ ਨੂੰ ਨਹੀਂ ਭੜਕਾਉਂਦੇ ਹੁਣ ਫਿਰ ਸ਼੍ਰੋਮਣੀ ਕਮੇਟੀ ਕਿ ਕੀ ਕਰਦੀ ਹੈ ਅਕਾਲ ਤਖਤ ਦੇ ਜੱਜਦਾਰ ਸਾਹਿਬ ਹੁਣ ਕਿਉਂ ਨਹੀਂ ਬੁਲਾਉਂਦੇ ਉਹਨਾਂ ਨੂੰ ਕਿ ਤੁਸੀਂ ਆਪਣੇ ਚੋਣ ਨਿਸ਼ਾਨ ਨੂੰ ਪੋਲਿਟੀਕਲ ਚੋਣ ਨਿਸ਼ਾਨ ਨੂੰ ਬਾਬੇ ਨਾਨਕ ਸਾਹਿਬ ਨਾਲ ਕਿਉਂ ਜੋੜਿਆ ਗੁਰੂ ਨਾਲ ਕਿਉਂ ਜੋੜਿਆ ਕੱਲ ਨੂੰ ਕਾਂਗਰਸ ਵਾਲੇ ਕਹਿਣ ਲੱਗ ਜਾਣਗੇ ਸਾਡਾ ਵੀ ਉਹੀ ਪੰਜਾ ਹੈ ਜਿਹਦੇ ਨਾਲ ਪਹਾੜ ਰੋਕਿਆ ਸੀ ਬਾਬੇ ਨਾਨਕ ਨੇ ਇਹ ਧਾਰਮਿਕ ਜਿਹੜੇ ਸਾਡੇ ਭਾਵਨਾਵਾਂ ਨਹੀਂ ਉਹਨੂੰ ਪੋਲਿਟੀਕਲ ਵਾਸਤੇ ਕਿਉਂ ਯੂਜ਼ ਕਰਦੇ ਆ ਬਾਬੇ ਨਾਨਕ ਦੀ ਬਾਣੀ ਰੋਲੀ ਗਲੀਆਂ ਚ ਤੇ ਹੁਣ ਉਹ ਕਹਿੰਦੇ ਨੇ ਬਾਬੇ ਨਾਨਕ ਦੀ ਤਾਂ ਕੜੀ ਹੈ ਐ ਇਸੇ ਕਰਕੇ ਲੋਕ ਗੁੱਸੇ ਨੇ ਇਹਨਾਂ ਨੂੰ ਇਹਨਾਂ ਨੂੰ ਸਮਝ ਨਹੀਂ ਆ ਰਹੀ ਲੋਕਾਂ ਦੀਆਂ ਨਬਜਾਂ ਦੀ ਲੋਕ ਇੱਕ ਤਾਂ ਹੁੰਦਾ ਵਿਰੋਧ ਕਰਨਾ ਲੋਕ ਨਫ਼ਰਤ ਕਰਦੇ ਆ ਨਫ਼ਰਤ ਪਿੰਡਾਂ ਜਾ ਕੇ ਦੇਖਿਓ ਇਹਨਾਂ ਨੂੰ ਇਸ ਵਾਰ ਵੀ ਦੇਖਿਓ ਕੀ ਹੁੰਦਾ ਇਹਨਾਂ ਨਾਲ ਮਾਨ ਸਾਹਿਬ 2024 ਦਾ ਸਭ ਤੋਂ ਵੱਡਾ ਸਵਾਲ ਇਸ ਵੇਲੇ ਬਣਿਆ ਹੋਇਆ ਹੈ ਕਿ ਕੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਚ ਇਕੱਠੇ ਹੋਏਗੀ ਤੁਸੀਂ ਕਹਿ ਰਹੇ ਹੋ ਕਿ 13 0 ਦੇਸ਼ ਪੰਜਾਬ ਬਣੇਗਾ ਹੀਰੋ 13 0 ਲekin ਤੁਹਾਡੇ ਹਾਈ ਕਮਾਂਡ ਜਾਂ ਤੁਹਾਡੇ ਅਰਵਿੰਦ ਕੇਜਰੀਵਾਲ ਉਹ ਰਾਹੁਲ ਗਾਂਧੀ ਨੂੰ ਮਿਲਦੇ ਨੇ ਮਲੇਕਰਜਨ ਖੜਗੇ ਹੋਰਾਂ ਨਾਲ ਮੁਲਾਕਾਤ ਹੁੰਦੀ ਹੈ ਚੰਡੀਗੜ੍ਹ ਦੇ ਵਿੱਚ ਮੇਅਰ ਦੇ ਲਈ ਸਮਰਥਨ ਜਿਹੜਾ ਵੈ ਉਹ ਕਾਂਗਰਸ ਦੇ ਦਿੰਦੀ ਹੈ ਪੰਜਾਬ ਦੇ ਲੋਕਾਂ ਨੂੰ ਥੋੜਾ ਏ ਕਲੀਅਰ ਕਰ ਦੋ ਕਿ ਪੰਜਾਬ ਚ ਆਮ ਆਦਮੀ ਪਾਰਟੀ 13 ਸੀਟਾਂ ਤੇ ਇਕੱਲੇ ਲੜੇਗੀ ਜਾਂ ਕਾਂਗਰਸ ਨਾ ਜਾਏਗੀ 13 ਜ਼ੀਰੋ ਫਿਰ ਮੈਂ ਆਪਣੀਆਂ ਹੀ ਕਹੇ ਜੀ ਹੁਣ ਆਮ ਆਦਮੀ ਪਾਰਟੀ ਦਾ ਪ੍ਰਧਾਨ ਹਾਂ ਮੈਂ ਪੰਜਾਬ ਦਾ ਮੁੱਖ ਮੰਤਰੀ ਹਾਂ ਤੇ ਮੈਂ 13 0 ਚ ਕਿਸੇ ਹੋਰ ਨੂੰ ਵਿੱਚ ਥੋੜੀ ਪਾਉਂਗਾ ਫਿਰ ਹਾਈ ਕਮਾਂਡ ਨੇ ਕਲੀਅਰ ਕਰਤਾ ਤੁਹਾਨੂੰ ਕਿ 13 ਤੇ ਆਪਣੇ ਕੈਂਡੀਡੇਟ ਤਿਆਰ ਕਰ ਲੋ ਜਾਂ ਕਿੰਨੇ ਕਿੰਨੇ 13 ਕੈਂਡੀਡੇਟ ਤਿਆਰ ਨੇ ਤੁਸੀਂ ਚਲਾਉਣੀ ਐ ਇਹ ਬਿਲਕੁਲ ਹੈਡਲਾਈਨ ਤੁਸੀਂ ਐ ਕਰਨਾ ਬ੍ਰੇਕਿੰਗ ਨਿਊਜ਼ ਬਿਲਕੁਲ ਫੌਂਤਮਾਨ ਨੇ ਕਹਤਾ ਵੱਡਾ ਬਿਆਨ ਤੁਸੀਂ ਬਹੁਤ ਡਰਾਉਨੇ ਹੋ ਯਾਰ ਖਬਰ ਛੋਟੀ ਜੀ ਹੁੰਦੀ ਐ ਇਹ ਖਬਰ ਤੇ ਪੰਜਾਬੀ ਆ ਲੱਗਦਾ ਮੈਨੂੰ ਪਤਾ ਨਹੀਂ ਕੀ ਹੋ ਗਿਆ ਹੁਣ ਤੁਸੀਂ ਜਾਣ ਕੇ ਸਾਰੇ ਕੋਈ ਨਾਲੇ ਪਤਾ ਐ ਫਿਰ ਵੀ ਉਹੀ ਐ ਭੋਲੇ ਜੇ ਬਣ ਕੇ ਇਸ ਤਰ੍ਹਾਂ ਹਾਈ ਕਮਾਂਡ ਤੁਹਾਨੂੰ ਕਹਿ ਸਕਦੀ ਐ ਇਸ ਤਰ੍ਹਾਂ ਭੰਖੇ ਅੱਛਾ ਬ੍ਰੀਕਿੰਗ ਦੇ ਦੋ 13 0 ਕਹਿਤਾ ਫਿਰ ਮੈਂ ਕਹਿ ਦਿੰਨਾ ਇਸ ਵਾਰ ਲੋਕ ਸਭਾ ਚ ਪੂਰੇ ਦੇਸ਼ ਚ ਪੰਜਾਬ ਬਣੂਗਾ ਹੀਰੋ ਆਮ ਆਦਮੀ ਪਾਰਟੀ ਦੇ ਹੱਕ ਚ ਪੰਜਾਬ ਚੋਂ 13 0 ਯਾਨੀ ਕਿ ਵੱਡਾ ਬਿਆਨ ਦੇ ਰਹੇ ਹੋ ਫਿਰ ਕਲੀਅਰ ਕਰ ਰਹੇ ਹੋ ਮੈਨੂੰ ਇਹਨੂੰ ਵੱਡਾ ਸਮਝ ਲਓ ਛੋਟਾ ਸਮਝ ਲਓ ਤੁਸੀਂ ਤੁਹਾਡੇ ਮੈਨੂੰ ਪਤਾ ਹੈ ਪੰਜਾਬ ਦੇ ਲੋਕ ਜਿਹੜੇ ਨੇ ਉਹ ਮੈਂ ਜਾਣਾਂ ਮੈਂ ਰੋਜ਼ ਲੋਕਾਂ ਨੂੰ ਜਾਣਾਂ ਮੈਂ ਕੋਈ ਉਹ ਮੁੱਖ ਮੰਤਰੀ ਨਹੀਂ ਹੈਗਾ ਵੀ ਕੋਈ ਪ੍ਰੋਟੋਕਾਲ ਹੈ ਮੈਂ ਲੋਕਾਂ ਚੀਨਾਂ ਬਣਾ ਮਤਲਬ ਕਈ ਵਾਰੀ ਰਸਤੇ 'ਚ ਵੀ ਦੋ ਦੋ ਤਿੰਨ ਤਿੰਨ ਜਗ੍ਹਾ ਤੇ ਮੈਨੂੰ ਰੁਕਣਾ ਪੈ ਜਾਂਦਾ ਸੋ ਲੋਕ ਕਹਿੰਦੇ ਨੇ ਕਹਿੰਦੇ ਭਾਈ ਅਸੀਂ ਤਾਂ ਤੁਹਾਡੇ ਨਾਲ ਆਂ ਅਸੀਂ ਤੁਹਾਡੇ ਤੋਂ ਖੁਸ਼ ਆਂ ਕਹੀਂ ਕਰੀ ਚੱਲ ਕੰਮ ਮੈਂ ਕਹਾਂ ਜੀ ਆ ਥੋੜੇ ਜਿਹੜੇ ਟਿੱਕੇ ਜਿਹੜਾ ਆਉਣ ਵਾਲੇ ਨੇ ਕਹਿੰਦੇ ਕੋਈ ਨਹੀਂ ਤਿੰਨ ਕ ਮਹੀਨਾ ਤੱਕ ਇਹਨਾਂ ਨੂੰ ਚੁੱਪ ਕਰਾ ਦਾਂਗੇ ਤੂੰ ਆਪਦਾ ਕੰਮ ਕਰੀ ਚੱਲ ਲੇਕਿਨ ਅੱਜ ਧਮਕੀ ਮਿਲੀ ਤੁਹਾਨੂੰ ਸਿਕ ਫੋਰ ਜਸਟਿਸ ਵੱਲੋਂ ਧਮਕੀ ਮਿਲੀ ਤੁਸੀਂ ਪਿਛਲੇ ਦਿਨਾਂ 'ਚ ਕਿਹਾ ਸੀ ਮੇਰੇ ਇੰਟਰਵਿਊ 'ਚ ਕਿਹਾ ਸੀਗਾ ਕਿ ਅਗਰ ਪੰਜਾਬ 'ਚ ਕੋਈ ਕ੍ਰਾਈਮ ਕਰੇਗਾ ਤਾਂ ਫਿਰ ਅਗਲੇ ਚੌਂਕ 'ਚ ਪਹੁੰਚੇਗਾ ਜਾਂ ਨਹੀਂ ਪਹ ਤੇ ਅੱਜ ਤੁਹਾਨੂੰ ਧਮਕੀ ਦਿੱਤੀ ਐ ਤੁਸੀਂ ਦੇਖੀ ਹੋਣੀ ਐ ਕਿਵੇਂ ਦੇਖਦੇ ਹੋ ਜੇ ਓਖਲੀ ਚ ਸਿਰ ਦਿੱਤਾ ਤਾਂ ਮੋਲਿਆਂ ਦਾ ਕੀ ਡਰ ਜਦੋਂ 3.5 ਕਰੋੜ ਲੋਕਾਂ ਦੇ ਕਸਟੋਡੀਅਨ ਹੋ 3.5 ਕਰੋੜ ਲੋਕਾਂ ਦੇ ਤੁਸੀਂ ਮੁਖੀ ਆਂ ਐ ਜੀਆਂ ਗਿੱਦੜ ਧਮਕੀਆਂ ਤੋਂ ਡਰਨਾ ਫਿਰ ਕਫਣ ਬੰਨੀ ਕਰਦੇ ਆ ਪਹਿਲਾਂ ਵੀ ਇਹ ਉਹ ਤਾਂ ਧਮਕੀਆਂ ਦੇ ਨਾਲ ਤਾਂ ਪਤਾ ਨਹੀਂ ਅਮਰੀਕਾ ਮਰੁੱਕਾ ਬੈਠੇ ਨੇ ਇਹ ਕਿਹੜਾ ਕੱਟਨੇ ਆ ਜਿਹੜੇ ਕਹਿੰਦੇ ਮੁੱਛਾਂ ਮਰੋੜ ਦੇ ਤੈਨੂੰ ਦੇਖ ਲਾਂਗੇ ਤੈਨੂੰ ਆ ਉਹ ਵੀ ਧਮਕੀ ਨੇ ਡਰ ਨਹੀਂ ਲੱਗਦਾ ਜਾਂ ਸਿਕਿਉਰਿਟੀ ਵਧਾਈ ਐ ਤੁਸੀਂ ਸਿਕਿਉਰਿਟੀ ਵਧੇਗੀ ਜਾਂ ਕਿਵੇਂ ਆ ਦੇਖੋ ਜੀ ਗੱਲ ਇਹ ਆ ਸਭ ਤੋਂ ਵੱਡਾ ਬਾਡੀਗਾਰਡ ਉਹ ਨੀਲੀ ਛੱਤ ਵਾਲਾ ਉਹ ਤੋਂ ਵੱਡਾ ਪ੍ਰੋਟੋਕਾਲ ਕੋਈ ਨਹੀਂ ਦੇ ਸਕਦਾ ਤੁਹਾਨੂੰ ਪਹਿਲਾਂ ਵੀ ਇੱਥੇ ਸਿਕਿਉਰਟੀਆ ਵਾਲੇ ਵੀ ਦੁਨੀਆ ਤੋਂ ਤੁਰ ਗਏ ਠੀਕ ਹੈ ਨਾ ਸੋ ਅਸੀਂ ਤਾਂ ਆਪਣਾ ਕੰਮ ਕਰਨਾ ਪਰ ਹਾਂ ਜਿੰਨਾ ਚਿਰ ਜ਼ਿੰਮੇਵਾਰੀ ਹੈ ਸਾਢੇ 3 ਕਰੋੜ ਲੋਕਾਂ ਦੇ ਸੁੱਖ ਚੈਨ ਦੀ ਜਾਨ ਮਾਲ ਦੀ ਉਹ ਨਿਭਾਉਂਗਾ ਜਿੰਨੀਆਂ ਮਰਜ਼ੀ ਧਮਕੀਆਂ ਦੇਈ ਚਲੋ ਮੈਂ ਲੋਕਾਂ 'ਚ ਵੀ ਜਾਊਂਗਾ ਨਾ ਮੈਂ ਇਹਨਾਂ ਕਰਕੇ ਲੋਕਾਂ ਤੋਂ ਜਾਣੋ ਹਟਾਂ ਤੇ ਨਾ ਹੀ ਜਿਹੜੇ ਉਹੀ ਇੱਕ ਟੁੱਟਿਆ ਹੋਇਆ ਪਿਸਤੌਲ ਲੈ ਕੇ ਵਪਾਰੀ ਦੇ ਦਸਾਂ ਨਾ ਹੋਣ ਦੀ ਕਮਾਈ ਤੋਂ ਮੈਨੂੰ 5 ਲੱਖ ਦੇ ਤੇ 10 ਲੱਖ ਫਰੋਤੀਆਂ ਮੰਗਦੇ ਨੇ ਜਾਂ ਜਾ ਕੇ ਦੁਕਾਨਾਂ ਤੇ ਤੰਗ ਕਰਦੇ ਨੇ ਇਹ ਮੈਂ ਫੇਰ ਕਹਿਣਾ ਪੰਜਾਬ ਪੁਲਿਸ ਜਿਹੜੀ ਹੈ ਕਾਨੂੰਨ ਮੁਤਾਬਕ ਕੰਮ ਕਰਦੀ ਹੈ ਪਰ ਜੇ ਮੂਰੋਂ ਅੱਗੇ ਕੋਈ ਗੋਲੀ ਚਲਾਉਣ ਦੀ ਕੋਸ਼ਿਸ਼ ਕਰੂਗਾ ਤਾਂ ਸਾਡੇ ਵੀ ਜਵਾਨ ਕਈ ਸ਼ਹੀਦ ਹੋਏ ਨੇ ਤਾਂ ਫਿਰ ਪੰਜਾਬ ਪੁਲਿਸ ਉਸ ਹਸਾਬ ਨਾਲ ਜਵਾਬ ਦੇ ਲੇਕਿਨ ਤੁਹਾਡੇ ਇਸ ਬਿਆਨ ਤੋਂ ਬਾਅਦ ਐਨਕਾਊਂਟਰ ਜਾਂ ਮੁੱਠ ਭੇੜ ਕੇ ਇਹ ਬਹੁਤ ਜ਼ਿਆਦਾ ਵਧ ਗਈ ਪੁਲਿਸ ਬੜੀ ਐਕਸ਼ਨ ਚ ਆ ਗਈ ਜਦੋਂ तकरीबन 20-22 ਦਿਨ ਪਹਿਲਾਂ 1 ਮਹੀਨਾ ਪਹਿਲਾਂ ਤੁਸੀਂ ਬਿਆਨ ਨਿਊਜ਼ 80 ਤੇ ਦਿੱਤਾ ਸੀ ਉਸ ਤੋਂ ਬਾਅਦ ਦੇਖਿਆ ਕਿ ਲਗਾਤਾਰ ਗੈਂਗਸਟਰ ਦੇ ਉੱਤੇ ਐਕਸ਼ਨ ਹੁੰਦੇ ਹੋਏ ਨਜ਼ਰ ਆਇਆ ਪੰਕਜ ਜੀ ਕੋਈ ਮੇਰੇ ਬਿਆਨ ਨਾਲ ਨਹੀਂ ਪੰਜਾਬ ਦੇ ਲਾਅ ਐਂਡ ਆਰਡਰ ਨਾਲ ਸਮਝੌਤਾ ਨਹੀਂ ਕਰੂੰਗਾ ਮੈਂ ਇਸ ਤੋਂ ਪਹਿਲਾਂ ਵੀ ਇੱਕ ਦੋ ਘਟਨਾਵਾਂ ਇਸ ਤਰ੍ਹਾਂ ਦੀ ਹੋਈਆਂ ਜੋ ਲੱਗਿਆ ਸੀ ਕਿ ਪੰਜਾਬ 'ਚ ਪਤਾ ਨਹੀਂ ਕੀ ਹੋ ਜਾਊਗਾ ਪਰ ਅਸੀਂ ਮੈਂ ਫੇਰ ਕਹਿਣਾ ਅਸੀਂ ਇਹ ਜਿਹੜੇ ਨੇ ਨਾ ਜਿਹੜੇ ਆ ਲੀਡਰ ਨੇ ਇਹਨਾਂ ਵਾਂਗੂ ਅਸੀਂ ਗੈਂਗਸਟਰ ਨਹੀਂ ਪਾਲਦੇ ਨਾ ਹੀ ਮੈਂ ਕਿਸੇ ਗੈਂਗਸਟਰ ਨੂੰ ਆਪਣੇ ਯੂਥ ਦਾ ਪ੍ਰਧਾਨ ਲਾਇਆ ਹੋਇਆ ਜਾਂ ਕੋਈ ਕੋਈ ਚੇਅਰਮੈਨ ਲਾਇਆ ਹੋਇਆ ਇਹਨਾਂ ਨੇ ਪਾਲੇ ਨੇ ਯੰਗ ਮੁੰਡੇ ਸੀ ਉਹਨਾਂ ਦੇ ਮਾਪਿਆਂ ਦੀਆਂ ਇੰਟਰਵਿਊਆਂ ਤੁਸੀਂ ਉਹ ਕਰਦੇ ਹੋ ਕੀ ਕਹਿੰਦੇ ਨੇ ਉਹ ਫਲਾਨੇ ਲੀਡਰ ਨੇ ਸਾਡਾ ਘਰ ਪੱਟਤਾ ਜੀ ਫਲਾਨੇ ਲੀਡਰ ਨੇ ਉਦੋਂ ਇਹਨਾਂ ਨੂੰ ਬੰਦੂਕਾਂ ਫੜਾ ਕੇ ਮਨਮਰਜ਼ੀ ਦੇ ਕੰਮ ਕਰਾਉਂਦੇ ਰਹੇ ਬਾਅਦ ਚ ਕੰਮ ਲੈ ਕੇ ਮੱਖੜ ਚੋ ਬਾੜਵਾ ਨੂੰ ਕੱਢ ਕੇ ਉਹ ਮਾਰੇ ਹੁਣ ਆਪ ਭੱਜ ਗਏ ਉਹ ਫਸ ਗਏ ਲੇਕਿਨ ਗੈਂਗਸਟਰਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਗੈਂਗਸਟਰ ਨੇ ਆ ਜਿਹੜੇ ਇਸ ਵੇਲੇ ਵੀ ਕ੍ਰਾਈਮ ਕਰ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਲਾਅ ਐਂਡ ਆਰਡਰ ਦੇ ਮਾਮਲੇ 'ਚ ਕੋਈ ਸਮਝੌਤਾ ਨਹੀਂ ਬਾਕੀ ਸਾਰੀਆਂ ਪਾਰਟੀਆਂ ਦੇ ਨਾ ਕੋਟੇ ਨੇ ਕਿ ਫਲਾਨਾ ਰਾਹੁਲ ਗਾਂਧੀ ਦੇ ਕੋਟੇ 'ਚੋਂ ਐ ਫਲਾਨਾ ਪ੍ਰਿੰਕਾ ਗਾਂਧੀ ਦੇ ਕੋਟੇ 'ਚੋਂ ਐ ਫਲਾਨਾ ਸੋਨੀਆ ਗਾਂਧੀ ਦੇ ਕੋਟੇ 'ਚੋਂ ਐ ਫਲਾਨਾ ਸੁਖਬੀਰ ਬਾਦਲ ਦੇ ਕੋਟੇ 'ਚੋਂ ਫਲਾਨਾ ਹਰਸਿਮਰ ਦੇ ਕੋਟੇ 'ਚੋਂ ਫਲਾਨਾ ਮਜੀਠੀਏ ਦੇ ਕੋਟੇ 'ਚੋਂ ਐ ਪਰ ਮੈਂ ਕਹਿਣਾ ਭਗਵੰਤ ਮਾਨ ਆਮ ਲੋਕਾਂ ਦੇ ਕੋਟੇ ਚ ਆ ਸਾਢੇ 3 ਕਰੋੜ ਪੰਜਾਬੀਆਂ ਦੇ ਕੋਟੇ ਚ ਆ ਮੈਂ ਮੇਰਾ ਹੋਰ ਕੋਈ ਕੋਟਾ ਨਹੀਂ ਮੇਰੀ ਨਾ ਰੇਤੇ ਦੇ ਖੱਡ ਚ ਹਿੱਸਾ ਕੋਈ ਮੇਰਾ ਨਾ ਬੱਸਾਂ ਦੀਆਂ ਟਰਾਂਸਪੋਰਟਾਂ ਚ ਹਿੱਸਾ ਹੈ ਨਾ ਮੇਰਾ ਕਿਸੇ ਟਾਬੇ ਚ ਹਿੱਸਾ ਹੈ ਨਾ ਮੇਰਾ ਕਿਸੇ ਸ਼ਰਾਬ ਦੇ ਠੇਕਿਆਂ ਚ ਹਿੱਸਾ ਹੈ ਹਾਂ ਹਿੱਸਾ ਹੈਗਾ ਪਰ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈ ਜਿੱਥੇ ਦੁੱਖ ਹੋਊਗਾ ਉੱਥੇ ਵੀ ਜਾਊਗਾ ਕਿਉਂਕਿ ਸਿਆਣੇ ਕਹਿੰਦੇ ਆ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੀਆਂ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਜੇ ਦੁੱਖ ਹੋਊਗਾ ਮੈਂ ਅੱਧੇ ਕਰਨ ਵੀ ਜਾਊਂਗਾ ਜਦੋਂ ਪੰਜਾਬੀ ਖੁਸ਼ ਹੋਣਗੇ ਮੈਂ ਉਹਨਾਂ ਦੇ ਖੁਸ਼ ਨੂੰ ਦੁੱਗਣਾ ਕਰਨ ਵੀ ਜਾਊਂਗਾ ਲਾਅ ਐਂਡ ਆਰਡਰ ਦੇ ਮਾਮਲੇ 'ਚ ਕੋਈ ਸਮਝੌਤਾ ਨਹੀਂ ਪਰ ਤੁਸੀਂ ਜਿੰਨੀਆਂ ਮਰਜ਼ੀ ਧਮਕੀਆਂ ਦੇ ਲੋ ਤੁਸੀਂ ਖੁਦ ਹੀ ਜ਼ਿਕਰ ਕਰ ਦਿੱਤਾ ਕਿ ਪਿਛਲੇ 1.5 ਸਾਲ ਦੇ ਵਿੱਚ ਕੁਝ ਹੋਇਆ ਖਾਸ ਤੌਰ ਤੇ ਮੈਂ ਅਮਰਿਤਪਾਲ ਦੇ ਐਪੀਸੋਡ ਦਾ ਜ਼ਿਕਰ ਕਰਾਂ ਪਿਛਲੇ 1.5 ਤੋਂ 2 ਮਹੀਨਿਆਂ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਇਨਕਾਊਂਟਰਸ ਹੋਏ ਆ ਔਰ ਤੁਹਾਡੇ ਵਿਰੋਧੀ ਇਸ ਨੂੰ ਲੈ ਕੇ ਬਹੁਤ ਸਵਾਲ ਚੁੱਕ ਰਹੇ ਆ ਤੁਹਾਡੇ ਉੱਤੇ ਮੈਂ ਫਿਰ ਨਾਮ ਲੈ ਦਿੰਦਾ ਤੁਸੀਂ ਕਹੋਗੇ ਕਿ ਨਾਮ ਲੈ ਕਿ ਪ੍ਰਤਾਪ ਸਿੰਘ ਬਾਜਬਾ ਜਿੱਥੇ ਇਨਕਾਊਂਟਰ ਹੋ ਉਸ ਸਿੱਧਾ ਜਾ ਕੇ 90 ਦੇ ਦੌਰ ਦੇ ਨਾਲ ਕੰਪੇਅਰ ਕਰਨਾ ਸ਼ੁਰੂ ਕਰ ਦਿੱਤਾ ਇਹ ਪਹਿਲਾਂ ਤਾਂ ਕਹਿੰਦੇ ਆ ਲਾਅ ਐਂਡ ਆਰਡਰ ਦਾ ਹਾਲ ਦੇਖੋ ਇਤਨੀ ਸ਼ਰੀਆਮ ਲੁੱਟਾਂ ਹੋ ਰਹੀਆਂ ਨੇ ਭਗਵਾਨ ਤਮਨ ਅਸਤੀਫਾ ਦੇਵੇ ਜਦੋਂ ਕਿਸੇ ਗੈਂਗਸਟਰ ਨੂੰ ਘੇਰਾ ਪੂਰਾ ਪੈ ਜਾਂਦਾ ਮਰ ਜਾਂਦਾ ਇਹ ਐਡਾ ਮਾਰ ਰਹੇ ਨੇ ਇਹ ਤਾਂ ਗਲਤ ਕਰ ਲੈ ਉਹ ਕਿਸੇ ਪਾਸੇ ਤਾਂ ਖੜਜੋ ਭਰਾ ਕਿਸੇ ਗੱਲ ਦਾ ਤਾਂ ਥਰਮਲ ਪਲਾਂਟ ਖਰੀਦ ਲਿਆ ਉਹ ਤੇ ਵੀ ਸਵਾਲ ਐ ਥੋੜੀ ਖਰੀਦੀ ਤਾਂ ਹੁੰਦਾ ਕਬਾਹੜਾ ਕਹਿੰਦੇ ਤਾਂ ਜੇ ਨਾ ਖਰੀਦੀਏ ਤੇ ਨਾਲ ਪਲੈਂਟ ਕਿਉਂ ਨਹੀਂ ਖਰੀਦਿਆ ਮਾਨੀ ਖਰੀਦ ਗਿਆ ਜੇ ਉਹ ਖਰੀਦ ਲੈਂਦੇ ਇਹਨਾਂ ਨੇ ਤਾਂ ਮਤਲਬ ਨੁਕਸ ਕੱਢਣੇ ਕੱਢਣਾ ਇੱਕ ਬੰਦਾ ਸੀਗਾ ਉਹਨੂੰ ਨੁਕਸ ਕੱਢਣ ਦੀ ਆਦਤ ਸੀ ਜਿਵੇਂ ਕਿ ਆਪਣੇ ਵਾਲੇ ਵਿਰੋਧੀ ਧਿਰ ਵਾਲੇ ਹਰ ਗੱਲ 'ਚ ਨਗੋਚ ਕੱਟਦਾ ਸੀ 네ਗੇਟਿਵ ਮਾਈਂਡਡ ਸੀ ਉਹਦੇ ਦੋਸਤ ਵੀ ਬਹੁਤ ਹੈਰਾਨ ਪਰੇਸ਼ਾਨ ਸੀ ਯਾਰ ਇਹ ਹਰ ਗੱਲ 'ਚ ਨੈਗੇਟਿਵਿਟੀ ਲੱਭਦਾ ਉਹਨਾਂ ਨੂੰ ਇੱਕ ਕੁੱਤਾ ਲੱਭ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਕਹਿੰਦੇ ਲੈ ਇਹ ਝੋਣੀ ਨੁਕਸ ਕੱਢ ਖਾ ਸਕਦਾ ਇਹਦੀ ਤਾਰੀਫ ਕਰਨੀ ਪਊਗੀ ਇਹਨੂੰ ਬੁਲਾ ਲਿਆ ਬਾਜਵੇਂ ਹੋ ਰਹੀ ਸਿੱਧੂ ਹੋਰੀ ਸਾਰੇ ਸਾਰੇ ਬੁਲਾ ਲੇ ਵੀ ਆਓ ਜੀ ਤੇ ਆ ਦੇਖਿਓ ਜੀ ਪਾਣੀ ਦੇ ਟੋਬੇ ਚ ਕੁੱਤਾ ਇਦੋਂ ਛੜਤਾ ਕੁੱਤਾ ਤੁਰ ਕੇ ਟੋਬੇ ਦੇ ਪਰਲੇ ਪਾਸੇ ਨਿਕਲ ਗਿਆ ਫਿਰ ਉਹਨਾਂ ਨੂੰ ਪੁੱਛਿਆ ਕਿੰਨੇ ਕਿਵੇਂ ਕੀ ਕਹੋਂਗੇ ਹਾਂ ਮੈਂ ਸਮਝ ਗਿਆ ਭਗਵੰਤ ਮਾਨ ਹੋਰ ਆਂਦੇ ਪਿੰਡ ਦਾ ਕੁੱਤਾ ਹੈ ਇਹਦਾ ਮਤਲਬ ਇਹਨੂੰ ਪਾਣੀ ਤੇ ਤੁਰਨਾ ਆਉਂਦਾ ਹੈ ਤੈਰਨਾ ਨਹੀਂ ਆਉਂਦਾ ਲੈ ਕੱਟਣਾ ਹੀ ਕੱਟਣਾ ਨੁਕਸ ਮਤਲਬ ਜੋ ਮਰਜ਼ੀ ਕਰੀ ਜਾਣ ਜੀ ਮੈਂ ਮੈਂ ਤਾਂ ਲੋਕਾਂ ਦਾ ਬੰਦਾ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਨੇ 20 ਮਹੀਨੇ ਹੋ ਗਏ ਤੁਹਾਨੂੰ ਕੋਈ ਫਰਕ ਨਹੀਂ ਪਿਆ ਕੀ ਕਹਿਣਾ ਚਾਹੋਗੇ ਮੈਂ ਕਹਾਂ ਜੀ ਇੰਨਾ ਕੁ ਫਰਕ ਹੈ ਜਿਹੜੇ ਪਹਿਲਾਂ ਅਣਸੋਂ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾਂ ਮੈਂ ਤਾਂ 7.5 ਸਾਲ ਦੀ ਉਮਰ 'ਚ ਭਗਵੰਤ ਮਾਨ ਬਣਾਤਾ ਸੀ ਲੋਕਾਂ ਨੇ ਕੁਲਫੀ ਗਰਮਾ ਗਰਮ ਵੇਲੇ ਮੈਨੂੰ ਉਦੋਂ ਵੱਡੀ ਸ਼ੋਹਰਤ ਨਹੀਂ ਮਿਲ ਸਕਦੀ ਮੈਂ ਹੁਣੇ ਉਦੋਂ ਵੱਡਾ ਕੁਝ ਬਣ ਨਹੀਂ ਸਕਦਾ ਹਾਂ ਇੰਨਾ ਕਹਿ ਵੀ ਐਸੇ ਜਨਮ 'ਚ ਜੇ ਪ੍ਰਮਾਤਮਾ ਨੇ ਮੌਕਾ ਦਿੱਤਾ ਹੈ ਪੰਜਾਬੀਆਂ ਦੀ ਸੇਵਾ ਕਰਨ ਦਾ ਤਾਂ ਏਡੂ ਵੱਡਾ ਪੁੰਨ ਵੀ ਨਹੀਂ ਹੋ ਸਕਦਾ ਕੋਈ ਮੈਂ ਕੋਈ ਫਾਈਲ ਜਦੋਂ ਦੇਖਦਾ ਮੈਂ ਇਹੀ ਪੁੱਛਦਾ ਇਹਦੇ ਨਾਲ ਪੰਜਾਬੀਆਂ ਨੂੰ ਕੋਈ ਫਾਇਦਾ ਹੈ ਪੰਜਾਬ ਦਾ ਨੁਕਸਾਨ ਤਾਂ ਨਹੀਂ ਹੈਗਾ ਜੇ ਨੁਕਸਾਨ ਹੈ ਤਾਂ ਮੈਂ ਸਾਈਨ ਨਹੀਂ ਕਰਦਾ ਫਾਇਦਾ ਤਾਂ ਮੈਂ ਫਾਈਲ ਪੈਂਡਿੰਗ ਨਹੀਂ ਰੱਖਦਾ ਮੈਂ ਤਾਂ ਇਸ ਏਦਾਂ ਦੇ ਬਸ ਸਿਆਸੀ ਤੇ ਜਿਹੜੇ ਹੋਰ ਪੰਜਾਬ ਦੇ ਮੁੱਦੇ ਮਾਣੋਂ ਦੇ ਉੱਤੇ ਆਵਾਂਗਾ ਇੱਕ ਦੋ ਪਰਸਨਲ ਤੁਸੀਂ ਜ਼ਿਕਰ ਕਰ ਹੀ ਦਿੱਤਾ 2022 ਤੋਂ ਪਹਿਲਾਂ ਜਦੋਂ ਸੀਐਮ ਤੁਸੀਂ ਨਹੀਂ ਬਣੇ ਸੀ ਔਰ ਉਸ ਤੋਂ ਬਾਅਦ ਕਿਵੇਂ ਚੇਂਜਸ ਦੇਖਦੇ ਹੋ ਕਿ ਹੁਣ ਵੀ ਤੁਹਾਡੇ ਕੋਈ ਯਾਰ ਦੋਸਤ ਹੈ ਜਿਨ੍ਹਾਂ ਨੂੰ ਭਗਵੰਤ ਸਿੰਘ ਮਾਨ ਦੀ ਕਾਲ ਚਲੀ ਜਾਂਦੀ ਹੈ ਸੀਐਮ ਦੀ ਨਹੀਂ ਭਗਵੰਤ ਮਾਨ ਦੀ ਕਾਲ ਚਲੀ ਜਾਂਦੀ ਹੈ ਹੁੰਦਾ ਕਦੇ ਐਵੇਂ ਕਿ ਹਾਂ ਬਹੁਤ ਬਹੁਤ ਵਾਰ ਕਾਲ ਕਾਲ ਚਲੀ ਗਈ ਤੁਸੀਂ ਹਰ ਰੋਜ਼ ਹਰ ਰੋਜ਼ ਹੁੰਦਾ ਤੁਸੀਂ ਹਰ ਹੁਣ ਵੀ ਟਾਈਮ ਦੇ ਰਹੇ ਹੋ ਉਸਤੇ ਨਹੀਂ ਨਹੀਂ ਪਿੰਡਾਂ ਵਾਲੇ ਦੋਸਤ ਨੇ ਮੇਰੇ ਮੇਰੇ ਆਪਣੇ ਪਿੰਡ ਦੇ ਗਵਾਂਢੀ ਪਿੰਡਾਂ ਜਾਂ ਮੇਰੇ ਕਲਾਸਮੇਟ ਨੇ ਇਹੀ ਫਾਇਦਾ ਹੈ ਕਿ ਮੈਂ ਜਦੋਂ ਉਹਨਾਂ ਨੂੰ ਫੋਨ ਕਰਕੇ ਪੁੱਛਦਾ ਕਿ ਆਹ ਜਿਹੜਾ ਫੈਸਲਾ ਹੈ ਇਹਦੇ ਨਾਲ ਆਪਣਾ ਤੁਹਾਨੂੰ ਕੀ ਫਰਕ ਪਊਗਾ ਉਹ ਕਹਿੰਦੇ ਅੱਛਾ ਜੀ ਐਵੇਂ ਹੋ ਜੇ ਤਾਂ ਫਿਰ ਇਹ ਬਹੁਤ ਵਧੀਆ ਹੋ ਜਾਊਗਾ ਫਿਰ ਮੈਂ ਆਫਸਰ ਨੂੰ ਕਹਿਣਾ ਕਿ ਕਿ ਉਹ ਕੇ ਫੈਸਲਾ ਕਰੋ ਕਿਉਂਕਿ ਇੱਥੇ ਨਾ ਏਸੀ ਕਮਰਿਆਂ 'ਚ ਬੈਠੇ ਬਾਬੂ ਉਹ ਫੈਸਲਾ ਨਹੀਂ ਕਰ ਸਕਦੇ ਕਿ ਪੰਜਾਬ 'ਚ ਹੋਣਾ ਕੀ ਹੈ ਕਿ ਇੰਤਕਾਲ ਖੋਲ ਦੀਏ ਬੜੀ ਬੜੀ ਪੰਗਾ ਯਾਰ ਇੰਤਕਾਲ ਖੋਲ ਦੋ ਖੋਲਦਨੇ ਇੰਤਕਾਲ 40 41000 ਇੰਤਕਾਲ ਹੋਇਆ ਕੱਲ ਤੇ ਪਾਓ ਇੱਕ ਵਾਰੀ ਪਹਿਲਾਂ ਵੀ ਇੰਤਕਾਲ ਹੀ ਨਹੀਂ ਖੁੱਲ ਰਹੇ ਮੈਂ ਲੋਕਾਂ ਨੂੰ ਪੁੱਛਦਾ ਕਿਵੇਂ ਕਰੀਏ ਕਹਿੰਦੇ ਭਾਈ ਖੋਲ ਦੇ ਬਾਈ ਵਾਲੇ ਨੇ ਮੈਨੂੰ ਮੈਨੂੰ ਬਾਈ ਕਹਿੰਦੇ ਨੇ ਕੋਈ ਬਾਣ ਸਾਹਬ ਵਾਲੇ ਨਹੀਂ ਹੈਗੇ ਉਹ ਬਾਈ ਖੋਲ ਦੇ ਤਾਂ ਬਹੁਤ ਵਧੀਆ ਹੋ ਜਾਊਗਾ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਇੱਕ ਮੈਂ ਜਲੰਧਰ ਦੇ ਵਿੱਚ ਅਸੀਂ ਇੱਕ ਫੰਕਸ਼ਨ ਕੀਤਾ ਪੁਲਿਸ ਦਾ ਈਪੀ ਦੇ ਵਿੱਚ ਗਰਾਊਂਡ ਦੇ ਵਿੱਚ ਜੀ ਤੁਸੀਂ ਵੀ ਲਾਈਵ ਦਿਖਾਇਆ ਸੀ ਉਹ ਜਿਵੇਂ ਮੁੰਬਈ ਚ ਬਾਲੀਵੁੱਡ ਜਿਹੜਾ ਉਹ ਮਹਾਰਾਸ਼ਟਰ ਪੁਲਿਸ ਵਾਸਤੇ ਕਰਦਾ ਹਾਂ ਹਾਂਜੀ ਇਦਾਂ ਹੀ ਪੰਜਾਬ ਦੇ ਸਾਰੇ ਆਰਟਿਸਟਾਂ ਨੇ ਪੰਜਾਬ ਪੁਲਿਸ ਲਈ ਇੱਕ ਫੰਕਸ਼ਨ ਕੀਤਾ ਤਾਂ ਉਹ ਰਾਤ ਦਾ ਸੀ ਤੇ ਮੀਂਹ ਪੈ ਰਿਹਾ ਸੀ ਬਹੁਤ ਜ਼ਿਆਦਾ ਫੰਕਸ਼ਨ ਆਊਟਡੋਰ ਸੀ ਉਥੇ ਪੀਏਪੀ ਦੇ ਗਰਾਊਂਡ 'ਚ ਚੰਡੀਗੜ੍ਹ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਮੈਂ 2 ਵਜੇ ਸੈਕਟਰੀਏਟ 'ਚ ਬੈਠਾ ਕਿਉਂਕਿ 4 ਵਜੇ ਜਾਣਾ ਸੀ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਉਹ ਕਹਿੰਦੇ ਜਿੰਨਾ ਮੀਂਹ ਪੈ ਰਿਹਾ ਹੈ 3 ਵਜੇ ਮੇਰੇ ਅਫਸਰ ਮੈਨੂੰ ਕਹਿੰਦੇ ਹੈਲੀਕਾਪਟਰ ਤਾਂ ਉੱਡਣਾ ਨਹੀਂ ਜੀ ਤੇ ਚਲੋ ਉੱਥੇ ਤਾਂ ਜੀ ਫਿਰ ਭਰ ਗਿਆ ਹੋਣਾ ਗਰਾਊਂਡ ਤਾਂ ਪਾਣੀ ਨਾਲ ਆਪਾਂ ਕੈਨਸਲ ਕਰ ਦਈਏ ਮੈਂ ਕਿਹਾ ਨਹੀਂ ਜੇ ਕੈਨਸਲ ਕਰਨਾ ਪਿਆ ਉੱਥੇ ਜਾ ਕੇ ਕਰਾਂਗੇ ਕਿਰਾਂ ਚੱਲੋ ਇੱਥੋਂ ਇੱਥੋਂ ਉੱਡੇ ਅਕਰਾਲੀ ਦੇ ਪਰਲੇ ਪਾਸੇ ਧੁੱਪ ਨਿਕਲ ਰਹੀ ਜਦੋਂ ਉੱਥੇ ਗਏ ਉਹ ਕਹਿੰਦਾ ਸਾਡੇ ਤਾਂ ਮੀਂਹ ਨਹੀਂ ਪੈਂਦਾ ਉੱਥੋਂ ਮੈਂ ਅਫਸਰਾਂ ਨੂੰ ਬੁਲਾਇਆ ਮੈਂ ਕਿ ਅੱਜ ਦੀ ਜਿਹੜੀ ਸਾਰੀ ਸਿਚੁਏਸ਼ਨ ਹੈ ਇਹ ਤੋਂ ਕੀ ਸਿੱਖਿਆ ਮਿਲਦੀ ਹੈ ਕਹਿੰਦੇ ਜੀ ਕੁਝ ਨਹੀਂ ਮੈਂ ਚੰਡੀਗੜ੍ਹ ਮੀਂਹ ਪੈ ਰਿਆ ਸੀ ਤੁਸੀਂ ਕਹਿੰਸੀ ਕੈਨਸਲ ਕਰ ਦਿਓ ਪ੍ਰੋਗਰਾਮ ਇੱਥੇ ਬਿਲਕੁਲ ਨਹੀਂ ਪੈ ਰਿਆ ਕਹਿੰਦੇ ਹਾਂ ਜੀ ਮੌਸਮ ਇੱਥੇ ਹੋਰ ਹੈ ਮੈਂ ਕਿ ਤੂੰ ਇਹ ਸਿੱਧ ਹੁੰਦਾ ਹੈ ਚੰਡੀਗੜ੍ਹ ਬਹਿ ਕੇ ਤੁਸੀਂ ਪੰਜਾਬ ਦੇ ਫੈਸਲੇ ਨਹੀਂ ਲੈ ਸਕਦੇ ਚੰਡੀਗੜ੍ਹ 'ਚ ਮੌਸਮ ਹੋਰ ਹੈ ਚੰਡੀਗੜ੍ਹ ਦਾ ਸੂਰਜ ਹੋਰ ਹੈ ਪੰਜਾਬ ਦਾ ਮੌਸਮ ਹੋਰ ਹੈ ਗਰਾਊਂਡ ਤੇ ਜਾ ਕੇ ਫੈਸਲੇ ਲਓ ਥੱਲੇ ਧਰਤੀ ਤੇ ਜਾ ਕੇ ਲੋਕਾਂ ਨੂੰ ਪੁੱਛੋ ਕੱਸੀਆਂ ਦਾ ਪਾਣੀ ਆ ਰਿਹਾ ਜਾਂ ਨਹੀਂ ਇਹਨਾਂ ਨੂੰ ਪੁੱਛ ਲਓ ਸਾਰੇ ਲੀਡਰਾਂ ਨੂੰ ਇਹਨਾਂ ਨੂੰ ਕੱਸੀਆਂ ਕੀ ਹੁੰਦੀਆਂ ਨੇ ਪਤਾ ਹੀ ਨਹੀਂ ਇਹਨਾਂ ਨੂੰ ਪੁੱਛੋ ਕਿ ਖਾਲ ਮਰਨਾ ਕੀ ਹੁੰਦਾ ਪਤਾ ਹੀ ਨਹੀਂ ਕਿਉਂਕਿ ਮੈਂ ਇੱਕ ਗੱਲ ਕਹਣਾ ਤੁਸੀਂ ਬਹੁਤ ਸਾਰੇ ਕਾਨਵੈਂਟ ਚ ਪੜੇ ਹੋਏ ਬੈਠੇ ਹੋਣਗੇ ਗੁੱਸਾ ਨਾ ਕਰਿਓ ਅਸੀਂ ਸਰਕਾਰੀ ਆ ਨਾ ਸਰਕਾਰੀ ਸਕੂਲਾਂ ਦਾ ਇੱਕ ਫਾਇਦਾ ਹੁੰਦਾ ਹੈ ਪਰਸਨੈਲਿਟੀ ਡਿਵੈਲਪਮੈਂਟ ਸਰਕਾਰੀ ਸਕੂਲਾਂ 'ਚ ਹੁੰਦੀ ਹੈ। ਡਿਸੀਜਨ ਮੇਕਿੰਗ ਪਾਵਰ ਸਰਕਾਰੀ ਸਕੂਲ ਬਹੁਤ ਵਧਾਉਂਦੇ ਨੇ। ਹੁਣ ਤੁਸੀਂ ਪੁੱਛੋ ਮੈਨੂੰ ਕਿਵੇਂ? ਬਿਲਕੁਲ ਜੀ, ਜਾਨਣਾ ਚਾਹਾਂਗੇ। ਬਿਲਕੁਲ ਦੱਸੂਗਾ। ਦੇਖੋ ਸਰਕਾਰੀ ਸਕੂਲ 'ਚ ਬੱਚਾ ਜਦੋਂ ਘਰੋਂ ਜਾਂਦਾ ਹੈ। ਘਰੋਂ ਨਿਕਲ ਜਾਂਦਾ ਹੈ। ਤਾਂ ਸਭ ਤੋਂ ਵੱਡਾ ਫੈਸਲਾ ਉਹਨੂੰ ਇਹ ਲੈਣਾ ਪੈਂਦਾ ਹੈ ਕਿ ਚੱਲ ਹੁਣ ਘਰੋਂ ਤਾਂ ਨਿਕਲ ਗਏ ਸਕੂਲ ਜਾਣਾ ਹੈ ਅੱਜ ਜਾਂ ਨਾ। ਕਿੱਡਾ ਵੱਡਾ ਫੈਸਲਾ ਹੈ ਦੇਖੋ। ਉਹਨੇ ਆ ਫੈਸਲਾ ਕਰਨਾ ਹੀ। ਕਿਉਂਕਿ ਪ੍ਰਾਈਵੇਟ ਤਾਂ ਹੁੰਦਾ ਨਹੀਂ ਉਹ ਤਾਂ ਫੋਨ ਆ ਜੂਗਾ ਫੋਨ ਆ ਵੀ ਤੁਹਾਡੇ ਬੱਚਾ ਨਹੀਂ ਆਇਆ ਅੱਜ ਫਿਰ ਉਹ ਸਕੂਲ ਜਾਣ ਦਾ ਫੈਸਲਾ ਕਰ ਲੈਂਦਾ ਉੱਥੇ ਜਾ ਕੇ ਫਿਰ ਉਹਨੇ ਫੈਸਲਾ ਲੈਣਾ ਹੁੰਦਾ ਹੁਣ ਭੱਜਣਾ ਸਕੂਲੋਂ ਅੱਧੀ ਛੁੱਟੀ ਵੇਲੇ ਜਾਂ ਸਾਰੀ ਛੁੱਟੀ ਵੇਲੇ ਵੱਡਾ ਫੈਸਲਾ ਹੈ ਵੱਡਾ ਫੈਸਲਾ ਫਿਰ ਉਹ ਨਾ ਥੋੜਾ ਜਿਆ ਤੁਹਾ ਨੂੰ ਰਾਜਨੀਤੀ ਫੈਸਲੇ ਲੈਣਾ ਵੀ ਸਿਖਾਉਂਦਾ ਹੈ ਸਰਕਾਰੀ ਸਕੂਲ ਉੱਥੇ ਬਹਿ ਕੇ ਫਿਰ ਤੁਸੀਂ ਫੈਸਲਾ ਕਰਨਾ ਹੁੰਦਾ ਇਕੱਲੇ ਨੇ ਭੱਜਣਾ ਜਾਂ ਪੰਜ ਸੱਤ ਨਾਲ ਲੈ ਲਈਏ ਬਹੁਮਤ ਹੋ ਜੇ ਥੋੜਾ ਜਿਹਾ ਬਹੁਮਤ ਨਾਲ ਹੋ ਜੇ ਫਿਰ ਇਹ ਫੈਸਲਾ ਕਰਨਾ ਸਾਰੀ ਛੁੱਟੀ ਵੇਲੇ ਕੁੱਟਣਾ ਕਿਹਨੂੰ ਹੈ ਇਹ ਵੀ ਦੇਖਣਾ ਉਧਰ ਕਿੰਨੇ ਕਿੰਨੇ ਫਿਰ ਭੱਜਣਾ ਕਿੱਧਰ ਦੀ ਹੈ ਇਹ ਪਰਸਨੈਲਿਟੀ ਡਵੈਲਪਮੈਂਟ ਹੈ ਸਰਕਾਰੀ ਸਕੂਲਾਂ ਚੋਂ ਮਿਲਦੀ ਹੈ ਇਹ ਇਹ ਜਿਹੜੇ ਹੁਣ ਮਤਲਬ ਚੋਨਾ ਚੋਨਾ ਭਗਵੰਤਮਾਨ ਇਹ ਪੰਜਾਬ ਦੀ ਪਿੱਠ ਵਿੱਚ ਸ਼ੂਰਾ ਘੋਪਦਾ ਹੈ ਇਹਨਾਂ ਤੋਂ ਗੱਲ ਨਹੀਂ ਬਣਦੀ ਜੀ ਪੰਜਾਬੀ ਸਿੱਖੋ ਪਹਿਲਾਂ ਮਾਨ ਸਾਹਿਬ ਤੁਹਾਡੇ ਇੱਕ ਦੋਸਤ ਮੈਨੂੰ ਦੱਸ ਰਹੇ ਸੀ ਕਿ ਜਿੱਥੇ ਸੀਐਮ ਹਾਊਸ ਜਿੱਥੇ ਤੁਸੀਂ ਰਹਿ ਰਹੇ ਹੋ ਕਹਿੰਦੇ ਕਿ ਜਦੋਂ ਤੁਸੀਂ ਉਹਦੇ ਮੋਰੋਂ ਨਿਕਲਦੇ ਸੀਗੇ ਉੱਥੋਂ ਦੇ ਅੱਗੋਂ ਨਿਕਲਦੇ ਸੀ ਕਹਿੰਦੇ ਹੁੰਦੇ ਸੀ ਕਿ ਮੈਂ ਇੱਕ ਦਿਨ ਜ਼ਰੂਰ ਇੱਥੇ ਆਉਂਗਾ ਆਮ ਘਰਾਂ ਦਾ ਮੁੰਡਾ ਜਿਹੜਾ ਵਾ ਇੱਕ ਦਿਨ ਜ਼ਰੂਰ ਇੱਥੇ ਸੀਐਮ ਬਣ ਕੇ ਆਏਗਾ ਤੁਸੀਂ ਅਮੂਮਨ ਕਹਿੰਦੇ ਸੀ ਰਾਤ ਨੂੰ ਕਹਿੰਦੇ 2 ਵਜੇ 3 ਵਜੇ ਨਿਕਲਣਾ ਉੱਥੋਂ ਇਹ ਕਿਸੇ ਤੁਹਾਡੇ ਦੋਸਤ ਨੇ ਕਿੱਸਾ ਦੱਸਿਆ ਸੀ ਨਹੀਂ ਐਡਵਾਂਸ ਦੇ ਵਿੱਚ ਆਪਦਾ ਘਰ ਦੇਖਣ ਚ ਕੀ ਹਰ ਜਾ ਜੀ ਤੁਸੀਂ ਜ਼ਿਆਦਾ ਹੀ ਐਡਵਾਂਸ ਦੇਖ ਲਿਆ ਸੀ ਵੀ ਮੈਨੂੰ ਪਤਾ ਸੀ ਮੈਂ ਆਉਣਾ ਇੱਥੇ ਇੱਕ ਦਿਨ ਮੈਂ ਮਿਹਨਤ ਮੈਂ ਲੋਕਾਂ ਦੇ ਹੱਕ ਦੀ ਗੱਲ ਕਰੂੰਗਾ جنونی ਸੀ ਮੈਂ ਇੱਥੇ ਤਾਂ ਵੱਡੇ ਵੱਡੇ ਤੁਸੀਂ ਜਿੰਨੇ ਵੀ ਮੈਂ ਉਹਨਾਂ ਦੇ ਬਰਾਬਰ ਆਪਣੇ ਆਪ ਨੂੰ ਕੰਪੇਅਰ ਤਾਂ ਨਹੀਂ ਕਰਦਾ ਪਰ ਬਹੁਤ ਸਾਰੇ ਲੋਕ ਨੇ ਜਿਹੜੇ جنونی ਨੇ ਜਿਨ੍ਹਾਂ ਨੇ ਸੋਚਿਆ ਸੀ ਆਹ ਕਰਨੇ ਕਰਨਾ ਮੈਂ ਆਏ ਕਰਨਾ ਤਾਂ ਮੈਂ ਵੀ ਕਹਿੰਦਾ ਸੀਗਾ ਰਾਤ 2-3 ਵਜੇ ਨਿਕਲਦੇ ਸੀ ਸੋਚਦੇ ਸੀ ਗੋਲ ਤਾਂ ਗੋਲ ਤਾਂ ਕੋਈ ਰੱਖੋਗੇ ਨਾ ਜੇ ਫੁੱਟਬਾਲ ਦੇ ਗਰਾਊਂਡ 'ਚ ਦੋਨੇ ਪਾਸੇ ਗੋਲ ਪੱਟ ਦੀਏ ਫਿਰ ਕਾਦੇ ਵਾਸਤੇ ਲੱਤਾਂ ਮਾਰੀ ਜਾਂਦੇ ਬਾਈ ਬਾਈ ਜਾਣੇ ਕੋਈ ਨਾ ਕੋਈ ਤਾਂ ਗੋਲ ਹੋਊਗਾ ਨਾ ਮੈਂ ਚਾਹੁੰਦਾ ਸੀ ਕਿ ਮੈਂ ਇਥੇ ਆਉਂਗਾ ਤੇ ਮੈਨੂੰ ਇਹ ਯਕੀਨ ਸੀ ਇਹ ਤਾਂ ਫਿਰ ਡੈਡੀਕੇਸ਼ਨ ਹੈ ਨਾ ਜਨੂਨ ਹੈ ਰੱਖਣਾ ਚਾਹੀਦਾ ਹਰੇਕ ਨੂੰ ਸੁਪਨੇ ਵੱਡੇ ਲਾਓ ਤੁਸੀਂ ਆਪਣਾ ਕੰਟਰੀ ਹੈ ਤੋਪ ਦਾ ਲਾਇਸੈਂਸ ਮੰਗੋਗੇ ਤਾਂ ਕਿਤੇ ਪਿਸਤੌਲ ਤਾਂ ਮਿਲਦਾ ਜੇ ਪਹਿਲੀ ਪਿਸਤੌਲ ਦਾ ਅਪਲਾਈ ਕਰੋਗੇ ਗਲੇਲ ਦਾ ਵੀ ਨਹੀਂ ਦਿੰਦੇ ਇਹ ਗੋਲ ਸੀਐਮ ਦਾ ਸੁਪਨੇ ਦੇਖੋ ਬਣਾਗੇ ਵੱਡੇ ਬਣਾਗੇ ਕਿਉਂ ਨਹੀਂ ਬਣਾਗੇ ਵੱਡੇ ਸਾਨੂੰ ਹੱਕ ਦੇਖੋ ਅਬਦੁਲ ਕਲਾਮ ਜੀ ਨੇ ਕਿਹਾ ਸੁਪਨੇ ਉਹ ਨਹੀਂ ਹੁੰਦੇ ਕੁਝ ਕਿਨੋਂ ਰਾਤ ਦੇ 2 ਵਜੇ ਮੈਂ ਜਾ ਕੇ ਜਿਹੜਾ ਮਾਰ ਕੇ ਆਉਂਦਾ ਸੀ ਸਬਰ ਸਹੀ ਸੀ ਨਾ ਮੇਰਾ ਘਰ ਠੀਕ ਠਾਕ ਹੈ ਆਉਣਾ ਇੱਥੇ ਅਬਦੁਲ ਕਲਾਮ ਜੀ ਨੇ ਕਿਹਾ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚ ਆਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਇਸ ਕਰਕੇ ਸੁਪਨੇ ਲੈਣੇ ਨੇ ਔਰ ਸੁਪਨੇ ਪੂਰੇ ਵੀ ਕਰਨੇ ਇਹ ਗੋਲ ਇਹ ਗੋਲ ਇੱਥੋਂ ਤੱਕ ਹੈ ਜਾਂ 7 आरसीआर ਤੱਕ ਵੀ ਹੈ ਨਹੀਂ ਨਹੀਂ ਮੈਂ ਦੇਖੋ ਮੈਂ ਕਈ ਵਾਰ ਸੁਪਨਾ ਕੇਦਰਾ ਵੱਡਾ ਦੇਖਿਆ ਜਾਵੇ ਦੇਖੋ ਸੋਚਿਆ ਸੋਚਣਾ ਹੋਈ ਹੈ ਜੋ ਸੋਚਿਆ ਲੱਖ ਵਾਰ ਪਰਮਾਤਮਾ ਪਤਾ ਨਹੀਂ ਕਿਧਰੋਂ ਵਿਧੀਆਂ ਬਣਾਊਗਾ ਕਿਧਰ ਨੂੰ ਲੈ ਕੇ ਜਾਊਗਾ ਨਾ ਤਾਂ ਕਾਮੇਡੀਅਨ ਬਣਨ ਬਾਰੇ ਸੋਚਿਆ ਸੀ ਔਰ ਐਸ ਲੈਵਲ ਤੇ ਸ਼ੋਹਰਤ ਕਦੇ ਵੀ ਨਹੀਂ ਸੋਚੀ ਸੀ ਨਾ ਹੀ ਇਹ ਸੋਚਿਆ ਸੀ ਕਿ ਇਸ ਲਾਈਨ ਨੂੰ ਇੱਕਦਮ ਕੁਇਟ ਕਰ ਦੂੰਗਾ ਤੇ ਇਧਰਲੇ ਪਾਸੇ ਆ ਜਾਊਗਾ 8 ਸਾਲ ਹੋਇਆ ਜੀ ਬਸ 14 ਤੋਂ 22 ਤੱਕ ਦੀ ਕਹਾਣੀ ਹੈ 14 ਚ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਨਵੀਂ ਪਹਿਲੀ ਵਾਰ ਪੰਜਾਬ ਚ ਲੜੀ 4 ਸੀਟਾਂ ਜਿੱਤੀਆਂ ਵਿੱਚ ਮੈਂ ਵੀ ਸੀ 17 ਚ 20 ਸੀਟਾਂ ਆਈਆਂ ਵਿਪੱਖਸ਼ 19 ਚ ਮੈਂ ਇਕੱਲਾ ਜਿੱਤਿਆ 22 ਚ ਸਰਕਾਰ ਬਣ ਗਈ 8 ਸਾਲਾਂ ਚ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਕਦੇ ਹਾਰਦੇ ਨਹੀਂ ਹੁੰਦੇ ਉਹ ਸਾਰੇ ਲੋਕਾਂ ਨੇ ਜੜੋਂ ਖਾੜ ਕੇ ਧਰਤੇ ਮੈਂ ਫੇਰ ਕਹਿੰਨਾ ਲੋਕਾਂ ਨੇ ਮੈਂ ਨਹੀਂ ਮੇਰੀ ਕੋਈ ਔਕਾਤ ਨਹੀਂ ਤਾਂ ਫਿਰ ਪੁੱਛਣਾ ਕੁਛ ਤਾਂ ਫਿਰ ਪ੍ਰਮਾਤਮਾ ਕਰ ਹੀ ਰਿਹਾ ਵੱਡੇ ਸਭ ਤੋਂ ਪੁਰਾਣੇ ਦੋਸਤਾਂ ਚੋਂ ਕਰਮਜੀਤ ਅਨਮੋਲ ਹੋਰੀ ਤੁਸੀਂ ਉਹਨਾਂ ਨੂੰ ਕੱਲ ਪਰਸੋਂ ਕੁਲਦੀਪ ਮਾਨਕ ਹੋਰਾ ਦੀਆਂ ਜਿਹੜੀਆਂ ਸਤਰਾਂ ਨੇ ਉਹ ਗੁੰਗੁਣਾਉਣ ਨੂੰ ਕਿਹਾ ਸੀਗਾ ਔਰ ਉਸ ਦੇ ਵਿੱਚ ਕੁਝ ਐਡ-ਆਨ ਕੀਤਾ ਸੀ ਮੈਂ ਚਾਹਾਂਗਾ ਕਿ ਉਹ ਦਰਸ਼ਕ ਵੀ ਸੁਣਨ ਤੇ ਉਸੇ ਅੰਦਾਜ਼ ਚ ਉਸੇ ਸਟਾਈਲ ਚ ਉਹ ਕਿਉਂ ਤੁਸੀਂ ਕਿਹਾ ਕਿ ਕੁਲਦੀਪ ਮਾਨਕ ਸਾਹਿਬ ਦਾ ਇੱਕ ਬਹੁਤ ਬਹੁਤ ਹੀ ਜ਼ਿਆਦਾ ਫੇਮਸ ਗਾਣਾ ਚਾਦਰ ਉਹਦੇ ਵਿੱਚ ਕੁੜੀ ਦੇ ਜਜ਼ਬਾਤ ਨੇ ਬੜਾ ਵਧੀਆ ਉਹ ਮੈਨੂੰ ਬਹੁਤ ਪਸੰਦ ਹੈ ਕਿਉਂਕਿ ਕਰਮਜੀਤ ਕੁਲਦੀਪ ਮਾਨਕ ਸਾਹਿਬ ਦਾ ਸਾਕਾ ਭਾਂਜਾ ਹੈ ਤਾਂ ਉਹਨਾਂ ਦੀ ਜਿਹੜੀ ਆਵਾਜ਼ ਦਾ ਥੋੜੇ ਝਲਕ ਜਿਹੜੀ ਹੈ ਉਹ ਕਰਮਜੀਤ ਦੀ ਆਵਾਜ਼ ਚੋਂ ਮਿਲਦੀ ਹੈ ਉਹ ਸੀਗਾ ਕਿ ਨੀ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾਂ ਵੇਲਾਂ ਸਾਡੇ ਪਿੰਡੇ ਦੇ ਸਟੇਸ਼ਨ ਤੇ ਨਾ ਰੁਕਦੀਆਂ ਰੇਲਾਂ ਮੇਰਾ ਧਰਮ ਨਹੀਂ ਬਾਬਲ ਨਹੀਂ ਦੇਸਾਂ ਦਾ ਰਾਜਾ ਨੀ ਮੈਂ ਕਹਿ ਕੇ ਬਾਪੂ ਨੂੰ ਰੇਲਾਂ ਰੁਕਵਾਵਾ ਸੋ ਕੁੜੀ ਲਈ ਇੱਕ ਸਟੇਸ਼ਨ ਤੇ ਗੱਡੀ ਰਕਵਾਉਣਾ ਆਪਣੇ ਬਾਪੂ ਨੂੰ ਦੇਸਾਂ ਦਾ ਰਾਜਾ ਕਹਿਣਾ ਇਹ ਬੜੇ ਵੱਡੀ ਗੱਲ ਹੈ ਸਾਡੇ ਕਲਚਰ ਚ ਸੋ ਮੈਂ ਬਹੁਤ ਮੇਰੀ ਮੰਮੀ ਹੋਰਾਂ ਨਾਲ ਮੇਰੀ ਭੂਆ ਜੀ ਹੋਰਾਂ ਨਾਲ ਜੋ ਕਲਚਰ ਜੋ ਸਿੱਠਣੀਆਂ ਦੋਹੇ ਵਿਆਹਾਂ ਛਾਦੀਆਂ ਚ ਅਸੀਂ ਕਰਦੇ ਜਾਂਦੇ ਰਹੇ ਗਾਉਂਦੇ ਰਹੇ ਮੈਂ ਅੱਜ ਵੀ ਮੇਰੀ ਮਾਂ ਨਾਲ ਬਹਿ ਕੇ ਉਹਨਾਂ ਨੂੰ ਯਾਦ ਕਰ ਲੈਂਦਾ ਹਾਂ ਉਹ ਪਰ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਥੋੜਾ ਗਾ ਕੇ ਉਸੇ ਅੰਦਾਜ਼ ਚੋਰ ਜਿਹੜੀ ਲਾਈਨ ਕੀ ਸਟੇਸ਼ਨ ਤੇ ਜਦੋਂ ਜਦੋਂ ਰਿਸ਼ਤਾ ਹੁੰਦਾ ਭਰਾ ਨੂੰ ਰਿਸ਼ਤਾ ਹੁੰਦਾ ਛੁਆਰਾ ਲੱਗਦਾ ਕਹਿ ਲਓ ਮੰਗਣਾ ਕਹਿ ਲਓ ਉਸ ਵੇਲੇ ਭੈਣਾ ਉਹਦੇ ਲਈ ਦੋਹੇ ਗਾਉਂਦੀਆਂ ਨੇ ਕਿਉਂਕਿ ਜਿਹੜਾ ਪਟਵਾਰੀ ਅਹੁਦਾ ਹੈ ਨਾ ਉਹ ਪਿੰਡਾਂ ਵਾਲੀ ਸਭ ਤੋਂ ਵੱਡਾ ਹੁੰਦਾ ਹੈ ਪਿੰਡਾਂ ਵਾਲਿਆਂ ਲਈ ਬਹੁਤ ਵੱਡਾ ਅਹੁਦਾ ਹੁੰਦਾ। ਤੋਂਦੋ ਉਹ ਉਹ ਜਿਹੜੇ ਲਿਖਿਆ ਹੋਇਆ ਸਾਡੇ ਕਲਚਰ ਚ ਵਿਰਸੇ ਚ ਵੀਰਾ ਵੇ ਪਟਵਾਰੀਆ ਵੀਰਾ ਤੂੰ ਤੁੱਪੇ ਜਾਵੇਂ ਵੇ ਕੁਮੜਾ ਜੇ ਮੈਂ ਹੂੰ ਮ ਬੱਦਲੀ ਵੇ ਤੇਰਾ ਸੂਰਜ ਦੇਵਾ ਬੇਅੰਤੋਂ ਪਿਆਰਿਆਂ ਛਪਾ ਮਤਲਬ ਭੈਣ ਆਪਣੇ ਭਰਾ ਦੀ ਧੁੱਪ ਰੋਕਣ ਲਈ ਬੱਦਲੀ ਬਣਨ ਤਿਆਰ ਆ ਆ ਸਾਡਾ ਕਲਚਰ ਫਿਰ ਚਾਰੇ ਭਾਈ ਚੌਧਰੀ ਵੀਰਾ ਚਾਰੇ ਥਾਣੇ ਵੇਦਾਰ ਚਾਰਾਂ ਨੂੰ ਲੱਗੀਆਂ ਕੁਰਸੀਆਂ ਕੋਈ ਚਾਰਾਂ ਨੂੰ ਲੱਗੇ ਵੇ ਜੀਵਨ ਜੋਗਿਓ ਥਾਲ ਮਤਲਬ ਥਾਲਾਂ ਦੇ ਵਿੱਚ ਪਾ ਕੇ ਉਹਨਾਂ ਨੂੰ ਸ਼ਵਾਰਾ ਖਵਾਇਆ ਜਾ ਰਿਹਾ ਹੈ ਨਾ ਫਿਰ ਜਦੋਂ ਡੋਲੀ ਤੁਰਦੀ ਹੈ ਤਾਂ ਫਿਰ ਉਦੋਂ ਦੋ ਦੋ ਦੀਆਂ ਝੋਟੀਆਂ ਬਣਾ ਕੇ ਬੀਬੀ ਛੱਡਨੀ ਪੀੜੀ ਦੀ ਡੋਰ ਨਹੀਂ ਸਾਡਾ ਕੀ ਹੈ ਜੋਰ ਨਹੀਂ ਜੋਰਾਵਾਂ ਵਾਲੇ ਲੈ ਨਹੀਂ ਚੱਲੇ ਬੀਬੀ ਛੱਡਨੀ ਪੀੜੀ ਦਾ ਪਾਵਾ ਨਹੀਂ ਸਾਡਾ ਕੀ ਹੈ ਦਾਵਾ ਨਹੀਂ ਦਾਵੇ ਵਾਲੇ ਲੈ ਨਹੀਂ ਚੱਲੇ ਬੀਬੀ ਟੱਚਿੰਗ ਬਹੁਤ ਟੱਚਿੰਗ ਬਹੁਤ ਸ਼ਾਨਦਾਰ ਬਹੁਤ ਭੂਗ ਵੀ ਹੋ ਤੁਸੀਂ ਔਰ ਦਿਲ ਦੇ ਸਾਫ਼ ਹੋ ਜਿਸ ਵੇਲੇ ਡੋਲੀ ਪੁਰਨ ਲੱਗਦੀ ਹੈ ਮਾਹੌਲ ਗਮਗੀਨ ਹੋ ਜਾਂਦਾ ਇੱਕ ਕਾਲਜੇ ਦਾ ਟੁਕੜਾ ਜਾ ਰਿਹਾ ਹੈ ਡੋਲੀ 'ਚ ਬੈਠ ਰਿਹਾ ਸਾਰੇ ਹੀ ਲਗਭਗ ਉਸ ਵੇਲੇ ਇਮੋਸ਼ਨ ਹੁੰਦੇ ਨੇ ਇੱਕ ਬਾਪ ਹੁੰਦਾ ਜਿਹੜਾ ਕੋਸ਼ਿਸ਼ ਕਰਦਾ ਹੈ ਕਿੱਕ ਟੁਕੜ ਮੈਂ ਸਟਰੋਂਗ ਰਹਾ ਵਾਂ ਪਰ ਫਿਰ ਵੀ ਬਾਪ ਐ ਤੇ ਉਹ ਅੱਖਾਂ ਚੋਂ ਅਥਰੂ ਆਉਂਦੇ ਨੇ ਤਾਂ ਓਲੇ ਨੂੰ ਹੋ ਕੇ ਜਦੋਂ ਥੋੜਾ ਅੱਖਾਂ ਦੇ ਅਥਰੂ ਸਾਫ਼ ਕਰਦਾ ਤਾਂ ਡੋਲੀ ਵਾਲੀ ਕੁੜੀ ਜਿਹੜੀ ਉਹਦੀ ਬੇਟੀ ਐ ਉਹਨੂੰ ਪਤਾ ਲੱਗ ਜਾਂਦਾ ਫਿਰ ਉਹਦੇ ਵੱਲੋਂ ਸਾਡੀਆਂ ਦਾਦੀਆਂ ਚਾਚੀਆਂ ਨਾਨੀਆਂ ਗਾਉਂਦੀਆਂ ਮੋਰਾ ਨੇ ਪਹਿਲਾਂ ਪਾਲੀਆਂ ਪਾਵਲ ਸ਼ਮ ਸ਼ਮ ਰੋਵੇ ਤੂੰ ਕਿਉਂ ਰੋਣਾ ਬਾਬਲਾਤੀਆਂ ਤਨ ਵੇਪਰਾਏ ਇਕੋ ਤੀਆਂ ਦੀ ਬੇਨਤੀ ਵੇ ਸਾਨੂੰ ਦੂਰ ਨਾ ਵਿਆਹੋ ਦੂਰਾਂ ਦੇ ਪਰਮਟ ਦੂਰ ਦੇ ਵੇ ਸਾਥੋਂ ਮਿਲਿਆ ਨਾ ਜਾਏ ਇਕੋ ਤੀਆਂ ਦੀ ਬੇਨਤੀ ਵੇ ਕੋਈ ਮਿਲਣੇ ਨੂੰ ਆਏ ਬਹੁਤ ਚੰਗਾ ਬਹੁਤ ਚੰਗਾ ਬਹੁਤ ਚੰਗਾ ਮਾਨ ਸਾਹਿਬ ਤੁਸੀਂ ਤਾਂ ਤੁਸੀਂ ਖੁਦ ਵੀ ਮੈਨੂੰ ਲੱਗ ਰਿਹਾ ਹੈ ਬਾਪੂ ਖੋਇ ਮੈਂ ਤੁਹਾਡੀਆਂ ਅੱਖਾਂ ਬਿਆਨ ਕਰਦਾ ਇਹ ਕਲਚਰ ਹੈ ਜੀ ਸਾਡਾ ਸਾਡਾ ਕਲਚਰ ਹੈ ਤੁਸੀਂ ਆਪਣੇ ਬਾਪੂ ਜੀ ਦੇ ਬੜੇ ਨੇੜੇ ਰਹੇ ਹੋ ਜੀ ਉਮੂਮਨ ਤੁਹਾਡੀਆਂ ਗੱਲਾਂ ਹੀ ਸੁਣਿਆ ਜਾਂਦਾ ਹੈ ਕਿ ਮਹਿੰਦਰ ਮਾਸਟਰ ਦਾ ਮੈਂ ਮੁੰਡਾ ਮਹਿੰਦਰ ਮਾਸਟਰ ਦਾ ਮੈਨੂੰ ਯਾਦ ਹੈ ਤੁਸੀਂ ਇੱਕ ਵਾਰ ਕਿਹਾ ਸੀਗਾ ਕਿ ਜਦੋਂ ਪਹਿਲੀ ਵਾਰ ਉਹਨਾਂ ਨੂੰ ਪਤਾ ਲੱਗਾ ਕਿ ਤੁਸੀਂ ਆਰਟਿਸਟ ਬਣਨਾ ਚਾਹੁੰਦੇ ਹੋ ਤੁਹਾਨੂੰ ਕੁੱਟਿਆ ਵੀ ਸੀਗਾ ਸ਼ਾਇਦ ਉਹਨਾਂ ਨੇ ਔਰ ਜਦੋਂ ਪਹਿਲੀ ਵਾਰ ਇੰਟਰਵਿਊ ਲੈਣ ਲਈ ਕੋਈ ਤੁਹਾਡੇ ਕੋਲ ਪਹੁੰਚਿਆ ਤੇ ਫਿਰ ਉਹਨਾਂ ਨੇ ਕਿਹਾ ਕਿ ਮੈਂ ਭਗਵੰਤ ਮਾਨ ਦਾ ਮੁੰਡਾ ਹਾਂ ਤੋ ਭਗਵਾਨ ਜੀ ਮੇਰਾ ਮੁੰਡਾ ਮੇਰਾ ਮੁੰਡਾ ਸੋ ਮਾਪੇ ਕਈ ਵਾਰੀ ਦੇਖੋ ਹੁੰਦਾ ਉਹਨਾਂ ਨੂੰ ਕਦੀ ਕਿਹਾ ਸੀ ਕਿ ਮੈਂ ਸੀਐਮ ਬਣਾਗਾ ਕਲਾਕਾਰ ਤੋਂ ਬਾਅਦ ਉਹਨਾਂ ਨਾਲ ਕਦੀ ਗੱਲ ਹੋਈ ਨਹੀਂ ਉਹ ਮਿਸ ਕਰਦੇ ਉਹਨਾਂ ਨੂੰ ਬਹੁਤ ਮੇਰੇ ਰਾਜਨੀਤੀ ਚ ਆਉਣ ਤੋਂ ਪਹਿਲਾਂ ਡੈਥ ਹੋ ਗਈ ਉਹਨਾਂ ਦੀ 2011 ਚ ਉਹਨਾਂ ਦੀ ਡੈਥ ਹੋ ਗਈ ਤੇ ਮਤਲਬ ਹਾਜੀ ਜਸਟ ਮੈਂ ਪੀਪੀਪੀ ਜੁਆਇਨ ਹੀ ਕੀਤੀ ਸੀ ਤੇ ਕਾਸ਼ ਉਹ ਅੱਜ ਹੁੰਦੇ ਤਾਂ ਬੜੇ ਖੁਸ਼ ਹੁੰਦੇ ਪਰ ਉਹ ਕਿਉਂਕਿ ਐਮਏ ਪੋਲੀਟੀਕਲ ਸਾਇੰਸ ਬੀਐਸਸੀ ਬੀਐਡ ਉਸ ਇਲਾਕੇ ਦੇ ਕਾਫੀ 20-25 ਕਿਲੋਮੀਟਰ ਦੇ ਰੇਡੀਅਸ ਦੇ ਕਲਾਉਤੇ ਪੜੇ ਲਿਖੇ ਸੀਗੇ ਜਿਹੜੇ ਸਾਇੰਸ ਟੀਚਰ ਸੀ ਮੈਥ ਵੀ ਪੜਾਉਂਦੇ ਸੀ ਪੋਲਿਟਿਕਸ ਦਾ ਤੇ ਖੇਡਾਂ ਦਾ ਚੇਣਗ ਜਿਹੜੀ ਮੈਨੂੰ ਉਹਨਾਂ ਤੋਂ ਲੱਗੀ ਸੋ ਮੈਂ ਉਸ ਵੇਲੇ ਵੀ ਜਦੋਂ ਟੀਵੀ ਤੇ ਰਿਜ਼ਲਟ ਆਉਂਦੇ ਹੁੰਦੇ ਪਰ ਦੋ-ਦੋ ਤਿੰਨ-ਤਿੰਨ ਦਿਨ ਰਿਜ਼ਲਟ ਹੀ ਚੱਲ ਜ ਜਾਂਦੇ ਪਰਚੀਆਂ ਗਿਣਦੇ ਸੀ ਨਾ ਤਾਂ ਫਿਰ ਮੈਨੂੰ ਨਾਲ ਬਿਠਾਉਂਦੇ ਹੁੰਦੇ ਉਹ ਰਿਸਟਰ ਲੈ ਕੇ ਕਿ ਲਿਖ ਇੰਨੀਆਂ ਸੀਟਾਂ ਇਹਨਾਂ ਨੂੰ ਆ ਗਈਆਂ ਇੰਨੀਆਂ ਇਹਨਾਂ ਨੂੰ ਆ ਗਈਆਂ ਮਤਲਬ 7ਵੀਂ 8ਵੀਂ ਚ ਪੜਦਾ ਸੀਗਾ ਜਦੋਂ ਮੈਨੂੰ ਅੱਜ ਸ਼ਾਇਦ ਜੇ ਪਾਰਲੀਮੈਂਟ 'ਚ ਵੀ ਅੱਜ ਵੀ ਜਿਹੜੇ ਬੰਦੇ ਆ 60 70 80% ਨੂੰ ਅੱਜ ਵੀ ਨਹੀਂ ਪਤਾ ਹੋਣਾ ਡੀਐਮਕੇ ਤਾਮਿਲਨਾਡੂ ਦੀਆਂ ਦੋ ਪਾਰਟੀਆਂ ਨੇ ਡੀਐਮਕੇ ਤੇ ਏਆਈਡੀਐਮਕੇ ਉਹਨਾਂ ਦੀ ਫੁੱਲ ਫਾਰਮ ਕੀ ਹੈ ਮੈਨੂੰ 7ਵੀਂ ਕਲਾਸ 'ਚ ਪਤਾ ਲੱਗਿਆ ਸੀ ਇਹ ਮੇਰੇ ਡੈਡੀ ਤੋਂ ਡੀਐਮਕੇ ਦ੍ਰਵਿੜ ਮੁਰਤਮ ਕੜਗਮ ਏਆਈਡੀਐਮਕੇ ਆਲ ਇੰਡੀਆ ਦ੍ਰਵਿੜ ਮੁਰਤਮ ਕੜਗਮ ਉਸ ਵੇਲੇ ਦੀ ਚਿੰਗ ਲੱਗੀ ਹੋਈ ਆ ਜਿਹੜੀ ਬਾਅਦ 'ਚ ਭੰਬੜ ਬਣ ਗਈ ਤੇ ਅੱਜ ਪੰਜਾਬ ਦੀ ਦੇ ਮੁੱਖ ਸੇਵਾਦਾਰ ਵਜੋਂ ਬੈਠੇ ਹਨ ਲਈ ਤੁਸੀਂ ਹੋਰ ਮੈਂ ਥੋੜਾ ਜਿਹਾ ਪਰਸਨਲ ਸਵਾਲ ਜ਼ਰੂਰ ਤੁਸੀਂ ਕਿਹਾ ਕਿ ਜਦੋਂ ਆਪਣੇ ਦੋਸਤਾਂ ਨੂੰ ਕਈਆਂ ਨੂੰ ਫੋਨ ਕਰਦਾ ਹੁਣ ਵੀ ਉਹ ਮੈਨੂੰ ਬਾਈ ਕਹਿੰਦੇ ਆ ਬਾਈ ਕਹਿੰਦੇ ਅੱਛਾ ਬੇਬੇ ਤੁਹਾਨੂੰ ਕਿਹੜੇ ਨਾਮ ਤੋਂ ਬੁਲਾਉਂਦੇ ਆ ਪੁੱਤ ਪੁੱਤ ਕਹਿੰਦੇ ਆ ਤੁਹਾਡਾ ਨਾਮ ਲੈਨੇ ਆ ਜਦੂਰ ਤੋਂ ਬੁਲਾਣਾ ਹੋਵੇ ਫੋਨ ਕਰਨਾ ਹੋਵੇ ਮਾਂ ਵਾਸਤੇ ਕੋਈ ਨਾਮ ਨਹੀਂ ਹੁੰਦਾ ਉਹ ਤਾਂ ਕੁਝ ਵੀ ਨਹੀਂ ਹੁੰਦਾ ਨਾ ਕਿ ਘਰ 'ਚ ਕਈ ਵਾਰ ਨਿਕਨੇਮ ਰੱਖਿਆ ਹੁੰਦਾ ਹੈ ਨਹੀਂ ਬਸ ਭਗਵੰਤ ਜਾਂ ਤਾਂ ਕੱਲਾ ਭਗਵੰਤ ਜਾਂ ਵੀ ਪੁੱਤ ਆਏ ਸੋ ਬਹੁਤ ਸਾਰੇ ਲੋਕ ਬੇਬੇ ਕੋਲ ਆ ਜਾਂਦੇ ਆ ਵੀ ਆ ਕੰਮ ਨਹੀਂ ਆ ਕੰਮ ਉਹ ਕਹਿੰਦੇ ਪੁੱਤ ਮੈਨੂੰ ਨਹੀਂ ਪਤਾ ਮੈਂ ਅਰਜੀ ਦੇ ਦੋ ਅੱਗੇ ਤਾਂ ਉਹਨੇ ਕਾਹ ਕਰਨਾ ਸੋ ਮਾਵਾ ਦਾ ਤਾਂ ਖੈਰ ਕੋਈ ਦੇਣ ਬਿਲਕੁਲ ਸਾਡੇ ਕਲਚਰ ਚ ਸਾਡੇ ਪੰਜਾਬੀ ਵਿਰਸੇ ਚ ਇੱਕੋ ਹੀ ਇੱਕੋ ਹੀ ਰਿਸ਼ਤਾ ਜਿਹੜਾ ਇੱਕ ਅੱਖਰ ਨਾਲ ਲਿਖਿਆ ਜਾਂਦਾ ਮਾਂ ਬਾਕੀ ਸਾਰੇ ਰਿਸ਼ਤੇ ਘੱਟੋ ਘੱਟ ਦੋ ਨਾਲ ਜ਼ਰੂਰੀ ਹੈ ਭੈਣ ਪਿਓ ਫੁੱਫੜ ਤਿੰਨ ਨਾਲ ਹੋ ਗਿਆ ਇਕੱਲਾ ਇੱਕ ਅੱਖਰ ਹੈ ਇੱਕੋ ਅੱਖਰ ਨੂੰ ਦੁਨੀਆ ਭਰ ਦਾ ਕੋਈ ਦਾਨਿਸ਼ਮੰਦ ਕੋਈ ਵਿਦਵਾਨ ਐਕਸਪਲੇਨ ਨਹੀਂ ਕਰ ਸਕਿਆ ਕਿ ਮਾਂ ਕੀ ਹੁੰਦੀ ਹੈ ਬਸ ਇੰਨੀ ਹੈ ਕਿ ਮਾਂ ਮਾਂ ਹੁੰਦੀ ਹੈ ਬਸ ਉਹ ਤੋਂ ਵੱਡਾ ਭਾਵੇਂ ਉਹ ਅਨਪੜਾ ਭਾਵੇਂ ਪੀ ਐਚ ਡੀ ਕੀਤੀ ਹੈ ਮਾਂ ਮਾਂ ਹੈ ਔਰ ਹਮੇਸ਼ਾ ਜਦੋਂ ਮਾਂ ਮੰਗੂਗੀ ਦਵਾਈ ਮੰਗੂਗੀ ਬਾਬ ਦੇ ਜਵਾਕਾਂ ਵਾਸਤੇ ਤਰੱਕੀਆਂ ਵਾਸਤੇ ਆਪਾਂ ਹੁਣ ਥੋੜਾ ਜਿਆਦਾ ਫੇਰ ਪੋਲਿਟੀਕਲ ਬਸ ਬਸੇ ਨਵਾਜੀ ਸਿਆਸੀ ਯਾਰ ਪੰਜਾਬ ਦੇ ਇੱਕ ਗੁਰਬਾਣੀ ਪ੍ਰਸਾਰਣ ਦੇ ਮੁੱਦੇ ਨੂੰ ਲੈ ਕੇ ਤੁਸੀਂ ਵਿਧਾਨ ਸਭਾ ਦੇ ਵਿੱਚ ਬਿੱਲ ਲੈ ਕੇ ਆਏ ਸੀ ਰਾਜਪਾਲ ਜੀ ਕੋਲ ਗਿਆ ਉਹ ਉਸ ਤੋਂ ਬਾਅਦ ਉਹ ਰਾਸ਼ਟਰਪਤੀ ਨੂੰ ਭੇਜ ਦਿੱਤਾ ਗਿਆ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਠੰਡੇ ਬਸਤੇ ਚ ਪੈ ਗਿਆ ਤੁਸੀਂ ਕੀ ਉਸ ਦੀ ਸਥਿਤੀ ਜਾਂ ਸਟੇਟਸ ਦੇਖ ਰਹੇ ਹੋ ਮੇਰਾ ਮਕਸਦ ਇਹਦੇ ਵਿੱਚ ਕੋਈ ਨਾ ਤਾਂ ਮੈਂ ਕੋਈ ਧਾਰਮਿਕ ਕੋਈ ਛੇੜਛਾੜ ਕਰਨਾ ਚਾਹੁੰਦਾ ਜਾਂ ਕੋਈ ਸਾਨੂੰ ਗੁਰਬਾਣੀ ਜਿਹੜੀ ਹੈ ਬਹੁਤ ਵੱਡਾ ਖਜ਼ਾਨਾ ਹੈ ਦਸਾਂ ਗੁਰੂਆਂ ਦੀ ਬਾਣੀ ਪਟਾਂ ਦੀ ਬਾਣੀ ਐਡਾ ਵੱਡਾ ਖਜ਼ਾਨਾ ਸਾਡੇ ਕੋਲੇ ਪਿਆ ਅਸੀਂ ਚਾਹੁੰਦੇ ਹਾਂ ਇਹਦਾ ਪ੍ਰਸਾਰ ਪੂਰੀ ਦੁਨੀਆ 'ਚ ਹੋਵੇ ਅੱਜ ਜਿਹੜੇ ਵੀ ਮਾਧਿਅਮ ਆ ਗਏ YouTube ਤੋਂ ਲੈ ਕੇ ਜਿਹੜੇ ਮਾਧਿਅਮ ਆ ਗਏ ਉਹ ਸਾਰਿਆਂ ਤੇ ਗੁਰਬਾਣੀ ਸੁਣਨ ਨੂੰ ਮਿਲੇ ਉਹ ਇੱਕੋ ਚੈਨਲ ਨੂੰ ਕਿਉਂ ਦੇ ਰੱਖੀ ਐ ਸਮਝ ਨਹੀਂ ਆਉਂਦੀ ਇਹ ਕਿਸੇ ਦੇ ਐਕਸਕਲੂਸਿਵ ਰਾਈਟਸ ਕਿਵੇਂ ਬਣ ਗਏ ਉਹ ਉਹਨਾਂ ਦੀ ਕਿਵੇਂ ਬਣ ਗਈ ਗੁਰਬਾਣੀ ਜਦਕੇ ਗੁਰੂ ਸਾਹਿਬ ਨੇ ਸਰਬੱਤ ਦਾ ਭਲਾ ਗੁਰਬਾਣੀ ਦਾ ਸਰਬੱਤ ਦਾ ਭਲਾ ਮੰਗਣ ਵਾਲੀ ਐ ਨਾ ਹੀ ਕੋਈ ਐਦਾਂ ਦਾ ਕੋਈ ਰਾਈਟਸ ਲਿਖਿਆ ਹੋਇਆ ਉਹਨਾਂ ਕੋਲ ਕਿ ਕਿਸੇ ਕਿਸੇ ਰਾਈਟ ਵਿੱਚੋਂ ਗੁਰਬਾਣੀ ਜੇ ਜਿੰਨੇ ਵੀ ਰਚਨਾਕਾਰ ਨੇ ਰਚਨਹਾਰੇ ਨੇ ਉਹਨਾਂ ਚੋਂ ਕਿਸੇ ਨੇ ਲਿਖ ਕੇ ਦਿੱਤਾ ਹੋਵੇ ਤਾਂ ਇਹ ਸਾਰੇ ਪ੍ਰਚਾਰ ਹੋਣਾ ਚਾਹੀਦਾ ਗੁਰਬਾਣੀ ਨੂੰ ਤੁਸੀਂ ਰਾਈਟਸ ਕਿਵੇਂ ਦੇ ਸਕਦੇ ਹੋ ਗੁਰਬਾਣੀ ਦੇ ਟੈਂਡਰ ਕਿਵੇਂ ਲੱਗ ਸਕਦੇ ਨੇ ਕਿ ਮੇਰੀ ਐ ਮੈਂ ਇਹਨੇ ਦਿਨਾ ਜੀ ਇਹ ਮੇਰੀ ਐ ਉਹ ਤਾਂ ਸਭ ਦੀ ਐ ਸੋ ਮੈਂ ਇਹ ਚਾਹਣਾ ਭਾਵੇਂ ਉਹ ਜਿਹੜੇ ਹੋਣ ਕਰ ਰਹੇ ਨੇ ਉਹ ਵੀ ਕਰਨ ਉਹ ਵੀ ਪ੍ਰਚਾਰ ਕਰਨ ਉਹ ਵੀ ਚਲਾਉਣ ਪਰ ਤੁਸੀਂ ਵੀ ਚਲਾਓ ਨਾ ਤੁਸੀਂ ਤੁਸੀਂ ਚਲਾ ਸਕਦੇ ਹੋ 4:30 ਵਜੇ ਲਾਈਵ ਤੁਹਾਡੀ ਕੋਈ ਮਨਸ਼ਾ ਮਾੜੀ ਤਾਂ ਨਹੀਂ ਹੈਗੀ ਪਰ ਕਿਉਂਕਿ ਇੱਕ ਚੀਜ਼ ਦੇ ਰਾਈਟਸ ਦੇਤੇ ਉਹਨਾਂ ਨੇ ਤੇ ਤੁਸੀਂ ਨਹੀਂ ਮੈਂ ਕਹਿਣਾ ਕਿ ਸਭ ਨੂੰ ਫ੍ਰੀ ਟੂ ਏਅਰ ਐਂਡ ਫ੍ਰੀ ਟੂ ਆਲ ਲੇਕਿਨ ਅਜੇ ਤੱਕ ਹੋ ਨਹੀਂ ਪਾਇਆ ਅਜੇ ਵੀ ਜਿਹੜਾ ਵਾ ਉਹਨਾਂ ਨੇ ਆਪਣਾ ਇੱਕ ਪੇਜ ਸ਼ੁਰੂ ਕਰ ਦਿੱਤਾ ਹਾਂਜੀ ਰਾਜਨੀਤੀ ਤੋਂ ਕਬਜ਼ਾ ਛਡਾਇਆ ਘਰ ਧਰਮ ਤੇ ਵੀ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਹੈ ਠੇਕੇਦਾਰ ਬਣੇ ਉਹਨੇ ਜਿਹੜੇ ਹੌਲੀ ਹੌਲੀ ਹੋ ਜਾਊਗਾ ਪਰ ਮੈਂ ਦਖਲ ਜਿਆਦਾ ਨਹੀਂ ਦਿੰਦਾ ਮੈਂ ਕਿਹਾ ਗੁਰਬਾਨੀ ਸਾਰੇ ਪ੍ਰਸਾਰ ਕਰpanਗੇ ਤੁਸੀਂ ਕਰਵਾ ਪਾਓਗੇ ਮੈਂ ਤਾਂ ਜੀ ਆਪਣੇ ਕੋਲੋਂ ਲੈ ਕੇ ਆਇਆ ਮੈਂ ਐਮੈਂਡਮੈਂਟ ਕੀਤੀ ਹੈ ਨਾਟ ਮੈਂ ਕੋਈ ਕੋਈ ਸੋ ਹੋ ਕੀਤਾ ਮੈਂ ਚ ਐਮੈਂਡ ਕੀਤਾ ਉਹ ਜ ਐਡ ਕੀਤਾ ਇੱਕ ਗੱਲ ਕਿ ਸਾਰਿਆਂ ਨੂੰ ਦੇਣੀ ਚਾਹੀਦੀ ਹੈ ਗੁਰਬਾਨੀ ਹਾਂ ਕੈਪ ਲਾ ਲਓ ਕਿ ਜਿਹੜੇ ਚੈਨਲ ਨੇ ਵੀ ਚਲਾਉਣੀ ਹੈ ਅੱਧਾ ਘੰਟਾ ਪਹਿਲਾਂ ਤੇ ਅੱਧਾ ਘੰਟਾ ਬਾਅਦ ਚ ਕੋਈ ਐਡ ਨਾ ਆਵੇ ਉਹ ਚ ਤਾਂ ਕਿ ਉਹਨੂੰ ਕੋਈ ਕਮਰਸ਼ੀਅਲਾਈਜ਼ ਨਾ ਕਰ ਸਕੇ ਲੇਕਿਨ ਹੁਣ ਰੁਕਿਆ ਕਿੱਥੇ ਮਸਲਾ ਕਿਵੇਂ ਕਿਵੇਂ ਹੱਲ ਹੋਵੇ ਮੈਂ ਵਿਧਾਨ ਸਭਾ ਚੋਂ ਬਿਲ ਪਾਸ ਕਰਤਾ ਗਵਰਨਰ ਸਾਹਿਬ ਨੇ ਰਾਸ਼ਟਰਪਤੀ ਕੋਲ ਭੇਜਤਾ ਵੇ ਮੈਂ ਵੀ ਕਹ ਰਿਹਾ ਸੀ ਉਹ ਆਮ ਤੌਰ ਤੇ ਕਿਹਾ ਜਾਂਦਾ ਕਿ ਠੰਡੇ ਪਸੇ ਜਿ ਪੈ ਗਿਆ ਤੁਹਾਨੂੰ ਲੱਗਦਾ ਕਿ ਮੈਂ ਤਾਂ ਉਮੀਦ ਕਰੂੰਗਾ ਗਵਾਨੂ ਸਾਹਿਬ ਤੋਂ ਰਾਸ਼ਟਰਪਤੀ ਮਹਾਮਹਿਮ ਨੇ ਸਾਡੇ ਕਿ ਉਹ ਜਲਦੀ ਸਾਈਨ ਕਰਨੇ ਪੁਨਖੱਟੀਏ ਕਿ ਗੁਰਬਾਣੀ ਮੈਂ ਕਿਤੇ ਮੈਂ ਕਿਤੇ ਉਹ ਕਹਿੰਦੇ ਨੇ ਗੁਰਬਾਣੀ ਤੇ ਫ੍ਰੀ ਹੈ ਕਿਵੇਂ ਫ੍ਰੀ ਹੈ ਮੈਂ ਬੰਗਲੌਰ ਗਿਆ ਹੋਟਲ ਜਾ ਕੇ ਮੈਂ ਗੁਰਬਾਣੀ ਲਾਉਣ ਵਾਸਤੇ ਉਹ ਚੈਨਲ ਜਿਹੜਾ ਲਾਇਆ ਉਹ ਤੇ ਲਿਖਿਆ ਹੋਇਆ ਕਿ ਇਹ ਚੈਨਲ ਜਿਹੜਾ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪੈਸੇ ਦਿਓ ਮੈਂ ਰਿਸੈਪਸ਼ਨ ਤੇ ਗੱਲ ਕੀਤੀ ਕਹਿੰਦੇ ਜੀ ਇਹ ਪੇਡ ਹੈ ਇਸ ਕਾ ਕਿ ਚੈਨਲ ਚੱਲ ਨਹੀਂ ਸਕਦਾ ਤੇ ਇਹਦਾ ਮਨ ਕੁਰਬਾਨੀ ਪੇੜ ਆ ਫਿਰ ਮੈਨੂੰ ਮੈਂ ਜੇ ਗੁਰਬਾਨ ਮੈਂ ਅਸੀਂ ਉਹ ਚ ਆডিও ਵੀ ਲਿਖਿਆ ਆਡੀਓ ਵੀ ਲਿਖਿਆ ਜੀ ਆਡੀਓ ਤੇ ਰੌਲਾ ਨਹੀਂ ਪਾਇਆ ਕਿਉਂਕਿ ਬਾਦਲਾਂ ਦਾ ਰੇਡੀਓ ਨਹੀਂ ਹੈਗਾ ਨਾ ਹੂੰ ਟੀਵੀ ਹੈ ਬਸ ਆਡੀਓ ਚ ਕੋਈ ਟ੍ਰਾਂਟੋ ਤੋਂ ਕੋਈ ਹੈ ਬੈਂਕੂਵਰ ਦੇ ਜਾਂ ਮੈਲਬਨ ਦੇ 에어ਪੋਰਟ ਤੋਂ ਕੋਈ ਟੈਕਸੀ ਚਲਾਉਂਦਾ ਗੁਰਬਾਨੀ ਦਾ ਟਾਈਮ ਹੋ ਗਿਆ ਆਪਣਾ ਰੇਡੀਓ ਤੇ ਲਾ ਲੇ ਐਫ ਐਮ ਤੇ ਗੁਰਬਾਣੀ ਦਾ ਪ੍ਰਸਾਦ ਵਿੱਚ ਪਛਾਹ ਚੱਲੇ ਤੇ ਆਪਣੀ ਗੱਡੀ ਚਲਾਵੇ ਇਹ ਚ ਕਿਹੜੀ ਗੱਲ ਹੈ ਜੀ ਕਿਉਂ ਨਹੀਂ ਹੋ ਰਿਹਾ ਪ੍ਰਚਾਰ ਅਸੀਂ ਪ੍ਰਚਾਰ ਨੂੰ ਲਿਮਟਿਡ ਕਿਉਂ ਕਰ ਰਹੇ ਹਾਂ ਜਦ ਕਿ ਗੁਰਬਾਣੀ ਸਾਬ ਦੀ ਸੰਜੀ ਹੈ ਸਰਬ ਸੰਜੀ ਕਹਿੰਦੇ ਆਪਾਂ ਸੋ ਇਹ ਨਹੀਂ ਹੋਣਾ ਚਾਹੀਦਾ ਮੈਂ ਕੋਈ ਇਹ ਵਿੱਚ ਮੇਰਾ ਝੁੰਨਾ ਤਾਂ ਮੇਰਾ ਕੋਈ ਰੇਡੀਓ ਹੈ ਨਾ ਮੇਰਾ ਕੋਈ ਟੀਵੀ ਹੈ ਨਾ ਮੈਂ ਕੋਈ ਫੇਵਰੇਟਿਜ਼ਮ ਕਰ ਰਿਹਾ ਮੈਂ ਤਾਂ ਇਹ ਕਹਿ ਰਿਹਾ ਕਿ ਦਸਾਂ ਗੁਰੂਆਂ ਦੀ ਬਾਣੀ ਜਿਹੜੀ ਹੈ ਉਹ ਪੂਰੀ ਦੁਨੀਆ ਚ ਫੈਲੇ ਕਿਉਂਕਿ ਬਾਣੀ ਦੇ ਇੱਕ ਇੱਕ ਅੰਗ ਦੀ ਇੱਕ ਇੱਕ ਪੰਕਤੀ ਉਹਨੂੰ ਜੇ ਐਕਸਪਲੇਨ ਕਰਨ ਲੱਗ ਜੋ ਤਿੰਨ ਤਿੰਨ ਮਹੀਨੇ ਲੱਗ ਜਾਣਗੇ ਜੋ ਗੱਲਾਂ ਲਿਖੀਆਂ ਹੋਈਆਂ ਨੇ ਪਰ ਕਿਉਂਕਿ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਤਾਂ ਫਿਰ ਦੁੱਖ ਤਾਂ ਹੁੰਦਾ ਹੀ ਹੈ ਦੇਖੋ ਜੇ ਤੁਸੀਂ ਕਿਸੇ ਵੀ ਸਿਸਟਮ ਨੂੰ ਬਦਲਣ ਬਾਰੇ ਕਦੇ ਬੋਲੋਗੇ ਅਵਲ ਠਾਉਂਗੇ ਤਾਂ ਉਹ ਸਿਸਟਮ ਦੇ ਬੈਨੀਫਿਸ਼ੀਰੀ ਜਿਹੜੇ ਨੇ ਜਿਹੜੇ ਉਹ ਸਿਸਟਮ ਤੋਂ ਲਾਭ ਲੈਂਦੇ ਨੇ ਉਹ ਬਾਉਂਸ ਬੈਕ ਕਰਨਗੇ ਕਰਨਗੇ ਹੂੰ ਹੁੰਦਾ ਕੋਈ ਗੱਲ ਨਹੀਂ ਸਰਪੰਨ ਸਾਹਿਬ ਇੱਕ ਇੱਕ ਮੈਂ ਥੋੜਾ ਜਿ ਤੁਸੀਂ ਰਾਜਪਾਲ ਵਾਲੇ ਪਾਸੇ ਚਲੇਗੇ ਗਵਰਨਰ ਸਾਹਿਬ ਵਾਲੇ ਪਾਸੇ ਤੇ ਉੱਥੋਂ ਰਾਸ਼ਟਰਪਤੀ ਗਿਆ ਹੋਇਆ ਮੈਂ ਥੋੜਾ ਜਿ ਸੈਂਟਰ ਨਾਲ ਸਟੇਟ ਦੇ ਰਿਸ਼ਤੇ ਲੋਕ ਜਾਨਣਾ ਚਾਹੁੰਦੇ ਹੋਣਗੇ ਪ੍ਰਧਾਨ ਮੰਤਰੀ ਜੀ ਨਾਲ ਤੁਹਾਡੇ ਰਿਸ਼ਤੇ ਬਤੌਰ ਪੋਲੀਟੀਕਲ ਜਾਂ ਫਿਰ ਇੱਕ ਅਹੁਦੇ ਦੇ ਉੱਤੇ ਤੁਸੀਂ ਬੈਠੇ ਹੋ ਕਿਵੇਂ ਆ ਫੋਨ ਫੋਨ ਤੇ ਗੱਲ ਹੁੰਦੀ ਰਹਿੰਦੀ ਹੈ ਉਹਨਾਂ ਨਾਲ ਹੁੰਦੀ ਹੈ ਕਦੇ ਪਰਦਾਨ ਮੰਤਰੀ ਜਨਾ ਮੇਰੇ ਉਸ ਤਰ੍ਹਾਂ ਦੇ ਰਿਸ਼ਤੇ ਨਹੀਂ ਜਿਵੇਂ ਇੱਕ ਸਟੇਟ ਦੇ ਮੁੱਖ ਮੰਤਰੀ ਦੇ ਆਪ ਦੇ ਪ੍ਰਧਾਨ ਮੰਤਰੀ ਨਾਲ ਹੋਣੇ ਚਾਹੀਦੇ ਨੇ। ਸਿਕੰਦਰ ਦੇ ਪੋਰਸ ਨਾਲ ਹੀ ਗੱਲ ਨਹੀਂ ਸੁਣੀ। ਸਿਕੰਦਰ ਨੇ ਕਿਹਾ ਪੋਰਸ ਨੂੰ ਕਹਿੰਦਾ ਤੈਨਾਂ ਕੀ ਬਿਆਰ ਕੀਤਾ ਜਾਓ ਕਹਿੰਦਾ ਜਿਵੇਂ ਇੱਕ ਰਾਜਾ ਦੂਜੇ ਰਾਜਾ ਜੀ ਨਾ ਕਰਦਾ। ਤੇ ਪ੍ਰਧਾਨ ਮੰਤਰੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋ ਪੰਜਾਬ ਦੇ ਹੱਕ ਨੇ ਮੰਗਣਾ ਮੇਰਾ ਫਰਜ ਹੈ। ਉਹ ਕਹਿੰਦੇ ਝਾਕੀ ਨਹੀਂ ਦਿਖਾਉਣੀ ਕਹਿੰਦੇ 26 ਜਨਵਰੀ ਤੇ। ਪੰਜਾਬ ਦੀ ਝਾਕੀ ਹੈ ਨਹੀਂ ਪਿਛਲੇ ਸਾਲ ਵੀ ਨਹੀਂ ਆ ਗਈ ਸੀ। ਮੈਂ ਕਿਹਾ ਜੀ ਆਜ਼ਾਦੀ ਦਿਹਾੜੇ ਪੰਜਾਬ ਤੋਂ ਬਿਨਾ ਕਿਵੇਂ ਮਨਾ ਲੋਂਗੇ? ਅਸੀਂ ਜਿਹੜੀ ਝਾਕੀ ਬਣਾ ਕੇ ਭੇਜੀ ਛੇ ਆਜ਼ਮਪਾ ਦੇ ਸਿੰਘ ਕਰਤਾਰ ਸਿੰਘ ਸਰਾਬਾ ਮਹਾਰਾਜਾ ਰਣਜੀਤ ਸਿੰਘ ਲਾਲਾ ਲਾਜਪਤ ਰਾਏ ਚੁਲਿਆਂ ਵਾਲੇ ਬਾਗ ਦਾ ਕਾਨ ਕਦਰੀ ਬਾਬਿਆਂ ਦਾ ਹਿਸਟਰੀ ਮਾਈ ਭਾਗੋ ਨਾਰੀ ਸ਼ਕਤੀ ਤੌਰ ਤੇ ਆ ਜਿਹੜਾ ਇੱਥੇ ਸਾਡਾ ਮੁਹੱਲੀ ਚੱਲਦਾ ਹੈ ਕੁੜੀਆਂ ਦਾ ਫੌਜ ਦੇ ਵਿੱਚ ਜਾਣ ਦਾ ਟ੍ਰੇਨਿੰਗ ਸੈਂਟਰ ਉਹ ਭੇਜਿਆ ਪੰਜਾਬ ਦਾ ਕਲਚਰ ਫੁਲਕਾਰੀਆ ਸਾਗ ਲੰਗਰ ਉਹ ਭੇਜੇ ਲੇਕਿਨ ਉਹ ਕਹਿੰਦੇ ਥੀਮ ਤੋਂ ਹਟ ਕੇ ਸੀ ਨਹੀਂ ਜੀ ਭਾਗਤ ਸਿੰਘ ਨੂੰ ਕਿਹੜੀ ਥੀਮ ਚ ਲਾਉਂਗੇ ਤੁਸੀਂ ਪਾ ਕੇ ਸਿੰਕ ਕਿਸੇ ਥੀਮ ਚ ਨਹੀਂ ਹੁੰਦਾ ਜਿਹਨੇ ਆਯਾਦੀ ਦਵਾਈ ਉਹਨੂੰ ਤੁਸੀਂ ਕਿਹੜੇ ਥੀਮ ਚ ਰੱਖੋਗੇ ਜੀ ਹਰ ਸਾਲ ਥੀਮ ਹੁੰਦੀ ਹੈ ਇੱਕ ਵੇਹ ਡਿਸਾਈਡ ਕਰਨ ਵਾਲੇ ਕੌਣ ਨੇ ਜੀ ਮੈਨੂੰ ਉਹਨਾਂ ਅਫਸਰਾਂ ਦੇ ਨਾਮ ਦੱਸੇ ਜਾਣ ਕੌਣ ਨੇ ਜਿਹੜੇ ਭਗਤ ਸਿੰਘ ਨੂੰ ਰਿਜੈਕਟ ਕਰ ਦਿੰਦੇ ਨੇ ਜਿਹੜੇ ਮਾਈ ਭਾਗ ਨੂੰ ਰਿਜੈਕਟ ਕਰ ਦਿੰਦੇ ਨੇ ਜਿਹੜੇ ਕਰਤਾਰ ਸਿੰਘ ਸਰਾਭਾ ਨੂੰ ਲਾਲ ਲਾਪੇ ਤਨੂੰ ਰਿਜੈਕਟ ਫੋਟੋਆਂ ਦਾ ਜ਼ਿਕਰ ਕਰਦੇ ਸੀ ਕਹਿੰਦੇ ਸੁਨੀਲ ਜਾਖੜ ਨੇ ਤੁਸੀਂ ਸਟੇਟਮੈਂਟ ਦਿੱਤੀ ਸੀਗੀ ਉਹ ਕਹਿੰਦੇ ਕਿ ਫੋਟੋਆਂ ਲੱਗੀਆਂ ਹੋਈਆਂ ਸੀ ਇਸ ਕਰਕੇ ਰਿਜੈਕਟ ਹੋ ਗਿਆ ਮੈਂ ਕੀ ਕਹਿੰਦਾ ਸੀ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਮੈਨੂੰ ਜਵਾਬ ਦੇਣ ਦੀ ਜ਼ਰੂਰਤ ਨਹੀਂ ਪਹਿਲਾਂ ਮੈਂ ਕੀ ਕਿਹਾ ਸੀਗਾ ਤੁਸੀਂ ਸੁਨੀਲ ਜਾਖੜ ਸਾਬਤ ਕਰ ਦੇਣ ਰਾਜਨੀਤੀ ਛੱਡ ਦੂੰਗਾ ਉਸ ਤੋਂ ਬਾਅਦ ਜਦੋਂ ਗਵਰਨਮੈਂਟ ਨੇ ਵੀ ਕਹਿਤਾ ਮਿਨਿਸਟਰੀ ਨੇ ਕਹਿਤਾ ਕਿ ਕੋਈ ਫੋਟੋ ਲੱਗੀ ਹੋਈ ਸੀ ਉਸ ਤੋਂ ਬਾਅਦ ਸੁਨੀਲ ਜਾਖੜ ਜੀ ਬੋਲੇ ਨਹੀਂ ਜਿਸ ਵੇਲੇ ਬੋਲ ਰਹੇ ਸੀ ਮੈਨੂੰ ਪਤਾ ਲੱਗ ਰਿਹਾ ਸੀ ਬੁੱਲ ਜੇ ਫਰਕ ਰਹੇ ਸੀ ਕਿਉਂਕਿ ਹਜੇ ਜਾਖੜ ਸਾਹਿਬ ਨਵੇਂ ਨਵੇਂ ਬੀਜੇਪੀ ਚ ਗਏ ਨੇ ਹਜੇ ਇੰਨੀ ਝੂਠ ਬੋਲਣ ਦੀ ਪ੍ਰੈਕਟਿਸ ਹੈ ਨਹੀਂ ਹੋ ਜੂਗੀ ਤੂੰ ਲੇਕਿਨ ਹੁਣ ਉਹੀ ਝਾਕੀਆਂ ਉਹੀ ਝਾਕੀਆਂ ਤੁਸੀਂ ਹਰ ਗਲੀ ਮੁਹੱਲੇ ਚ ਲੈ ਕੇ ਜਾ ਰਹੇ ਹੋ ਹਾਂਜੀ ਕੀ ਕੀ ਰੋਡ ਮੈਪ ਕੀ ਹੈ ਕਿੰਨੀਆਂ ਝਾਕੀਆਂ ਕਿਵੇਂ ਲੈ ਕੇ ਜਾਓਗੇ ਅਸੀਂ ਉਹਦੇ ਤਿੰਨ ਤਿੰਨ ਸੈੱਟ ਨੇ ਪਹਿਲੀ ਪੰਜਾਬ ਦੀਆਂ ਕੁਰਬਾਨੀਆਂ ਦਾ ਇਤਿਹਾਸ ਦੂਜੀ ਨਾਰੀ ਸ਼ਕਤੀ ਮਾਈ ਭਾਗੋ ਤੀਜੀ ਪੰਜਾਬ ਦਾ ਕਲਚਰ ਤਿੰਨ ਨੇ ਪਹਿਲਾਂ ਤਾਂ ਅਸੀਂ ਤਿੰਨ ਹੀ ਲੈ ਕੇ ਜਾਣੀਆਂ ਸੀ 26 ਜਨਵਰੀ ਤੱਕ ਹੁਣ ਅਸੀਂ ਵੱਧ ਤੋਂ ਵੱਧ ਬਣਾਵਾਂਗੇ 15 20 ਤਾਂ ਬਣੀ ਜਾਣਗੇ 26 ਜਨਵਰੀ ਤੱਕ ਹੋਰ ਵੀ ਬਣਾਵਾਂਗੇ ਹਮ ਸਾਰੇ ਪੰਜਾਬ ਚ ਲੈ ਕੇ ਜਾਵਾਂਗੇ ਤੇ ਆਹ ਦੇਖ ਲਓ ਜੀ ਆ ਕੋਈ ਗਲਤੀ ਹੋਵੇ ਤਾਂ ਦੱਸੋ ਸਾਨੂੰ ਹਮ ਸੀਮ ਸਰ ਇਹ ਪਤਾ ਕਿ ਆ ਸੱਚੀ ਗਲਤੀ ਨਾ ਇਹ ਨਾ ਅਸਲ ਚ ਨਫ਼ਰਤ ਹੈ ਐਕਚੁਅਲੀ ਇੱਕ ਸਟੇਟ ਪ੍ਰਤੀ ਨਫ਼ਰਤ ਹੈ ਜੇ ਤੁਹਾਡੀ ਸਰਕਾਰ ਨਹੀਂ ਬਣੀ ਇੱਥੇ ਤੁਸੀਂ ਐ ਕਿਉਂ ਕੱਢਦੇ ਹੋ ਯਾਰ ਵੀ ਕਿਡਾਂ ਆਪਣੀਆਂ ਫਿਰ ਕੀ ਹੁੰਦਾ ਕਿਤੇ ਹੋਰ ਬਣ ਜੂਗੀ ਜਿੱਥੇ ਜਿੱਥੇ ਸਾਡੀ ਨਹੀਂ ਬਣੀ ਅਸੀਂ ਤੁੜੀ ਐ ਕਰਦੇ ਹਾਂ ਪਰ ਮਤਲਬ ਤੁਸੀਂ ਪੰਜਾਬ ਨੂੰ 15 ਅਗਸਤ ਤੇ 26 ਜਨਵਰੀ ਦੇ ਵਿੱਚੋਂ ਕੱਢ ਕੇ ਜਾਦੀ ਦੀ ਗੱਲ ਕਿਵੇਂ ਕਰ ਲੋਗੇ ਜੀ ਤੁਸੀਂ ਸਾਡੇ ਅਗਨੀ ਵੀਰ ਦੀ ਲਾਸ਼ ਉਹ ਮੁੰਡੇ ਦੀ ਮੋੜ ਮੰਡੀ ਕੋਲ ਪਿੰਡ ਹੈ ਉਹਦੀ ਲਾਸ਼ ਜਿਵੇਂ ਹੱਥੇ 'ਚ ਕੱਟਾ ਸਿੱਟ ਕੇ ਜਾਂ ਨੇ ਸਿੱਟ ਗਏ ਤੁਸੀਂ ਤੁਹਾਡੇ ਤੋਂ 11 ਸਲੂਟ ਤੇ 11 ਕਾਰਟੂਸ ਨਹੀਂ ਸਰੇ ਸ਼ਹੀਦ ਹੋ ਗਿਆ ਉਹ ਕਹਿੰਦੇ ਜੀ ਅਗਨੀ ਵੀਰ ਹੈ ਇਹ ਇਹਨੂੰ ਅਸੀਂ ਸਲਾਮੀਂ ਦੇ ਸਕਦੇ ਜੇ ਅਗਨੀ ਵੀਰ ਹੈ ਵਰਦੀ ਵੀ ਸੇਮ ਦਿੱਤੀ ਉਹਨੂੰ ਹਥਿਆਰ ਵੀ ਉਹੀ ਦਿੱਤੇ ਉਹਨੂੰ ਬਾਰਡਰ ਵੀ ਉਹੀ ਦਿੱਤਾ ਇੰਟਰਨੈਸ਼ਨਲ ਫਿਰ ਕਿਹੜੀ ਗੱਲੋਂ ਘਟਾ ਹੈ ਨਾਲ ਦੇਦੇ ਗੋਲੀ ਵੱਜੀ ਉਹ ਸ਼ਹੀਦ ਹੈ ਕਿਉਂਕਿ ਇਹ ਰੈਗੂਲਰ ਤਰੀਕੇ ਨਾਲ ਭਰਤੀ ਹੋਇਆ ਹੈ ਇੱਧਰਲੇ ਦੇ ਗੋਲੀ ਵੱਜੇ ਸ਼ਹੀਦ ਨਹੀਂ ਹੈਗਾ ਕਿਉਂਕਿ ਕਿਸੇ ਹੋਰ ਸਕੀਮ 'ਚ ਭਰਤੀ ਹੋਇਆ ਹੈ ਸ਼ਹੀਦਾਂ 'ਚ ਵੀ ਕੈਟਾਗਰੀ ਯਾਰ ਬੱਸ ਕਰੋ ਯਾਰ ਹੁਣ ਉਹ ਸ਼ਹੀਦ ਜੇ ਭਗਤ ਸਿੰਘ ਨੇ ਕਿਹਾ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਨੂੰ ਮਹਿਬੂਬ ਬਣਾ ਲਿਆ ਜਾਏ ਜਿਨ੍ਹਾਂ ਨੇ ਵਤਨ ਦੀ ਸਰਜ਼ਮੀਂ ਨੂੰ ਮਹਿਬੂਬ ਬਣਾ ਲਿਆ ਤੇ ਉਹਨਾਂ ਨੂੰ ਸਰਟੀਫਿਕੇਟ ਦੇਣ ਵਾਲੇ ਤੁਸੀਂ ਕੌਣ ਹੋਣ ਹੋ ਬਈ ਤੇ ਅਸੀਂ ਇਹਨੂੰ ਸਲੂਟ ਮਾਰਨਾ ਹੈ ਜਾਂ ਨਹੀਂ ਮਾਰਨਾ ਅਸੀਂ ਝਾਕੀ ਵਿੱਚ ਦਿਖਾਉਣੀ ਹੈ ਜਾਂ ਨਹੀਂ ਦਿਖਾਉਣੀ ਮਾਨ ਸਾਹਿਬ ਇੱਕ ਸਾਡੀ ਟੀਮ ਦੱਸ ਰਹੀ ਹੈ ਚੱਲਦੇ ਇੰਟਰਵਿਊ 'ਚ ਬਠਿੰਡਾ 'ਚ ਇੱਕ ਖਬਰ ਆਈ ਹੈ ਨਵਜੋਤ ਸਿੰਘ ਸਿੱਧੂ ਦੀ ਸਟੇਟਮੈਂਟ ਆਈ ਹੈ ਕਹਿੰਦੇ ਭਾਜਪਾ ਨੂੰ ਹਰਾਉਣ ਦੇ ਲਈ ਆਮ ਆਦਮੀ ਪਾਰਟੀ ਦੇ ਨਾਲ ਜਾਣ ਦੀ ਜ਼ਰੂਰਤ ਹੈ ਮਤਲਬ ਗਠਜੰਦਨ ਦਾ ਜ਼ਿਕਰ ਉਹ ਕਰ ਰਹੇ ਨੇ ਨਾਲੇ ਸਾਨੂੰ ਗਾਲਾਂ ਕੱਢੀ ਜਾਂਦੇ ਆ ਨਾਲੇ ਕਹਿੰਦੇ ਗਠਜੰਦਨ ਕਰ ਲੋ ਉਸੇ ਭਾਸ਼ਣ ਚ ਹੀ ਰਾਜੇ ਬੜਿੰਗ ਨੂੰ ਗਾਲਾਂ ਕੱਢੀ ਜਾਂਦਾ ਹੈ ਉਹੀ ਸ਼ੇਰ ਮੋਦੀ ਵਾਸਤੇ ਉਹੀ ਸ਼ੇਰ ਸੋਨੀਆ ਗਾਂਧੀ ਵਾਸਤੇ ਉਹੀ ਮਨਮੋਹਨ ਸਿੰਘ ਵਾਸਤੇ ਕਰਤਾਰਪੁਰ ਸਾਹਿਬ ਜਾ ਕੇ ਉਹੀ ਬਾਬੇ ਨਾਨਕ ਵਾਸਤੇ ਸ਼ੇਰ ਹੁਣ ਮੈਂ ਤਾਂ ਇਹੀ ਕਹੂੰਗਾ ਪਟਾਖ ਪਟਾਖ ਬਸ ਛੱਡ ਯਾਰ ਕੁਪ ਕੋਈ ਸਿਆਣੀ ਗੱਲ ਕਰੋ ਯਾਰ ਸੈਂਟਰ ਵਾਲਾ ਇੱਕ ਸਵਾਲ ਰਹਿ ਗਿਆ ਅ ਸੀਐਮ ਸਰ ਕੀ ਜਿਹੜਾ ਰਾਜਪਾਲ ਜਾਂ ਫਿਰ ਸੈਂਟਰ ਦੀ ਸਰਕਾਰ ਦੇ ਨਾਲ ਤਲਖੀ ਸਟੇਟ ਗਵਰਨਮੈਂਟ ਜਿਵੇਂ ਸਰ ਪੰਜਾਬ ਤੱਕ ਨਹੀਂ ਗੱਲ ਕਿਸੇ ਵੀ ਗਵਰਨਮੈਂਟ ਦੀ ਹੋਵੇ ਤਾਂ ਉਹ ਸਟੇਟ ਲਈ ਬਹੁਤੀ ਸੁਖਾਵੀਆਂ ਆਮ ਤੌਰ ਤੇ ਨਹੀਂ ਹੁੰਦੀ ਤੁਹਾਨੂੰ ਤੁਹਾਨੂੰ ਲੱਗਦਾ ਕਿ ਪੰਜਾਬ ਦਾ ਕੋਈ ਨੁਕਸਾਨ ਹੋ ਰਿਹਾ ਇਸ ਵਜ੍ਹਾ ਦੇ ਦੇਖੋ ਇਹ ਦੇਖੋ ਜਿਹੜੇ ਹੱਕ ਨੇ ਉਹ ਤਾਂ ਸਾਡੇ ਮਿਲਨੇ ਨੇ ਆਰਡੀਐਫ ਦਾ ਪੈਸਾ ਰੋਕ ਰੱਖਿਆ ਹੂੰ ਕੀ ਗਲਤੀ ਕਰਤੀ ਜੀ ਪੁਰਾਣੀ ਸਰਕਾਰ ਨੇ ਗਲਤੀ ਕੀਤੀ ਸੀ ਉਹਨੇ ਆਰਡੀਐਫ ਦੇ ਪੈਸੇ ਨੂੰ ਕਿਤੇ ਹੋਰ ਵਰਤ ਲਿਆ ਅਸੀਂ ਉਹ ਕਹਿੰਦੇ ਰੂਲ ਮੈਂਡ ਕਰੋ ਅਸੀਂ ਵਿਧਾਨ ਸਭਾ 'ਚ ਰੂਲ ਮੈਂਡ ਕਰਤਾ ਕਿ ਆਡੀਫ ਦਾ ਪੈਸਾ ਸਿਰਫ ਮੰਡੀਆਂ ਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਤੇ ਹੀ ਵਰਤਿਆ ਜਾਊਗਾ ਹੁਣ ਤਾਂ ਦੇ ਦਿਓ ਪੈਸੇ ਫਿਰ ਪੁਰਾਣੀ ਸਰਕਾਰ ਦੀਆਂ ਗਲਤੀਆਂ ਦਾ ਸਾਨੂੰ ਕਿਉਂ ਤੁਸੀਂ ਸਜ਼ਾ ਦੇ ਰਹੇ ਹੋ ਆਡੀਫ ਦਾ ਪੈਸਾ ਰੋਕ ਰੱਖਿਆ ਐਨ ਐਚ ਐਮ ਦਾ ਪੈਸਾ ਰੋਕ ਰੱਖਿਆ ਜੀ ਐਸਟੀ ਅਸੀਂ ਮੰਗ ਮੰਗ ਕੇ ਰਹਿ ਰਹੇ ਸਾਨੂੰ ਪੈਸੇ ਦੇ ਦਿਓ ਪਰ ਜਿਹੜੀ ਸਾਡੇ ਹੱਕ ਬਣਦੇ ਨੇ ਉਹ ਤਾਂ ਸਾਨੂੰ ਮਿਲਣੇ ਚਾਹੀਦੇ ਨੇ ਗਵਰਨਮੈਂਟ ਤੇ ਫੈਡਰਲ ਗਵਰਨਮੈਂਟ ਹੈ ਦੇਸ਼ ਦਾ ਝੰਡਾ ਤਾਂ ਅਸੀਂ ਵੀ ਲਹਿਰਾਵਾਂਗੇ ਲੇਕਿਨ ਹੁੰਦੇ ਜੀ ਖਬਰ ਆ ਰਹੀ ਹੈ ਕਹਿੰਦੇ ਕਿ ਜਿਹੜੀ ਸੈਂਟਰ ਦੇ ਸਕੀਮ ਚੱਲ ਰਹੀ ਸੀ ਤੁਸੀਂ ਵੀ ਬੈਨਾ ਵਾਪਸ ਮੰਗਵਾਲੀਆਂ ਤੁਸੀਂ ਕਿਹਾ ਕਿ ਅਸੀਂ ਨਹੀਂ ਦਵਾਂਗੇ ਅਸੀਂ ਕਦੋਂ ਬੈਨਾ ਵਾਪਸ ਹੋਏ ਫਿਰਦੀਆਂ ਮੋਦੀਆਂ ਨੇ ਬੈਨਾ ਉਹ ਕਹਿੰਦੇ ਇਕੱਠ ਕਿਉਂ ਨਹੀਂ ਹੁੰਦਾ ਬੈਨਾ ਦੇਖਣ ਵਾਸਤੇ ਹੁਣ ਇਹ ਕੰਮ ਮੇਰਾ ਥੋੜੀ ਮੋਦੀ ਨੂੰ ਦੇਖਣ ਵਾਸਤੇ ਨਹੀਂ ਆਉਂਦੇ ਲੋਕ ਮੈਂ ਕੀ ਕਰਾਂ ਮੈਂ ਕੀ ਕਰਾਂ ਇਹ ਇਹ ਕੋਈ ਇੱਕ ਸਕੂਲ ਥੋੜੀ ਹੈ ਕਹੇ ਜੀ ਅਸੀਂ ਝੰਡਾ ਫੜਾਏ ਕਰਾਂਗੇ ਇਹ ਸਟੇਟਾਂ ਨਾਲ ਕੋਈ ਤੁਹਾਨੂੰ ਦੁਸ਼ਮਣੀ ਥੋੜੀ ਲੈਣੀ ਹੈ ਤੁਸੀਂ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀਓ ਸਾਡੇ ਦੇ ਪ੍ਰਧਾਨ ਮੰਤਰੀਓ ਤੇ ਜਦੋਂ ਤੁਸੀਂ ਆਉਨੇ ਹੋ ਅਸੀਂ ਬਣਦੇ ਪ੍ਰੋਟੋਕਾਲ ਜਾਣੇ ਆਉਨੇ ਆ ਗੜਕਰੀ ਸਾਹਿਬ ਆਏ ਅਸੀਂ ਇਹਨਾਂ ਤੋਂ ਮੰਗ ਕਰਦੇ ਆ ਹਮੇਸ਼ਾ ਜੀ ਆਉਂਦੇ ਨੇ ਅਸੀਂ ਉਹਨਾਂ ਦਾ ਬੁਕਾਇਦਾ ਪ੍ਰੋਟੋਕਾਲ ਨਾਲ ਸਵਾਗਤ ਕਰਦੇ ਆ ਮੰਨੇ ਹੋਈ ਆ ਪੰਜਾਬੀ ਤਾਂ ਹਸਪਿਟੈਲਿਟੀ ਲਈ ਪਰ ਇਹ ਤਾਂ ਮਦ ਲਈ ਥੋੜੀ ਤੁਸੀਂ ਆਏ ਨਹੀਂ ਕਰਿਆ ਤਾਂ ਅਸੀਂ ਐਂ ਕਰ ਦਾਂਗੇ ਸੋ ਕੋਈ ਗੱਲ ਨਹੀਂ ਅਸੀਂ ਤਾਂ ਲੜਾਂਗੇ ਅਸੀਂ ਪੰਜਾਬ ਨੂੰ ਪੈਰਾਂ ਸਿਰ ਖੜੇ ਕਰਾਂਗੇ ਕਿ ਇੰਡੀਆ ਗੜਜੋੜ ਸੈਂਟਰ ਦੇ ਵਿੱਚ ਬੀਜੇਪੀ ਦਾ ਤੋੜ ਜਾਂ ਐਂਡੀਆ ਦਾ ਤੋੜ ਬਣ ਜਾਏਗਾ 2024 ਚ ਲੋਕ ਦੱਸਣਗੇ ਕਿ ਮੈਂ ਤਾਂ ਕੌਣ ਹੁੰਨਾ ਇਹ ਦੱਸਣ ਵਾਲਾ ਕਿ ਕਿਸੇ ਸਰਵੇ ਵਿੱਚ ਤੁਸੀਂ ਕਿਹਾ ਸੀ 92 ਆਉਣਗੇ ਤੁਸੀਂ ਬਹੁਤ ਸਾਰੀਆਂ ਮੀਟਿੰਗਸ ਕੀਤੀਆਂ ਮੈਂ ਤਾਂ ਸਵਾਲ ਤੁਸੀਂ ਅਟੈਂਡ ਕੀਤੀਆਂ ਜੋ ਮੈਂ ਪੰਜਾਬ ਜਾਂਦਾ ਸੀ ਤੁਹਾਨੂੰ ਲਿਖ ਕੇ ਦੇ ਦਿੱਤਾ ਸੀ ਵੀ ਆਹ ਬੰਦੇ ਹਾਰਨਗੇ ਭਾਈ ਇੱਥੇ ਬਦਲ ਬਾਈ ਠੀਕ ਨਹੀਂ ਹੈਗੀ ਮੈਂ ਜਾ ਕੇ ਆਇਆ ਉਹ ਹਾਰ ਕੇ ਹੁਣ ਇਹ ਤਾਂ ਦੇਸ਼ ਦੇ ਲੋਕ ਨੇ ਜੀ ਜਨਤਾ ਜਨਾਰਦਨ ਹੈ ਜਿੱਦẽ ਉਹਨਾਂ ਨੂੰ ਲੱਗਿਆ ਕਿ ਅਸੀਂ ਇੱਧਰ ਜਾਣਾ ਤਾਂ ਇੱਧਰ ਚਲੇ ਜਾਣਗੇ ਪਬਲਿਕ ਹੈ ਸਭ ਜਾਣਦੀ ਹੈ ਲੋਕ ਜਦੋਂ ਚਾਹਣ ਬੰਦਾ ਅਰਸ਼ ਤੇ ਲੋਕ ਜਦੋਂ ਚਾਣ ਬੰਦਾ ਫਰਸ਼ ਤੇ ਮੈਂ ਖੋਲ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਇਸ਼ੂ ਬਹੁਤ ਸੁਰਖੀਆਂ ਦੇ ਵਿੱਚ ਰਿਹਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਵਾਲਾ ਕਿ 1999 ਦੇ ਵਿੱਚ ਉਹਨਾਂ ਦੀ ਰਿਪੋਰਟ ਆਈ ਉਸ ਦੇ ਉੱਤੇ ਕੰਮ ਨਹੀਂ ਹੋਇਆ 1992 1993 ਦੇ ਵਿੱਚ ਉਹਨਾਂ ਨੂੰ ਤਸ਼ੱਦਦ ਦੇ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਤੁਹਾਡੇ ਵੀ ਨੋਟਿਸ ਤੇ ਪਹੁੰਚੀ ਹੋਏਗੀ ਕਿ ਉਹ ਉਹ ਕੇਸ ਦੇ ਵਿੱਚ ਕੋਈ ਇਨਕੁਆਇਰੀ ਹੁਣ ਹੋਏਗੀ ਕੋਈ ਕਾਰਵਾਈ ਹੋਏਗੀ ਕਿਵੇਂ ਦੇਖ ਰਹੇ ਹੋ ਉਸ ਕੇਸ ਦੀ ਪਹਿਲੀ ਗੱਲ ਤਾਂ ਸਭ ਤੋਂ ਮਾੜੀ ਗੱਲ ਇਹ ਹੈ ਕਿ ਜਿਨ੍ਹਾਂ ਦੇ 15 ਸਾਲ 10 ਸਾਲ ਰਾਜ ਰਹੇ ਉਹਨਾਂ ਨੇ ਉਹ ਫਾਈਲਾਂ ਦੇ ਉੱਤੇ ਮਤਲਬ ਮਿੱਟੀ ਪਾਈ ਕਦੇ ਯਾਦ ਨਹੀਂ ਆਇਆ ਕੋਈ ਪੰਥ ਦੇ ਨਾਂ ਤੇ ਵੋਟਾਂ ਲਈਆਂ ਕਦੇ ਪੰਥ ਯਾਦ ਨਹੀਂ ਆਇਆ ਕਦੇ ਕੋਈ ਉਹਨਾਂ ਨੇ ਕੋਈ ਐਹ ਜਿਹਾ ਕੰਮ ਕੀਤਾ ਹੋਵੇ ਵੀ ਜਿਹਦੇ ਨਾਲ ਲੱਗੇ ਵੀ ਹਾਂ ਯਾਰ ਆ ਦਾ ਲੋਕਾਂ ਦਾ ਭਲਾ ਆਪਦਾ ਪਰਿਵਾਰ ਹੀ ਸੋਚਿਆ ਹਮੇਸ਼ਾ ਹੁਣ ਜਦੋਂ ਇੰਨੇ ਸਾਲਾਂ ਬਾਅਦ ਫਾਈਲ ਨਿਕਲੀ ਹੈ ਹੁਣ ਉਹਨਾਂ ਦਾ ਘਰ ਵੀ ਯਾਦ ਆ ਗਿਆ ਜੀ ਕਿ ਅਸੀਂ ਮੰਗ ਕਰਦੇ ਹਾਂ ਹੂੰ ਤੇ 10 ਸਾਲ ਤੋਂ ਤੁਹਾਡਾ ਰਾਜ ਸੀਗਾ ਮੰਗ ਕਿਉਂ ਨਹੀਂ ਕੀਤੀ ਜਿਹੜੀਆਂ ਮੰਗਾਂ ਮੰਦੀ ਸਿੰਘਾਂ ਦੀ ਹੁਣ ਕਰਦੇ ਆ ਜਦੋਂ 10 ਸਾਲ ਉੱਥੇ ਮੰਤਰੀ ਵੀ ਸੀ ਆਪ ਇੱਕ ਵਾਰੀ ਹਸਬੈਂਡ ਮੰਤਰੀ ਸੀ ਇੱਕ ਵਾਰੀ ਵਾਈਫ ਮੰਤਰੀ ਸੀ ਜੋ ਬਾਜਪਾ ਦੀ ਗਵਰਨਮੈਂਟ ਸੀਗਾ ਸੁਖਬੀਰ ਸੀ ਤੇ ਹੁਣ ਇਹ ਹਰਸ਼ਿਮਰਨ ਸੀ ਉਦੋਂ ਕਿਉਂ ਨਹੀਂ ਜੀ ਮੰਗ ਕੀਤੀ ਇਹ ਕੈਨੇਡਾ ਦੇ ਵਿੱਚ ਚਾਰ ਗੈਂਗਸਟਰਾਂ ਤੇ ਗੋਲੀ ਚੱਲ ਗਈ ਭਗਵੰਤ ਮਨ ਅਸਤੀਫਾ ਦੇਵੇ ਲੈ ਮੈਂ ਅਸਤੀਫਾ ਇੱਥੇ ਬੈਠਾ ਦੇ ਦਾਂ ਗੱਲ ਕਿਤੇ ਕੈਨੇਡਾ ਚ ਹੋਈ ਐ ਪਰ ਚੁੱਪ ਕਰਕੇ ਤੜਕੀ ਉਠਖੜਦੇ ਨੇ ਭਗਵਾਨਤਮਨ ਅਸੀਫਾ ਦੇ ਬੇਤੇ ਹਾਂ ਤੁਹਾਡੀ ਜਿਹੜੀ ਗੱਲ ਐ ਇਹ ਉਸ ਵੇਲੇ ਦਾ ਜਿਸ ਵੇਲੇ ਕਾਲੇ ਦੌਰ ਚ ਪੰਜਾਬ ਲੰਘ ਰਿਹਾ ਸੀ ਜੀ ਜਿਹਦੇ ਨਾਲ ਵੀ ਤੱਕਾ ਹੋਇਆ ਮੈਂ ਕਹਿੰਦਾ ਉਦੋਂ ਹੀ ਹੋਣਾ ਚਾਹੀਦਾ ਸੀ ਹੱਲ ਪਰ ਜੇ ਲੋੜ ਪੈਂਦੀ ਐ ਮੈਂ ਆਪਣੇ ਅਫਸਰਾਂ ਨਾਲ ਗੱਲ ਕਰ ਰਿਹਾ ਮੈਂ ਇਨ ਟੱਚ ਆ ਉਹਦਾ ਮੈਂ ਸਾਰਾ ਡਿਟੇਲ ਲੈ ਰਿਆ ਜਾਂਚ ਕਰਨੀ ਪਈ ਤਾਂ ਮੈਂ ਜਿਸ ਤਰ੍ਹਾਂ ਕਿਹਾ ਹੈ ਕਿ ਜੇ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਵੀ ਪੰਜਾਬੀਆਂ ਦਾ ਕੋਈ ਪੈਸਾ ਲੁੱਟਿਆ ਉਹਦਾ ਹਿਸਾਬ ਕਰਾਂਗੇ ਜੇ ਅੱਜ ਤੋਂ 25 32 ਸਾਲ ਪਹਿਲਾਂ ਕੋਈ ਕਿਸੇ ਨਾਲ ਧੱਕਾ ਹੋਇਆ ਹੈ ਬੇਇਨਸਾਫੀ ਹੋਈ ਹੈ ਤਸ਼ੱਦਦ ਹੋਇਆ ਉਹਦਾ ਵੀ ਹਿਸਾਬ ਕਰਾਂਗੇ ਕਿੰਦੇ ਤਿਵਾੜੀ ਸਾਹਿਬ ਦੀ ਰਿਪੋਰਟ ਸੀਗੀ 16 ਸਾਲ ਉਸ ਰਿਪੋਰਟ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ ਉਹ ਰਿਪੋਰਟ ਤੁਸੀਂ ਦੇਖੀ ਹੈ ਔਰ ਉਸ ਰਿਪੋਰਟ ਤੋਂ ਬਾਅਦ ਐਕਸ਼ਨ ਹੋ ਰਿਹਾ ਹੈ ਜਾਂ ਨਵੇਂ ਸਿਰੇ ਤੋਂ ਕਿਉਂਕਿ ਬੱਖੋ ਵਕਤ ਥਿਉਰੀਆ ਨੇ ਇਸ ਤਰੀਕੇ ਦੇ ਨਾਲ ਮਤਲਬ ਇਸ ਤੁਸੀਂ ਤੁਸੀਂ ਇਹ ਪਿਛਲੇ 10 15 ਦਿਨਾਂ ਤੋਂ ਇਸ ਕੇਸ ਨੂੰ ਫੋਲੋ ਵੀ ਕੀਤਾ ਹੋਣਾ ਕਿਵੇਂ ਦੇਖ ਰਹੇ ਹੋ ਮੈਂ ਦੇਖ ਮੈਂ ਦੇਖਦਾ ਮੈਂ ਇਹ ਕਹਤਾ ਕਿ ਜੋ 25 35 ਸਾਲ ਵੀ ਹੋਇਆ ਤਸ਼ੱਦਦ ਹੋਇਆ ੱੱਕਾ ਹੋਇਆ ਇਹਨਾਂ ਨੇ ਉਹਨੂੰ ਫਾਈਲ ਨੂੰ ਦੱਬੀ ਰੱਖਿਆ ਤੇ ਉਹਨਾਂ ਨੂੰ ਜਿਹੜੇ ਤਸ਼ੱਦਦ ਕਰਨ ਵਾਲੇ ਉਹਨਾਂ ਨੂੰ ਵੱਡੇ ਵੱਡੇ ਅਹੁਦੇ ਦੇ ਹੀ ਰੱਖੇ ਤੇ ਮੈਂ ਸੀ ਤਾਂ ਹਜੇ 20 ਮਹੀਨੇ ਪਹਿਲਾਂ ਆਇਆ ਮੈਂ ਤਾਂ ਮੈਂ ਤਾਂ ਉਦੋਂ ਜੰਮਿਆ ਵੀ ਨਹੀਂ ਸੀ ਜਦੋਂ ਐਸਵਾਈਐਲ ਦਾ ਰੋਲਾ ਪੈ ਗਿਆ ਸੀ ਜਦੋਂ ਇਹਨਾਂ ਨੇ ਸਿਮੁਤੇ ਕਰ ਲਈ ਸੀ ਸੋ ਪੁਰਾਣੀ ਲੈਗੇਸੀ ਵੀ ਮੈਨੂੰ ਲੈ ਕੇ ਜਾਣੀ ਪਊਗੀ ਨਾਲ ਜੋ ਸਾਡੇ ਬਜ਼ੁਰਗ ਸਾਨੂੰ ਛੱਡ ਕੇ ਗਏ ਨੇ ਵਿਰਸੇ 'ਚ ਜਿੱਥੇ ਵੀ ਤਸ਼ੱਦਦ ਹੋਇਆ ਜਿੱਥੇ ਵੀ ਕੋਈ ਜਿਵੇਂ ਮੈਂ ਪਹਿਲਾਂ ਕਿਹਾ ਕੋਈ ਪੈਸਾ ਲੁੱਟਿਆ 32 ਸਾਲ ਪਹਿਲਾਂ ਕੋਈ ਕਪੜਾ ਹੋਇਆ ਜਾਂ ਤਸ਼ੱਦਦ ਜਿਵੇਂ ਤੁਸੀਂ ਗੁਰਦੇਵ ਸਿੰਘ ਕੌਂਕੇ ਜਿਹੜਾ ਸਰਪ ਦੀ ਗੱਲ ਕਰਦੇ ਹੋ ਤਾਂ ਜਾਂਚ ਹੋਊਗੀ ਔਰ ਇਨਸਾਫ ਹੋਊਗਾ ਕਿਉਂਕਿ ਇਹ ਜਾਣ ਸ਼ੁਰੂ ਹੋ ਗਈ ਹੈ ਜਾਂ ਪ੍ਰਾਥਮਿਕ ਰਿਪੋਰਟ ਮੰਗੀ ਹੈ ਜਾਂ ਕਿਵੇਂ ਅਸੀਂ ਕਰ ਰਹੇ ਹਾਂ ਜੀ ਇਹਦੇ ਤੇ ਇਹਦੇ ਤੇ ਪੁਲਿਸ ਅਫਸਰਾਂ ਨਾਲ ਮੀਟਿੰਗ ਕਰ ਲਈ ਹੈ ਮੈਂ ਤੇ ਜਲਦੀ ਤੁਹਾਨੂੰ ਉਹਦੀ ਬਾਰੇ ਦੱਸ ਦਾਂ ਮੈਂ ਜਲਦੀ ਨਾਲ 2-3 ਦਿਨ ਸਵਾਲ ਜ਼ਰੂਰ ਤੁਹਾਨੂੰ ਖਬਰਾਂ ਵੀ ਦੇ ਜਾਓ ਤੁਸੀਂ ਪੰਚਾਇਤ ਇਲੈਕਸ਼ਨ ਜਦੋਂ ਪੰਚਾਇਤਾਂ ਇਲੈਕਸ਼ਨ ਐ ਮੈਸੇ ਡਿਊ ਨੇ ਜੀ ਤੇ ਅਸੀਂ ਕਿਉਂਕਿ 30 ਦਸੰਬਰ ਨੂੰ ਡਿਊ ਹੋ ਗਿਆ ਸੀ ਪਰ ਉਹ ਸੀ ਸਾਬਜਾਦਿਆਂ ਵਾਲੇ ਦਿਨ ਨੇ ਉਦੋਂ ਮਾਤਮ ਯਾਨੀ ਕਿ ਸੋਗ ਦਾ ਦਿਨ ਹੁੰਦੇ ਨੇ ਉਦੋਂ ਨਹੀਂ ਕਰਾਈਆਂ ਸੀ ਤਾਂ ਹੁਣ ਕੋਰਟ ਨੇ ਕਿਹਾ ਇੱਕ ਦੋ ਪਿੰਡਾਂ ਦੀਆਂ ਕੋਈ ਪਹਿਲਾਂ ਵੀ ਰਹਿੰਦੀਆਂ ਸੀ ਉਹ ਕਰਾ ਵੀ ਲਈਆਂ ਤਾਂ ਜਿਵੇਂ ਮਾਨਯੋਗ ਹਾਈ ਕੋਰਟ ਦਾ ਆਰਡਰ ਹੋਊਗਾ ਇਹ ਆਪਣੇ ਸਾਨੂੰ ਕੋਈ ਪ੍ਰੋਬਲਮ ਨਹੀਂ ਲੋਕ ਸਭਾ ਤੋਂ ਪਹਿਲਾਂ ਹੋਣੀ ਹੈ ਲੋਕ ਸਭਾ ਤੋਂ ਬਾਅਦ ਇਹ ਤਾਂ ਇਹ ਤਾਂ ਚੋਣ ਕਮਿਸ਼ਨ ਨੇ ਡਿਸਾਈਡ ਕਰਨਾ ਨਗਰ ਨਿਗਮ ਦੀਆਂ ਵੀ ਡਿਊ ਪਈਆਂ ਜੇ ਲੋਕ ਸਭਾ ਪਹਿਲਾਂ ਆ ਰਹੀ ਹੈ ਤਾਂ ਫਿਰ ਵਿੱਚ ਪੰਚਾਇਤਾਂ ਇਲੈਕਸ਼ਨ ਕਰਾਉਣੀ ਵੋਟਾਂ ਦੀ ਸੁਧਾਈ ਕਰਾਉਣੀ ਇਤਰਾਜ਼ ਲਿਆਉਣੇ ਲੰਬਾ ਪ੍ਰੋਸੈਸ ਹੈ ਇਹ ਇਲੈਕਸ਼ਨ ਕਮਿਸ਼ਨ ਜੋ ਡਿਸਾਈਡ ਕਰੂਗਾ ਨਗਰ ਨਿਗਮ ਦੀਆਂ ਵੀ ਕੁਝ ਡਿਊ ਹੋਵੇ ਉਹੀ ਉਹੀ ਉਸੇ ਮੈਂ ਜੇ ਮਾਉਂਚ ਵੀ ਬਾੜ ਦੀ ਹੱਦਬੰਦੀ ਵੋਟਾਂ ਦੀ ਸਦਾਈ ਇਤਰਾਜ਼ ਕਿਹੜੀਆਂ ਸੀਟਾਂ ਰਜਰ ਨੇ ਕਿਹੜੀਆਂ ਟੁੱਟਣ ਗਿਆ ਇਲੈਕਸ਼ਨ ਕਮਿਸ਼ਨ ਜੋ ਵੀ ਪੰਜਾਬ ਦਾ ਇਲੈਕਸ਼ਨ ਜੋ ਵੀ ਜਿਵੇਂ ਪਿਛਲੇ ਸਮੇਂ ਤੁਸੀਂ ਕਿਹਾ ਸੀਗਾ ਕਿ ਅਗਰ ਚੋਣਾ ਤੋਂ ਬਿਨਾ ਹੀ ਕੋਈ ਸਰ ਸਮਿਤੀ ਦੇ ਨਾਲ ਸਰਪੰਚ ਹੁੰਦਾ ਤਾਂ ਉਸ ਨੂੰ ਅਸੀਂ ਵੱਧ ਗ੍ਰਾਂਟ ਦੇਵਾਂਗੇ ਉਹ ਹੋਏਗੀ 5 ਲੱਖ ਜੇ ਕੋਈ ਪਿੰਡ ਦੇ ਵਿੱਚ ਸਰਬਸਮਤੀ ਨੇ ਪੰਚਾਇਤ ਚੁੜੀ ਜਾਂਦੀ ਹੈ ਤਾਂ 5 ਲੱਖ ਰੁਪਿਆ ਉਹਨਾਂ ਦੀ ਏਕਤਾ ਦਾ ਇਨਾਮ ਦੇਵਾਂਗੇ ਲੋਕੇ ਪੰਚਾਇਤਾਂ ਚ ਵੀ 40-40 ਲੱਖ ਰੁਪਇਆ ਲੱਗਣ ਲੱਗ ਗਿਆ। ਸ਼ਰਾਬਾਂ ਚਲਦੀਆਂ ਨੇ, ਜਲੇਬੀਆਂ ਚਲਦੀਆਂ ਨੇ, ਪਰਚੇ ਹੁੰਦੇ ਨੇ, ਇੱਕ ਦੂਜੇ ਦੇ ਘਰ ਬੁਰੇ ਲਲਕਾਰਾ ਮਾਰ ਕੇ ਲੰਘਦੇ ਨੇ, ਫਿਰ ਦੁਸ਼ਮਣੀਆਂ ਪੈ ਜਾਂਦੀਆਂ ਨੇ। ਮੈਂ ਚਾਹੁੰਨਾ ਪਿੰਡ ਦਾ ਬੰਦਾ ਚੁਣਨਾ ਹੈ ਪਿੰਡ ਵਾਸਤੇ। ਇੱਕ ਤੇ ਸਹਿਮਤੀ ਕਰ ਲਓ, ਜਿੱਤੇ ਮਰਜ਼ੀ ਕਰ ਲਓ। ਸਿੰਬਲ ਤੇ ਨਹੀਂ ਹੋਏਗਾ ਮਤਲਬ ਆਮ ਆਦਮੀ ਪਾਰਟੀ ਨਹੀਂ, ਹਾਂ ਇਸ ਤਰ੍ਹਾਂ ਦਾ ਅਜੇ ਕੋਈ ਨਹੀਂ। ਉਹ ਚੋਣਾਂ ਚ ਕੋਈ ਸਿੰਬਲ ਜ਼ਰੂਰੀ ਨਹੀਂ ਹੁੰਦਾ। ਪਰ ਜਿਹੜੇ ਸਰਬਸੰਮਤੀ ਨਾਲ ਚੋਣਨਗੇ, ਉਹਨੂੰ 5 ਲੱਖ ਰੁਪਇਆ ਸਰਕਾਰ ਵੱਲੋਂ ਇੱਕ ਇਨਾਮ ਏਕਤਾ ਦਾ ਤੇ ਬਾਅਦ ਦੇ ਵਿੱਚ ਜੋ ਵੀ ਪਿੰਡ ਦੇ ਵਿੱਚ ਸਹੂਲਤਾਂ ਚਾਹੀਦੀਆਂ ਉਹ ਦੇਵਾਂਗੇ ਮਾਨ ਸਾਹਿਬ ਇੱਕ ਆਖਰੀ ਸਵਾਲ ਬਹੁਤ ਅੱਜ ਦਿਲ ਦੀਆਂ ਗੱਲਾਂ ਹੋਈਆਂ ਮੈਂ ਉੱਥੇ ਹੀ ਇਸ ਇਸ ਪੂਰੀ ਆਪਾਂ ਚਰਚਾ ਨੂੰ ਵਿਰਾਮ ਲਾਵਾਂਗੇ ਤੁਸੀਂ ਕਿਹੜੀ ਸਟੇਜ ਨੂੰ ਮਿਸ ਕਰਦੇ ਹੋ ਤੁਹਾਡੀ ਇੱਕ ਜਰਨੀ ਰਹੀ ਹੈ ਬਹੁਤ ਲੰਬੀ ਤੁਸੀਂ ਕਿਹਾ 17.5 ਸਾਲ 'ਚ ਮੈਂ ਫੇਮਸ ਹੋ ਗਿਆ ਸੀ 17.5 ਸਾਲ ਦੇ ਮੁੰਡੇ ਨੂੰ ਅੱਜ ਜੇ ਬਾਈਕ ਮਿਲ ਜਵੇ ਨਾ ਤਾਂ ਉਹਦੇ ਪੈਰ ਨਹੀਂ ਲੱਗਦੇ ਜ਼ਮੀਨ ਤੇ ਮਤਲਬ ਉਸ ਜਿਹੜਾ ਇੱਕ ਨਾਮ ਇੱਕ ਸ਼ੌਹਰਤ ਨੂੰ ਅੰਦਰ ਲੈ ਕੇ ਜਾਣਾ ਉਹ ਜਰਨੀ ਵਕਵਕ ਸਟੇਜਾਂ ਦੇ ਉੱਤੇ ਪਰਫਾਰਮ ਕਰਨਾ ਸਤੌਜ ਤੋਂ ਸੀਐਮ ਬਣ ਜਾਣਾ ਕਿਵੇਂ ਉਸ ਜਰਨੀ ਨੂੰ ਤੁਸੀਂ ਅੱਜ ਕਿਵੇਂ ਯਾਦ ਕਰਦੇ ਹੋ ਔਰ ਕਿਹੜੀਆਂ ਸਟੇਜਾਂ ਜਿਹੜੀਆਂ ਤੁਹਾਨੂੰ ਅੱਜ ਵੀ ਚੇਤੇ ਆ ਕਿ ਹਾਂ ਉਹ ਫਲਾਣੇ ਪਿੰਡ 'ਚ ਮੈਂ ਗਿਆ ਸੀ ਉਹ ਮੈਨੂੰ ਅੱਜ ਵੀ ਯਾਦ ਹੈ ਨਹੀਂ ਮੈਨੂੰ ਸਾਰੇ ਯਾਦ ਮੈਨੂੰ ਕਈ ਵਾਰੀ ਪਿੰਡਾਂ ਦੇ ਵਿੱਚ ਇੱਕ ਵਾਰੀ ਮੈਂ ਕਿਸੇ ਫੰਕਸ਼ਨ ਕਿਸੇ ਪ੍ਰੋਗਰਾਮ 'ਚੋਂ ਨਿਕਲ ਰਿਹਾ ਸੀ ਮੈਂ ਐਮਪੀਸੀ ਉਸ ਵੇਲੇ ਬਰਨਾਲੇ ਦੇ ਇੱਕ ਪਿੰਡ 'ਚੋਂ ਮੈਂ ਨਿਕਲ ਰਿਹਾ ਸੀ ਫੰਕਸ਼ਨ ਤੋਂ ਬਾਅਦ ਗੁਰਦਾਸ ਮਾਨਸਾਲ ਦਾ ਫੋਨ ਆਇਆ ਮੈਨ ਕਹਿੰਦੇ ਵੀ ਭਗਵੰਤ ਕਿੱਥੇ ਆ ਚੰਡੀਗੜ੍ਹ ਆਏ ਹੋਣੇ ਮਿਲਣਾ ਚਾਹੁੰਦੇ ਮੈਂ ਕਿਹਾ ਜੀ ਮੈਂ ਤਾਂ ਕਰਜ਼ਾ ਲਾਉਂਦਾ ਫਿਰਦਾ ਕਹਿੰਦੇ ਕਰਜ਼ਾ ਲਾਉਂਦਾ ਫਿਰਦਾ ਮਤਲਬ ਕੀ ਤੂੰ ਕਰਜ਼ਾ ਲੈ ਲਿਆ ਮੈਂ ਜੀ ਅੱਜ ਤੋਂ 10 ਸਾਲ ਪਹਿਲਾਂ ਮੈਂ ਬਰਨਾਲੇ ਦੇ ਇੱਕ ਪਿੰਡ ਚ ਟੂਰਨਾਮੈਂਟ ਤੇ ਸ਼ੋਅ ਕੀਤਾ ਸੀ ਉਦੋਂ ਮੈਂ 1.5 ਲੱਖ ਰੁਪਏ ਲਿਆ ਸੀ ਇਹਨਾਂ ਨੂੰ ਯਾਦ ਹੈ ਵੀ 1.5 ਲੱਖ ਲਿਆ ਸੀ ਹੁਣ ਮੈਂ ਐਮਪੀ ਬਣ ਗਿਆ ਉਹ ਕਹਿੰਦੇ ਵਿਆਜ ਬਣ ਕੇ ਹੁਣ 5 ਬਣਦਾ ਐ ਐਮਪੀ ਵਾਲੇ ਕੋਟੇ ਚੋਂ 5 ਲੱਖ ਦੇ ਕੇ ਜਾ ਸੋ ਮੈਂ ਤਾਂ ਮੈਂ ਕਿਹਾ ਕਰਜੇ ਲਾਉਂਦਾ ਫਿਰਦਾ ਜੀ ਉਦੋਂ ਡੇਢ ਲਿਆ ਸੀ ਅੱਜ 5 ਦੇ ਕੇ ਆਇਆ ਮੈਨੂੰ ਯਾਦ ਐ ਸਾਰਾ ਜਿੱਥੇ-ਜਿੱਥੇ ਮੈਂ ਸ਼ੋਅ ਕੀਤੇ ਜਾਂ ਜਿਹੜੇ ਦੁਨੀਆ ਭਰ ਚਿੰਨਾ ਜਿੱਥੇ-ਜਿੱਥੇ ਗਿਆ ਉਹਦੇ ਜੜਾਂ ਤਾਂ ਯਾਦ ਰੱਖਣੀਆਂ ਚਾਹੀਦੀਆਂ ਹਾਂ ਸਾਹਿਬ ਤੁਸੀਂ ਗਏ ਹੋ ਬਾਕੀ ਜਿਹੜਾ ਤੁਹਾਡਾ ਸਵਾਲ ਐ ਕਿ ਕਿਹੜੀ ਸਟੇਜ ਨੂੰ ਮਿਸ ਕਰਦੇ ਉਹਦੇ ਵਾਸਤੇ ਸਭ ਤੋਂ ਠੁਕਮਾ ਸਰਜੀਤ ਪਾਤਰ ਸਾਹਿਬ ਦਾ ਸ਼ੇਅਰ ਐ ਕਿ ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁੱਗਾਂ-ਯੁੱਗਾਂ ਤੋਂ ਆਉਂਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ ਹਮੇਸ਼ਾ ਸੋਚਿਆ ਬਣੀਏ ਲੋਕਾਂ ਦੇ ਪਿਆਰ ਦੇ ਪਾਤਰ ਕਦੇ ਵੀ ਨਹੀਂ ਸੋਚਿਆ ਉਹ ਬਣਦੇ ਜਾਂ ਆ ਬਣਦੇ ਮਾਨ ਸਾਹਿਬ ਤੁਸੀਂ ਗੁਰਦਾਸ ਮਾਨ ਦਾ ਜ਼ਿਕਰ ਕੀਤਾ ਗੁਰਦਾਸ ਮਾਨ ਨੂੰ ਤੁਸੀਂ ਆਈਡਲ ਵੀ ਮੰਨਦੇ ਹੋ ਔਰ ਅਬ ਗੁਰਦਾਸ ਮਾਨ ਨੂੰ ਤੁਸੀਂ ਆਪਣਾ ਆਈਡਲ ਵੀ ਮੰਨਦੇ ਹੋ ਉਹਨਾਂ ਦੇ ਗੀਤ ਤੁਹਾਨੂੰ ਬਹੁਤ ਪਸੰਦ ਮੇਰੀ ਜਾਣਕਾਰੀ ਚ ਹੈ ਕਿ ਗੁਰਦਾਸ ਮਾਨ ਹੋਰਾਂ ਦਾ ਇੱਕ ਲੱਕੀ ਨੰਬਰ ਸੀਗਾ ਉਸ ਨੰਬਰ ਦਾ ਕੀ ਰਾਜ਼ ਹੈਗਾ ਔਰ 21 ਨੰਬਰ ਕੇ ਕਿੰਨਾ ਨੰਬਰ ਸੀਗਾ ਜਿਹੜਾ ਤੁਸੀਂ ਵੀ ਆਪਣਾ ਫੇਵਰਟ ਮੰਨਦੇ ਹੋ ਨਹੀਂ ਮੈਂ ਇਸ ਤਰ੍ਹਾਂ ਦਾ ਕੋਈ ਕੋਈ ਨੰਬਰ ਸੀਗਾ ਨਹੀਂ ਨਹੀਂ ਇਸ ਤਰ੍ਹਾਂ ਦਾ ਕੋਈ ਹੂੰ ਤੇ ਠੀਕ ਹੈ ਜੀ ਇਹ ਗਾਣੇ ਤਾਂ ਸਾਰੀ ਦੁਨੀਆ ਪਸੰਦ ਕਰਦੀ ਹੈ ਮੈਂ ਵੀ ਉਹਨਾਂ ਨੂੰ ਸੁਣ ਸੁਣ ਕੇ ਹਰੇਕ ਹਰੇਕ ਦੇ ਅੰਦਰ ਕੋਈ ਨਾ ਕੋਈ ਚਿੰਗ ਹੁੰਦੀ ਹੈ ਕੋਈ ਨਾ ਕੋਈ ਉਸ ਚਿੰਗ ਨੂੰ ਭਾਂਬੜ ਬਣਾਉਂਦਾ ਮੈਂ ਵੀ ਕਲਾਕਾਰੀ ਚ ਸੋਚਿਆ ਕਿ ਮੈਂ ਵੀ ਸ਼ੋਰਤ ਦੇ ਵੱਡੇ ਲੈਵਲਾਂ ਤੇ ਜਾਊਂਗਾ ਜਿਵੇਂ ਤੁਸੀਂ ਕਿਹਾ ਕਿ ਮੁੱਖ ਮੰਤਰੀ ਤੇ ਘਰ ਮੂਰੇ ਗੀੜਾ ਮਾਰ ਕੇ ਹੁੰਦਾ ਸੀ ਤੋ ਕੋਈ ਨਾ ਕੋਈ ਚਿੰਗ ਹੁੰਦੀ ਆ ਕੋਈ ਨਾ ਮੇਰਾ ਸਵਾਲ ਵਿੱਚ ਰਹੇ ਉਹ ਸਾਲ ਕਿਹੜਾ ਸੀਗਾ ਮਤਲਬ ਲੋਕ ਜਾਨਣਾ ਚਾਹੁੰਦੇ ਹੋਣਗੇ ਕਿ ਕਿੰਨੀ ਕੁ ਦਿਨ ਗੇੜੇ ਮਾਰਨੇ ਪੈਂਦੇ ਆ ਸੀਐਮ ਬਣਨਾ ਇਹ ਮੈਨੂੰ ਤਾਂ ਕੋਈ 2009 ਜਾਂ 10 ਦੀ ਗੱਲ ਹੋਣੀ ਤੇ 12 12 ਸਾਲ ਲੱਗ ਗਿਆ 10 12 ਸਾਲ ਪਹਿਲਾਂ ਦਾ ਟਾਰਗੇਟ ਹੈ ਟਾਰਗੇਟ ਕੁਰਸੀ ਦਾ ਨਹੀਂ ਹੈਗਾ ਟਾਰਗੇਟ ਇਹ ਹੈ ਕਿ ਇਸ ਕੁਰਸੀ ਤੇ ਬਹਿ ਕੇ ਲੋਕਾਂ ਦਾ ਭਲਾ ਕਰੀਏ ਔਰ ਇਹ ਵੀ ਨਹੀਂ ਹੈਗਾ ਕਿ ਮੈਂ ਇੱਥੇ ਹੀ ਰਹਿਣਾ ਹੁਣ ਮੈਂ ਇਹਨੂੰ ਇਸ ਕੁਰਸੀ ਨੂੰ ਰੱਖਣ ਵਾਸਤੇ ਜੋ ਦੁਨੀਆ ਭਰ ਦੇ ਕੰਮ ਪ੍ਰੋਬੈਂਸ ਆ ਮੈਂ ਉਹ ਕਰ ਲਾ। ਅਸੂਲਾਂ ਦੀ ਗੱਲ ਹੋਊਗੀ ਜਿੱਦẽ ਲੋਕਾਂ ਨੇ ਕਹਤਾ ਭਾਈ ਤੂੰ ਨਹੀਂ ਹੋਰ ਆਪਾਂ ਚੱਲ ਜਾਾਂਗੇ। ਉਹ ਇਹ ਕਿ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ, ਹੀਰੇ, ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ। ਸਭ ਕੁਝ ਇੱਥੇ ਰਹਿ ਜਾਂਦਾ। ਆਖਰੀ ਕੱਪੜੇ 'ਤੇ ਤਾਂ ਕੋਈ ਸਿਉਣ ਬੱਜੀ ਨਹੀਂ ਹੋਈ। ਉਹ ਕਹਿੰਦਾ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਜਿੰਨਾ ਪਿੱਛੇ ਪਾਪ ਕਮਾਏ ਉਹ ਚੱਕੋ ਚੱਕੋ ਕਰਦੇ ਸੋ ਉੱਥੇ ਤਾਂ ਘੰਟਾ ਨਹੀਂ ਰੱਖਦੇ ਜੀ ਫਿਰ ਵਾਸਤੇ ਜਿੰਨਾ ਵਾਸਤੇ ਕੋਈ ਪਾਪ ਊਪ ਕਮਾਉਣੇ ਆ ਮੈਂ ਤਾਂ ਮੁਹੰਮਦ ਬਖਸ਼ ਮੀਆਂ ਮੁਹੰਮਦ ਬਖਸ਼ ਦਾ ਕਲਾਮ ਹੈ ਉਹਨੂੰ ਬਹੁਤ ਯਾਦ ਰੱਖਦਾ ਮੈਂ ਕਿ ਰਲਮੇਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਪੈਰ ਤਰਨ ਡਰ ਡਰ ਕੇ ਇੱਥੇ ਘੜਾ ਨਹੀਂ ਹੈਗਾ ਇੱਥੇ ਘੜੇ ਤੋਂ ਮਤਲਬ ਹੈ ਪ੍ਰਮਾਤਮਾ ਦਾ ਦਿੱਤੀ ਹੋਈ ਜ਼ਿੰਮੇਵਾਰੀ ਰਲ ਮਿਲ ਗਈਆਂ ਪਾਣੀ ਨੂੰ ਗਈਆਂ ਗਈਆਂ ਸਾਰੀਆਂ ਪਰ ਕੋਈ ਕੋਈ ਮੁੜ ਪੀ ਭਰ ਕੇ ਜ਼ਿੰਮੇਵਾਰੀ ਪ੍ਰਮਾਤਮਾ ਸਭ ਨੂੰ ਨਹੀਂ ਦਿੰਦਾ ਕਿਸੇ ਕਿਸੇ ਦੇ ਸਿਰ ਤੇ ਜ਼ਿੰਮੇਵਾਰੀ ਵਾਲਾ ਘੜਾ ਧਰਦਾ ਪਰ ਜਿਨ੍ਹਾਂ ਦੇ ਭਰ ਕੇ ਸਿਰ ਤੇ ਧਰਿਆ ਉਹ ਪੈਰ ਤਰਨ ਡਰ ਡਰ ਕੇ ਕਿਉਂਕਿ ਮੈਂ ਅੰਨਾ ਤੇ ਤਿਲਕਣ ਰਸਤਾ ਦੇਵੇ ਕੌਣ ਸੰਭਾਲਾ ੱੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ پکڑਣ ਵਾਲਾ ਕੀ ਬਾਤ ਹੈ ਬਹੁਤ ਸ਼ਾਨਦਾਰ ਜੀ ਟੀਮ ਟੀਮ ਕਰੋ ক্লোজিং ਲਈ ਕਰ ਰਹੀ ਹੈ ਲੇਕਿਨ ਇੱਕ ਇੱਕ ਸਵਾਲ ਰਹਿ ਗਿਆ ਕਿਉਂਕਿ ਪੰਜਾਬ ਦੇ ਲੋਕ ਉਹ ਜਾਣਨਾ ਚਾਹ ਰਹੇ ਹੈ ਤੀਰਥ ਯਾਤਰਾ ਦਾ ਜ਼ਿਕਰ ਹੋਇਆ ਸੀ ਉਹ ਸਵਾਲ ਰਹਿ ਗਿਆ ਕਿ ਟ੍ਰੇਨ ਜਿਹੜੀ ਆ ਸੈਂਟਰ ਨੇ ਰੋਕ ਦਿੱਤੀ ਕਹਿੰਦੇ ਸਾਡੇ ਕੋ ਇੰਜਨ ਨਹੀਂ ਹੈਗੇ ਹੁਣ ਜਾਣਕਾਰੀ ਮਿਲੀ ਹੈ ਕਿ ਤੁਸੀਂ ਪ੍ਰਾਈਵੇਟ ਜੈਟ ਬੁੱਕ ਕਰਵਾ ਰਹੇ ਹੋ ਜਾਂ ਕੀ ਹੈ ਉਹ ਕਦੋਂ ਕਿਵੇਂ ਕਿੱਦਾਂ ਥੋੜਾ ਜਿਹਾ ਪੰਜਾਬ ਦੇ ਲੋਕ ਵੀ ਉਹ ਇੰਟਰਸਟ ਲੈ ਕੇ ਸੁਣਨਾ ਚਾਹ ਰਹੇ ਐਸੇ ਮਹੀਨੇ ਤੋਂ ਕਰਦੇਗੇ ਸ਼ੁਰੂ वैसे मोदी साहब हर एक स्टेट जाके कहंदे हैं डबल इंजन की सरकार रेलवे को इंजन है नहीं जी मैं कहया चलो उधर डबल इंजन बाद चले ले ले पर रेलवे में तो इंजन देंदे चलो कोई नहीं सा पैसे पौने 2 करोड़ उन्होंने तो लेना है अभी रेलवे तो जेड़ा पहला जमा कराया सी उन्होंने ट्रेन ही रोकती कहंदे भी एदे नाल तो भगवान तुमान भी चढ़ाई हो जोगी पता नहीं मेनू समझ नहीं आंदी केढ़ियां चढ़ाइयां दीयां गल्लां करते है जे ओना ने ट्रेन रोकती मैं प्लेन ले लूंगा हायर कर लूंगा पर मैं ਚਾਰਜ ਕਰ ਰਹੇ ਹੋ ਬੁੱਕ ਕਰਵਾ ਰਹੇ ਹੋ ਕਿੰਨੇ ਲੋਕ ਜਾਣਗੇ ਜਾਂ ਕਿਵੇਂ ਅਪਲਾਈ ਹੋਏਗਾ ਜਾਂ ਕਿਵੇਂ ਥੋੜਾ ਆਪਾਂ 2-3 ਮਹੀਨੇ ਹੋਰ ਕੋਈ ਖਬਰ ਨਹੀਂ ਦੇਣੀ ਅੱਜ ਹੀ ਕਰ ਦੇਣਾ ਕੰਮ ਸਾਰਾ ਅੱਜ ਮੈਂ ਕਿਹਾ ਸਾਰੀਆਂ ਬ੍ਰੇਕਿੰਗ ਮਾਰ ਦिए और ਧੰਨਵਾਦ ਜਲਦੀ ਬਤਲ ਲੱਗ ਜੇ ਚਲੋ ਮੈਂ ਵੀ ਤੁਸੀਂ ਬਹੁਤ ਸਰੀਆ ਸੱਤਰਾ ਸੁਣਾਇਆ ਮੈਂ ਵੀ ਉਹਦੇ ਨਾਲ ਹੀ ਐਂਡ ਕਰੂੰਗਾ ਤੇ ਕਾਮ ਐਸਾ ਕਰੋ ਕਿ ਪਹਿਚਾਨ ਬਣ ਜਾਏ और ਕਦਮ ਐਸੇ ਚਲੋ ਕਿ ਨਿਸ਼ਾਨ ਬਣ ਜਾਏ ਤੁਸੀਂ ਚੱਲ ਰਹੇ ਹੋ ਨਿਸ਼ਾਨ ਬਣ ਰਹੇ ਆਂ ਔਰ ਉਮੀਦ ਕਰਦੇ ਆਂ ਕਿ ਪੰਜਾਬ ਦੇ ਲੋਕਾਂ ਨੂੰ ਇਸ ਦਾ ਫਾਇਦਾ ਪਹੁੰਚੇ ਬਾਜੀ ਬਸ ਤੁਸੀਂ ਵੀ ਦੁਆ ਕਰੋ ਕਿ ਭਗਵੰਤ ਮਾਨ ਬਣ ਜਾਏ ਸ਼ੁਕਰੀਆ ਸਰ ਬਹੁਤ ਬ